ਸਰਵੇ ਕਾਇਨਾਤ ਬਾਲੀਓ ਬਿਲਾਲਮ ਨਾ ਬਣਦੇ ਜਹਾਜ ਸਾਰੇ ਧਰਮਾਂ ਦੇ ਸਾਂਝੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀਓ, ਵੱਡੇ ਕਰਮਾਂ ਵਾਲੇ ਜੀਵੋ, ਜੋ ਸਵੇਰ ਤੋਂ ਲੈ ਕੇ ਗੁਰੂ ਪਾਤਸ਼ਾਹ ਦੇ ਦਰਜੇ ਉੱਤੇ ਆ ਕੇ ਆਪਣੀਆਂ ਹਾਜ਼ਰੀਆਂ ਲਗਾ ਰਹੇ ਹੋ, ਤੁਹਾਡੀ ਤੇ ਸਾਡੀ ਹਾਜ਼ਰੀ ਇੱਕ ਵਾਰੀ ਕਹਿਣ ਤੇ ਕਰੋ ਜੀ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਛੋਟੀ ਜਿਹੀ ਬੇਨਤੀ ਹੈ, ਸਾਧ ਸੰਗਤ ਜੀ, ਜਿਹੜੀ ਪਹਿਲੀ ਮੈਂ ਬੇਨਤੀ ਕਰਨ ਲੱਗਿਆ, ਵੈਸੇ ਤਾਂ ਮੈਨੂੰ ਇਹ ਲੱਗਦਾ ਹੁੰਦਾ, ਮੈਨੂੰ ਮਹਿਸੂਸ ਹੁੰਦਾ ਕਿ ਸਾਨੂੰ ਇਹ ਬੇਨਤੀ ਸਟੇਜ ਤੋਂ ਕਰਨੀ ਹੀ ਚਾਹੀਦੀ, ਕਿਉਂਕਿ ਸਾਨੂੰ ਬੜੀ ਸੂਝਵਾਨ ਹੈ। ਜਿੱਥੇ ਅਸੀਂ ਗੁਰੂ ਪਾਤਸ਼ਾਹ ਦਾਤੇ ਆ ਕੇ ਬਾਬੇ ਨਾਨਕ ਦਾ ਚਲਾਇਆ ਹੋਇਆ 20 ਰੁਪਏ ਦਾ ਲੰਗਰ ਜਿਹੜਾ ਉਪਰੰਤ ਵਰਤਦਾ ਤੇ ਆਪਾਂ ਛੱਡਦੇ ਹਾਂ, ਤੇ ਸਾਧ ਸੰਗਤ ਜੀ ਇਹ ਬੇਨਤੀ ਕਰਨੀ ਮੈਂ ਫਿਰ ਵੀ ਕਰ ਰਿਹਾ ਕਿ ਜਿਹੜੀ ਘਾਟ ਪੈ ਰਹੀ ਆ ਉਹ ਇਹ ਹੈ ਕਿ ਪਛਾਤੇ ਪਾਉਣ ਦੇ ਵੀ ਆਪਾਂ ਨੂੰ ਸੇਵਾ ਦੀ ਲੋੜ ਹੈ। ਸੋ ਜਿਹੜੀਆਂ ਮੇਰੀਆਂ ਭੈਣਾਂ ਮਾਤਾਵਾਂ ਬੱਚੀਆਂ ਇਹ ਸੇਵਾ ਕਰ ਸਕਦੀਆਂ ਨੇ ਤਾਂ ਕੋਸ਼ਿਸ਼ ਕਰਿਆ ਕਰੋ ਵੀ ਜਿੱਥੇ ਆਪਾਂ ਹਾਜ਼ਰੀ ਲਗਵਾਉਂਦੇ ਹਾਂ ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਲੰਗਰ ਹਾਲ ਦੇ ਵਿੱਚ ਆ ਕੇ ਪਛਾਤੇ ਪਾਉਣ ਦੀ ਸੇਵਾ ਵੀ ਜ਼ਰੂਰ ਥੋੜ੍ਹੀ ਬਹੁਤ ਕਰਿਆ, ਕਿਉਂਕਿ ਇਹ ਵੀ ਸਾਡੀ ਸੇਵਾ ਗੁਰੂ ਪਾਤਸ਼ਾਹ ਜੀ ਦੇਖਦੇ ਵਿੱਚ ਲਾਉਂਦੇ ਆ। ਜੇ ਆਪਣੇ ਮਨ ਦੇ ਵਿੱਚ ਕਿਤੇ ਖਿਆਲ ਹੋਵੇ ਨਾ ਕਿ ਅੱਜ ਆਪਾਂ ਕਿਹੜੇ ਪਵਿੱਤਰ ਸਥਾਨ ਤੇ ਬੈਠੇ ਹਾਂ, ਜਿਵੇਂ ਇਸ ਸਥਾਨ ਦੀ ਵਡਿਆਈ ਕਹਿ ਸਕੀਏ ਤਾਂ ਮੈਨੂੰ ਲੱਗਦਾ ਆਪਣੇ ਕੋਲੇ ਰਮਾਸ ਮੁੱਕ ਜਾਂਦੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ। ਦੇਖੋ ਬਾਹਰ ਲਿਖਿਆ ਹੋਇਆ ਜਿਹੜੀ ਚਰਨ ਧੂੜ ਹੈ ਆਪਾਂ ਚੁੱਕ ਕੇ ਮੱਥੇ ਨੂੰ ਲਾਉਂਦੇ ਹਾਂ ਤੇ ਆਪਣੇ ਰੋਗ ਮਿਲਦੇ ਆ। ਤੇ ਸਾਧ ਸੰਗਤ ਜੀ ਮੈਂ ਇੱਕ ਕਹਿਣਾ ਹੁੰਦਾ, ਜੇ ਕਿਸੇ ਨੇ ਲਾਹੌਰ ਸ਼ਹਿਰ ਦੀ ਧਰਤੀ ਤੇ ਪਾਕਿਸਤਾਨ ਦਾ ਭਾਵੇਂ ਵੀਜ਼ਾ ਨਹੀਂ ਮਿਲਦਾ, ਕਿਸੇ ਨੇ ਉਸ ਧਰਤੀ ਦੇ ਉੱਤੇ ਬੈਠੇ 33 ਤਵੀ ਦੇ ਉੱਤੇ ਬੈਠੇ ਗੁਰੂ ਪਾਤਸ਼ਾਹ ਦਰਸ਼ਨ ਕਰਦੇ ਹੋ ਨਾ, ਜੇ ਕੋਈ ਕਹਿੰਦਾ ਹੋਵੇ ਗੁਰੂ ਪਾਤਸ਼ਾਹ ਨੇ ਕਿੱਥੇ ਲਾਹੌਰ ਸ਼ਹਿਰ ਦੇ ਵਿੱਚ ਚਰਨ ਪਾਏ ਸੀ, ਅਸੀਂ ਅੱਜ ਉੱਥੇ ਜਾ ਕੇ ਦਰਸ਼ਨ ਨਹੀਂ ਕਰ ਸਕਦੇ, ਤੇ ਸਾਧ ਸੰਗਤ ਜੀ ਇੱਥੇ ਆ ਜਾਇਆ ਕਰੋ। ਇਹ ਵੀ ਚਰਨ ਛੋਹ ਪ੍ਰਾਪਤ ਧਰਤੀ ਹੈ। ਅੱਜ ਤੋਂ ਤਕਰੀਬਨ 3 ਮਹੀਨੇ ਪਹਿਲਾਂ ਦੀ ਜਿਹੜੀ ਇੱਕ ਸੱਚੀ ਘਟਨਾ ਮੈਂ ਤੁਹਾਡੇ ਨਾਲ ਬਿਆਨ ਕਰਾਂ ਕਿ ਸਾਨੂੰ ਬਹੁਤ ਇਸ ਤਰ੍ਹਾਂ ਦੇ ਜਿਹੜੇ ਸ਼ਰਧਾਲੂ ਮਿਲਦੇ ਆ ਜਿਹੜੇ ਅੰਦਰੋਂ ਬੜੇ ਭਿੱਜੇ ਹੁੰਦੇ ਆ। ਇਹ ਕਬੂਲ ਸਾਨੂੰ ਇਸ ਤਰ੍ਹਾਂ ਹੀ ਮਿਲਿਆ, ਬੜਾ ਅੰਦਰੋਂ ਟੁੱਟਿਆ ਹੋਇਆ ਤੇ ਕਹਿੰਦਾ ਬਾਬਾ ਜੀ ਮਨ ਨੂੰ ਫੇਸ ਪਹੁੰਚੀ ਆ, ਮੈਂ ਪਾਕਿਸਤਾਨ ਜਾਣਾ ਸੀ। ਧੰਨ ਧੰਨ ਸਾਹਿਬ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਜਿਹੜੀ ਪਵਿੱਤਰ ਧਰਤੀ ਹੈ ਜਿੱਥੇ ਉਹਨਾਂ ਦਾ ਜਨਮ ਹੋਇਆ ਤੇ ਮੈਂ ਉੱਥੇ ਜਾ ਕੇ ਦਰਸ਼ਨ ਕਰਦੇ ਸੀ, ਤਾਂ ਮੈਂ ਕਿਹਾ ਫਿਰ ਇਹਨੂੰ ਤਿਆਰੀ ਕੀ ਹੋ ਗਈ। ਕਹਿੰਦੇ ਪਾਕਿਸਤਾਨ ਨੇ ਮੈਨੂੰ ਵੀਜ਼ਾ ਨਹੀਂ ਦਿੱਤਾ, ਮੇਰੇ ਮਨ ਦੀ ਇੱਛਾ ਸੀ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਚਰਨ ਛੋਹ ਪ੍ਰਾਪਤ ਧਰਤੀ ਦੇ ਦਰਸ਼ਨ ਕਰਾਂ। ਤੇ ਸੱਚ ਜਾਣਿਆ ਕੁਦਰਤੀ ਗੱਲ ਹੈ, ਅਸੀਂ ਆਪ ਨਹੀਂ ਬੋਲਦੇ, ਸਾਡੇ ਦਾਦਾ ਸਾਹ ਜੀ ਜੋ ਬੁਲਾਉਂਦਾ ਜੋ ਫੇਰ ਰਚਾਉਂਦਾ ਉਹ ਗੁਰੂ ਪਾਤਸ਼ਾਹ ਜੀ ਆਪ ਬੈਠੇ। ਚਲੋ ਮੇਰੇ ਮੂਹਰੇ
ਲੁਧਿਆਣੇ ਕਿਹਦੇ ਦਾ ਪ੍ਰੋਗਰਾਮ ਸੀ? ਮੈਂ ਕਿਹਾ ਵੀਰ ਜੀ ਉਹ ਕੋਈ ਦੁੱਖ ਵਾਲੀ ਗੱਲ ਤਾਂ ਕੋਈ ਨਹੀਂ ਹੈਗੀ, ਜੇ ਵੀਜ਼ਾ ਨਹੀਂ ਮਿਲਿਆ ਕੋਈ ਗੱਲ ਦੀ ਕਰਨਾ ਤਾਂ ਨਹੀਂ ਹੋਣਾ। ਪਰ ਜਿੱਥੇ ਤੱਕ ਮੇਰਾ ਖਿਆਲ ਹੈ ਵੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਦਰਸ਼ਨ ਕਰਨੇ ਆ ਤਾਂ ਦਰਸ਼ਨ ਤੁਹਾਨੂੰ ਲੁਧਿਆਣੇ ਦੇ ਵਿੱਚ ਹੀ ਕਰਵਾ ਦੇਣੇ ਆ। ਤੇ ਕਹਿੰਦਾ ਜੀ ਇਹ ਕਿੱਦਾਂ ਹੋਏਗਾ? ਮੈਂ ਕਿਹਾ ਹੋ ਸਕਦਾ ਆਪਣੇ ਬਿਲਕੁਲ ਬੁੱਢੇ ਨਾਲ ਦੇ ਕੰਢੇ ਤੇ ਇੱਕ ਗੁਰੂ ਘਰ ਆ ਜਿਹਨੂੰ ਪਹਿਲਾਂ ਬੁੱਢਾ ਦਰਿਆ ਵੀ ਕਹਿੰਦੇ ਸੀ, ਹੁਣ ਗੱਦੇ ਨਾਲ ਦਾ ਰੂਪ ਧਾਰਨ ਕਰ ਗਿਆ। ਕਹਿੰਦੇ ਕੰਢੇ ਦੇ ਗੁਰੂ ਘਰ ਹੈ ਗਊ ਘਰ, ਗੁਰੂ ਨਾਨਕ ਦੇ ਪਾਤਸ਼ਾਹ ਜੀ ਕੁਝ ਘਰ ਦੇ ਉੱਥੇ ਗਊ ਘਰ ਗੁਰਦੁਆਰਾ ਸਾਹਿਬ ਵਿੱਚ ਉੱਥੇ ਰੁਕੇ ਜਿੱਥੇ ਅੱਜ ਗਊ ਘਰ ਗੁਰਦੁਆਰਾ। ਤੇ ਗੁਰੂ ਪਾਤਸ਼ਾਹ ਜੀ ਉਸ ਵੇਲੇ ਦੇ ਸ਼ਾਸਕ ਨੂੰ ਇਹ ਅਲੰਦ ਕਰ ਦਿੱਤਾ ਸੀ ਲੁਧਿਆਣੇ ਸ਼ਹਿਰ ਵਿੱਚ ਜਦੋਂ ਪਾਤਸ਼ਾਹ ਜੀ ਆਏ ਸੀ। ਉਹ ਕਹਿੰਦੇ ਜਿਹੜਾ ਇਹ ਦਰਿਆ ਸਤਲੁਜ ਚੜ੍ਹ ਕੇ ਆਉਂਦਾ ਨਾ ਹਰ ਵਾਰ ਲੁਧਿਆਣੇ ਜਿਹਨਾਂ ਦਾ ਨੁਕਸਾਨ ਕਰਦਾ, ਤਾਂ ਬੇਨਤੀ ਕੀਤੀ ਸੀ ਗੁਰੂ ਪਾਤਸ਼ਾਹ ਜੀ ਉਹ ਨੁਕਸਾਨ ਹੋਣਾ ਭੰਗ ਹੋ ਜਾਵੇ। ਤਾਂ ਗੁਰੂ ਪਾਤਸ਼ਾਹ ਦਾ ਵਚਨ ਪਤਾ ਕੀ ਸੀ? ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਵੀ ਤੇਰੇ ਇਸ ਸ਼ਹਿਰ ਦੇ ਵਿੱਚ ਗਊਆਂ ਦੀ ਹੱਤਿਆ ਹੋ ਗਈ ਹੈ, ਗਊਆਂ ਦਾ ਮਾਸ ਪਿੱਤਾ ਤੇ ਇਹ ਗਊ ਹੱਤਿਆ ਬੰਦ ਕਰ ਦੇ ਬਾਦਸ਼ਾਹ, ਤੇ ਜਿਹੜਾ ਦਰਿਆ ਸਤਲੁਜ ਚੜ੍ਹ ਕੇ ਆਉਂਦਾ ਹੈ ਤੇਰੇ ਵੱਲ ਚੜ੍ਹ ਕੇ ਨਹੀਂ ਆਉਂਦਾ। ਤੇ ਤੁਸੀਂ ਸਾਹ ਸਿੰਘ ਜੀ ਮੰਨ ਸਕਦੇ ਹੋ ਜੋ ਬਾਬੇ ਨਾਨਕ ਨੇ ਕਿਹਾ ਉਹ ਕਰਕੇ ਦਿਖਾਇਆ। ਉੱਥੇ ਉਸ ਸਮੇਂ ਦੇ ਸ਼ਾਸਕ ਨੇ ਚੂਲੀਆਂ ਸਿੱਧੀਆਂ ਸੀ ਕਿ ਪਾਤਸ਼ਾਹ ਜੀ ਅੱਜ ਤੋਂ ਬਾਅਦ ਇੱਥੇ ਗਊ ਹੱਤਿਆ ਨਹੀਂ ਮੈਂ ਕਰਾਂਗਾ। ਤੇ ਗਊ ਹੱਤਿਆ ਰੁਕੀ, ਇਹ ਜਿਹੜਾ ਬੁੱਢਾ ਦਰਿਆ ਸਤਲੁਜ ਦਾ ਇੱਕ ਰੂਪ ਹੈ ਸਾਹ ਸਿੰਘ ਜੀ, ਉਹ ਸਤਲੁਜ ਜਿਹੜਾ ਉੱਥੇ ਤੱਕ ਚੜ੍ਹ ਕੇ ਮਾਰ ਕਰਦਾ ਸੀ ਇੱਕ ਛੋਟੀ ਜਿਹੀ ਲਹਿਰ ਬਣ ਕੇ ਰਹਿ ਗਈ, ਤੇ ਛੋਟਾ ਜਿਹਾ ਉਹ ਦਰਿਆ ਉਹਦੇ ਕੰਢੇ ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਏ ਤੇ ਉਸ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਗਊ ਘਰ। ਹੁਣ ਤੁਸੀਂ ਦੱਸੋ ਆਪਾਂ ਪਾਕਿਸਤਾਨ ਜਾਣ ਨੂੰ ਦੱਸਦੇ ਹਾਂ, ਇਹ ਹੋਇਆ ਕਦੇ ਕਿ ਲੁਧਿਆਣੇ ਵਾਲੇ ਸ਼ਹਿਰ ਵਾਸੀਆਂ ਨੂੰ ਇਹ ਪਤਾ ਹੋਵੇ, ਕਦੇ ਆਪਾਂ ਦੱਸਿਆ ਹੋਵੇ ਕਿ ਬੇਟਾ ਜੀ ਚਲੋ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਉੱਤੇ ਤੁਹਾਨੂੰ ਦਰਸ਼ਨ ਕਰਵਾ ਕੇ ਲਈਏ? ਕਿਹੜੀ ਧਰਤੀ? ਗਊ ਘਰ। ਕਦੇ ਨਹੀਂ ਗਏ ਤੇ ਆਪਾਂ ਹੋਰ ਬੰਦਾ ਭਾਵੇਂ ਭੱਜਦੇ ਹਾਂ, ਆਪਣਾ ਮਨ ਤਾਂ ਫਿਰ ਵੀ ਘਰ ਦੇ ਕੰਮਾਂ ਚਾਹੁੰਦਾ, ਆਪਾਂ ਹਜ਼ੂਰ ਸਾਹਿਬ ਤੱਕ ਦੀ ਯਾਤਰਾ ਕਰਦੇ ਹਾਂ, ਪਰ ਆਪਣੇ ਜਿਹੜੇ ਮਨ ਦੀ ਉਡਾਰੀ ਆਪਣੇ ਮਨ ਦੇ ਖਿਆਲ ਹੈ ਉਹ ਘਰ ਦੇ ਵਿੱਚ ਹੀ ਹੁੰਦੇ ਆ। ਤੇ ਗੁਰੂ ਪਾਤਸ਼ਾਹ ਜੀ ਦਾ ਹਾਜ਼ਰੀ ਪ੍ਰਵਾਹ ਨਹੀਂ ਕਰਦੇ। ਮੈਂ ਹਮੇਸ਼ਾ ਕਹਿਣਾ ਹੁੰਦਾ ਜਿਸ ਤਰ੍ਹਾਂ ਆਪਾਂ ਸਰੀਰਕ ਤੌਰ 'ਤੇ ਜੁੜਦੇ ਹਾਂ ਫਿਰ ਆਪਾਂ ਨੂੰ ਆਤਮਕ ਤੌਰ 'ਤੇ ਜੁੜਦੀ ਹੁੰਦੀ ਹੈ। ਦੱਸਿਆ ਕਰੋ ਆਪਣੇ ਬੱਚਿਆਂ ਨੂੰ ਇਤਿਹਾਸ ਕਿ ਇਹ ਧਾਕਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਦੇ ਰਚਣ ਵਾਲੇ ਜਿਨ੍ਹਾਂ ਨੇ ਏਡਾ ਵੱਡਾ ਗ੍ਰੰਥ ਦੇ ਪੰਥ ਦੀ ਝੋਲੀ ਪਾਇਆ। ਉਹ ਗੁਰੂ ਪਾਤਸ਼ਾਹ ਜੀ ਦਾ ਆਪਾਂ ਕਦੇ ਕੁਟਾਨ ਕੋਸ਼ ਬਣਾਉਣਾ ਕਰ ਦਿਓ ਆਪਾਂ ਰਹਿ ਨਹੀਂ ਸਕਦੇ, ਅਤੇ ਆਪਾਂ ਉਹਨਾਂ ਦੀਆਂ ਜਿਹੜੀਆਂ ਕੀਤੀਆਂ ਸਾਡੇ ਲਈ ਘਾੜੀਆਂ ਹੋਈਆਂ ਧਾਰਨਾ ਉਹ ਕਦੇ ਆਪਾਂ ਭੁਲਾ ਨਹੀਂ ਸਕਦੇ। ਆਓ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਗੁਰਸ਼ਰਨ ਸਿੰਘ ਜੀ ਰੰਧਾਵਾ ਜਿਨ੍ਹਾਂ ਨੇ ਬਹੁਤ ਵਧੀਆ ਇੱਕ ਸਨਮਾਨ ਚ ਰਹੇ ਗੁਰਦੁਆਰਾ ਸਾਹਿਬ ਵਿਖੇ ਭੇਟ ਕੀਤਾ ਅਤੇ ਨਾਲ ਦੀਆਂ ਢਾਡੀਆਂ ਤੋਂ ਵੀ ਕੋਈ ਛੋਟਾ ਰੂਪ ਦੇ ਕਾਰਨ ਕੀ ਹੈ? ਆਪਾਂ ਇਹ ਕਹਿ ਸਕਦੇ ਹਾਂ ਕਿ ਬਹੁਤ ਇਸ ਕੰਮਾਂ ਦੇ ਲਈ ਮਿਹਨਤ ਲੱਗਦੀ ਹੈ ਕਿਉਂਕਿ ਸੇਵਾ ਕਰਨੀ ਬਹੁਤ ਵੱਡੀ ਗੱਲ ਹੈ। ਜਿਸ ਤਰ੍ਹਾਂ ਜਿਹੜੀਆਂ ਹੱਥ ਲਿਖਤ ਵੀਰਾਂ ਸੀ ਨਾ ਧਾਕੜ ਬਾਬਾ ਦੀਪ ਸਿੰਘ ਜੀ ਜੇ ਉਹਨਾਂ ਦੀ ਕੁਰਬਾਨੀ ਦੇਖੀ ਜਾਵੇ ਬਹੁਤ ਵੱਡੀ ਕੁਰਬਾਨੀ ਹੈ। ਆਪਾਂ ਸਾਹ ਸਿੰਘ ਜੀ ਇੱਕ ਗੁਟਕਾ ਸਾਹਿਬ ਵੀ ਆਪਾਂ ਹੱਥ ਲਿਖਤ ਲਿਖਣਾ ਹੋਵੇ ਨਾ ਤਾਂ ਮੈਨੂੰ ਲੱਗਦਾ ਕਾਲੀਓ ਦਾ ਇੱਡਾ ਮਾੜਾ ਜੋੜ ਹੈ ਕਿ ਅਸੀਂ ਲਿਖ ਨਹੀਂ ਸਕਦੇ ਤੇ ਜਪਣਾ ਤਾਂ ਬਹੁਤ ਦੂਰ ਦੀ ਗੱਲ ਹੈ, ਅਸੀਂ ਪੜ੍ਹਨਾ ਬੜੀ ਦੂਰ ਦੀ ਗੱਲ ਹੈ, ਅਸੀਂ ਲਿਖ ਨਹੀਂ ਸਕਦੇ। ਤੇ ਧਾਕੜ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਹੱਥ ਲਿਖਤ ਵੀਰਾਂ ਲਿਖੀਆਂ ਦੇਖੋ ਕਿੱਡੀਆਂ ਵੱਡੀਆਂ ਕੁਰਬਾਨੀਆਂ। ਤੇ ਆਹ ਜਿਹੜੀ ਆਪਣੇ ਸਾਹਮਣੇ ਇਹ ਤਸਵੀਰ ਪਈ ਹੈ ਭੇਟ ਕੀਤੀ ਹੈ ਤੇ ਸਾਹ ਸਿੰਘ ਜੀ ਤਸਵੀਰਾਂ ਬਣਾਉਣ ਦੇ ਲਈ ਸਮਾਂ ਕੱਢਣਾ ਗੁਰੂ ਪਾਤਸ਼ਾਹ ਜੀ ਚਰਨਾਂ ਦੇ ਨਾਲ ਪ੍ਰੀਤੀ ਜੋੜਨੀ ਪੈਂਦੀ ਆ ਫਿਰ ਇਹ ਤਸਵੀਰਾਂ ਬਣਦੀਆਂ। ਆਪਾਂ ਇਹ ਕਹਿ ਸਕਦੇ ਹਾਂ ਕਿ ਗੰਗ ਦੇ ਵਿੱਚ ਸਾਗਰ ਬੰਦ ਕਰ ਦੇਣ ਵਾਲੀ ਗੱਲ ਹੁੰਦੀ ਹੈ ਕਿ ਆਪਾਂ ਨੂੰ ਸਾਰਾ ਧਾਕੜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਏਡਾ ਬੜਾ ਖਜ਼ਾਨਾ
ਤੇ ਸਾਨੂੰ ਉਹਨਾਂ ਦੀ ਜਿਹੜੀ ਜਿੰਨੀ ਕੁ ਜਾਣਕਾਰੀ ਸੀ ਉਹ ਤਸਵੀਰ ਦੇ ਵਿੱਚ ਸਾਨੂੰ ਉਹਨਾਂ ਨੇ ਸ਼ਾਮਿਲ ਕਰਕੇ ਦਿੱਤੀ ਹੈ। ਧਾਰਨਾ ਕੀ ਹੈ ਜਿਹਨਾਂ ਨੇ ਵਿਅਕਤ ਮਾਇਆ ਵੀ ਭੇਜੀ ਆ, ਮਾਇਆ ਦੇਵ ਵੀ ਸਤਿਕਾਰ ਕਰਕੇ ਗਏ ਢਾਡੀ ਜਿੱਤ ਦਾ, ਤੇ ਆਹ ਅੱਜ ਦਾ ਜਿਹੜਾ ਉਹਦਾ ਧੱਕਾ ਦੇ ਆਰੰਭ ਕਰਨਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਹਨਾਂ ਦੇ ਆਪਾਂ ਅਸਲ ਵਿੱਚ ਰੂਪ ਤੋਂ ਵੱਖ ਵੱਖ ਉਹ ਕਿਹੜਾ ਰੂਪ ਹੈ। ਆਪਾਂ ਇਹ ਕਹਿੰਦੇ ਹਾਂ ਸ਼ਾਂਤੀ ਦੇ ਪੁੰਜ ਹੋਏ ਨੇ, ਸ਼ਹੀਦਾਂ ਦੇ ਸਰਤਾਜ ਹੋਏ ਨੇ, ਕੋਈ ਝੂਠ ਨਹੀਂ ਕੋਈ ਹੋਰ ਹੈ, ਬਿਲਕੁਲ ਸੱਚੀ ਗੱਲ ਹੈ। ਪਰ ਏਡਾ ਵੱਡਾ ਸਾਡੇ ਬਾਬੇ ਦਾ ਇਤਿਹਾਸ ਹੋਵੇ, ਗੁਰੂਆਂ ਦਾ ਇਤਿਹਾਸ ਹੋਵੇ, ਤੇ ਆਪਾਂ ਇੱਥੇ ਤੱਕ ਸੀਮਤ ਨਹੀਂ ਰਹਿ ਸਕਦੇ। ਬੜੀਆਂ ਵੱਡੀਆਂ ਧਾਰਨਾ ਪਾਈਆਂ, ਬੜੀ ਵੱਡੀ ਕੁਰਬਾਨੀ ਹੈ। ਕਿੱਥੋਂ ਗੱਲ ਚੱਲਦੀ ਹੈ ਕਿ ਜਦੋਂ ਧਾਰਨਾ ਹੈ ਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਨਾ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਕਿ ਪਰਖਾਂ ਆਉਣ ਲੱਗੀਆਂ ਨੇ, ਕਿ ਪਰਖ ਦੇ ਨਾਲ ਗੱਦੀ ਮਿਲੀ ਹੈ, ਕਦੇ ਇੱਦਾਂ ਗੱਦੀ ਨਹੀਂ ਮਿਲੀ, ਹਮੇਸ਼ਾ ਪਰਖ ਹੋਈ ਹੈ। ਤੇ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗੁਪਤਾ ਗੱਦੀ ਮਿਲੀ ਹੈ ਕਿ ਮੇਰੇ ਇਹ ਲਾਇਕ ਸਪੁੱਤਰ। ਆਹ ਗੁਰੂ ਪਾਤਸ਼ਾਹ ਨੇ ਕਿਹੜੀਆਂ ਕਿਹੜੀਆਂ ਸੇਵਾਵਾਂ ਪਾਈਆਂ ਨੇ, ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਜੀ ਵੱਲੋਂ ਬਿਆਨਤ ਪਾਣ ਸਰਕਾਰ 100 ਦਾਣਾ ਢਾਡੀ ਨੂੰ ਭੇਜ ਕੇ ਮਾਇਆ ਦਾ ਸਤਿਕਾਰ ਕੀਤਾ ਗਿਆ ਗੁਰੂ ਪਾਤਸ਼ਾਹ ਜੀ ਖਜ਼ਾਨੇ ਤੋਂ ਭੂਕਾ ਕਰ। ਆਹ ਇਤਿਹਾਸਿਕ ਲੜੀ ਦੇ ਨਾਲ ਜੁੜੀਏ ਕਿ ਆਪਾਂ ਨੂੰ ਸਿਰਫ ਇੱਕੋ ਹੀ ਰੂਪ ਪਤਾ, ਜਿਹੜਾ ਆਪਾਂ ਜ਼ਿਆਦਾਤਰ ਬੱਚਿਆਂ ਨੂੰ ਇਹ ਜਾਣਕਾਰੀ ਦਿੰਦੇ ਆਏ ਹਾਂ, ਕਿਤਾਬਾਂ ਦੇ ਵਿੱਚ ਪੜ੍ਹਿਆ ਕਿ ਮੇਰੇ ਗੁਰੂ ਪਾਤਸ਼ਾਹ ਜੀ ਸ਼ਾਂਤੀ ਦੇ ਪੁੰਜ ਤੇ ਸ਼ਹੀਦਾਂ ਦੇ ਸਰਤਾਜ ਹੋਏ। ਕੋਈ ਸ਼ੱਕ ਨਹੀਂ ਹੈ ਸ਼ਾਂਤੀ ਦੇ ਪੁੰਜ ਹੋਏ ਨੇ, ਸ਼ਹੀਦਾਂ ਦੇ ਸਰਤਾਜ ਹੋਏ ਨੇ, ਪਰ ਸੋਚਿਆ ਜਾਵੇ ਜਿਹਨਾਂ ਦੇ ਸਥਾਨ ਤੇ ਬੈਠੇ ਆ ਉਹ ਕੀ ਕੁਝ ਨਹੀਂ ਸੀ ਕਰ ਸਕਦੇ, ਕਿੱਡੇ ਵੱਡੇ ਬਲਵਾਨ ਯੋਧੇ ਸੀ। ਤੁਹਾਡੇ ਨੇੜੇ ਹੀ ਨਗਰ ਹੈ ਮਾਓ ਸਾਹਿਬ, ਬਹੁਤ ਵੱਡੀ ਗੱਲ ਹੈ ਗੁਰੂ ਪਾਤਸ਼ਾਹ ਜਦੋਂ ਕਿਤੇ ਪੱਖ ਹੋਈ ਹੈ ਨਾ, ਤਾਂ ਸਾਹ ਸਕਦੀ ਉਹ ਕੀਲਾ ਢੱਲ ਕੇ ਦਰਖਤ ਦਾ ਰੱਖ ਦਿੱਤਾ ਨਾ, ਪਹਿਲੇ ਜਿਹੜਾ ਕੀਲਾ ਪੱਟੂਗਾ ਇਹ ਲਾਣੇ ਨੂੰ ਸਾਡੇ ਪਹਿਲੇ ਨੰਬਰ ਤੇ ਕੀਲਾ ਪੱਟਣਾ ਪੈਣਾ ਘੋੜ ਸਵਾਰੀ ਕਰਕੇ। ਦੇਖੋ ਜਿਹੜੇ ਸ਼ਾਂਤੀ ਦੇ ਪੁੰਜ ਨੇ, ਸ਼ਹੀਦਾਂ ਦੇ ਸਰਤਾਜ ਨੇ, ਸ਼ਾਂਤੀ ਦੇ ਪੁੰਜ ਤਾਂ ਨੇ ਬਈ ਤੱਤੀ ਤਵੀ ਉੱਤੇ ਬੈਠ ਕੇ ਵੀ ਉਹਨਾਂ ਨੇ ਸੀ ਨਹੀਂ, ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਡੇ ਉੱਤੇ ਦੁੱਖ ਹੋਏ, ਉਹਨਾਂ ਨੇ ਦੁੱਖ ਨੂੰ ਸਹਿਣਾ ਦੱਸਿਆ, ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਰਹਿਣਾ ਦੱਸਿਆ, ਮੀਆਂ ਮੀਰ ਵੀ ਆਇਆ ਉਹਨਾਂ ਨੂੰ ਵੀ ਸ਼ਾਂਤ ਕਰਾਇਆ। ਪਰ ਉਹ ਸ਼ਾਂਤੀ ਦੇ ਪੁੰਜ ਦਾ ਇੱਕ ਦੂਸਰਾ ਰੂਪ ਕਿ ਗੁਰੂ ਪਾਤਸ਼ਾਹ ਨੇ ਜਿਸ ਵੇਲੇ ਘੋੜ ਸਵਾਰੀ ਕੀਤੀ ਹੈ ਨਾ, ਖਿੱਚ ਕੇ ਨੇਜਾ ਮਾਰਿਆ ਤਾਂ ਦਰਖਤ ਦੀਆਂ ਜਿਹੜੀਆਂ ਜੜਾਂ ਸੀ ਉਹ ਟਾ ਕੇ ਰੱਖ ਦਿੱਤੀਆਂ। ਦੇਖੋ ਕਿੱਡਾ ਵੱਡਾ ਬਲਵਾਨ ਯੋਧਾ ਹੋਊਗਾ, ਕਿੱਡਾ ਵੱਡਾ ਬਲਵਾਨ ਹੋਣਗੇ ਜਿਹੜੇ ਰਹਿਬਰੇ ਜਿਹੜੇ ਸ਼ਾਂਤੀ ਦੇ ਪੁੰਜ ਵੀ ਨੇ, ਸੂਰਬੀਰ ਯੋਧੇ ਵੀ ਨੇ, ਨੇਜੇ ਦੇ ਧਨੀ ਨੇ, ਹਥਿਆਰ ਚਲਾਉਣ ਦੇ ਧਨੀ ਨੇ, ਘੋੜ ਸਵਾਰੀ ਦੇ ਧਨੀ ਨੇ, ਤੇ ਕਿੱਡਾ ਵੱਡਾ ਰੂਪ ਹੈ ਗੁਰੂ ਪਾਤਸ਼ਾਹ ਜੀ ਦਾ, ਕਿੰਨੇ ਰੂਪ ਨੇ। ਭਾਵੇਂ ਜਿਹੜੇ 10 ਰੂਪ ਆਏ ਨੇ ਤੇ ਦਸੇ ਜੋਤਾਂ ਇੱਕੋ ਜੋਤ ਆਈ ਹੈ, 10 ਰੂਪ ਅਲੱਗ ਅਲੱਗ ਆਏ ਨੇ। ਆਹ ਮੈਂ ਗੁਰੂ ਪਾਤਸ਼ਾਹ ਜੀ ਨਾਲ ਸੰਬੰਧ ਦੇ ਵਿੱਚ ਇੱਕ ਛੋਟੀ ਜਿਹੀ ਇਤਿਹਾਸਿਕ ਲੜੀ ਕਹਿ ਕੇ ਮੈਂ ਕਿਵੇਂ ਦਾ ਗੱਚਕ ਹੋ ਜਾਣਾ, ਜਿੰਨਾ ਕੁ ਸਮਾਂ ਉਸ ਸਮੇਂ ਦੇ ਵਿੱਚ ਆਪਾਂ ਜੋੜਨ ਦੀ ਕੋਸ਼ਿਸ਼ ਕਰੀਏ ਕਿ ਅੱਜ ਸਭ ਤੋਂ ਵੱਡਾ ਸਾਹਸਿਕ ਜੀ ਰੌਲਾ ਕਿਹੜਾ, ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡਾ ਰੌਲਾ ਕੀ ਹੈ, ਮੈਂ ਇਤਿਹਾਸਿਕ ਲੜੀ ਇੱਥੋਂ ਤੋੜਨੀ ਹੈ ਕਿ ਰੌਲਾ ਕੀ ਹੈ, ਸਭ ਤੋਂ ਵੱਡਾ ਆਪਣੇ ਧਰਮਾਂ ਦੇ ਵਿੱਚ, ਸਭ ਤੋਂ ਵੱਡਾ ਆਪਣੇ ਬੱਚਿਆਂ ਦੇ ਵਿੱਚ, ਸਭ ਤੋਂ ਵੱਡਾ ਆਪਣੇ ਮਾਂ ਬਾਪ ਦੇ ਵਿੱਚ, ਸਭ ਤੋਂ ਵੱਡਾ ਭੈਣ ਭਰਾਵਾਂ ਦੇ ਵਿੱਚ ਕਿਹੜਾ ਰੌਲਾ, ਇੱਕੋ ਇੱਕ ਰੌਲਾ ਮਾਇਆ ਦਾ ਰੌਲਾ। ਗੁਰਦੁਆਰਿਆਂ ਦੇ ਵਿੱਚ ਕਾਹਦਾ ਰੌਲਾ, ਮਾਇਆ ਦਾ ਰੌਲਾ, ਜਥਿਆਂ ਦੇ ਵਿੱਚ ਕਾਹਦਾ ਰੌਲਾ, ਮਾਇਆ ਦਾ ਰੌਲਾ। ਤੇ ਜੇ ਆਪਾਂ ਦੇਖਿਆ ਜਾਵੇ ਸਿਆਸਤ ਦੇ ਵਿੱਚ ਕਾਹਦਾ ਰੌਲਾ, ਕੋਈ ਸੇਵਾ ਲਈ ਕੋਈ ਸਿਆਸਤ ਨਹੀਂ ਆ ਰਿਹਾ, ਕੋਈ ਸੇਵਾ ਲਈ ਕੋਈ ਐਮਐਲਏ ਨਹੀਂ ਬਣਦਾ, ਸੇਵਾ ਲਈ ਕੋਈ ਪ੍ਰਾਈਮ ਮਿਨਿਸਟਰ ਨਹੀਂ, ਸੇਵਾ ਲਈ ਕੋਈ ਮੁੱਖ ਮੰਤਰੀ ਨਹੀਂ, ਸੇਵਾ ਲਈ ਕੋਈ ਪ੍ਰਧਾਨ ਮੰਤਰੀ ਨਹੀਂ, ਕਾਹਦੇ ਲਈ ਰੌਲਾ, ਰੌਲਾ ਮਾਇਆ ਦਾ। ਅੱਜ ਦਾ ਜਿਹੜਾ ਮੇਰਾ ਪ੍ਰਕਰਨ ਹੈ ਟੂਕ ਮਾਤਰ ਪ੍ਰਸੰਗ ਜਿਹੜਾ ਮੈਂ ਕਹਿਣ
ਮਾਇਆ ਸੰਗ ਚੜਾਵੇ ਦੀ ਕੀ ਅਹਿਮੀਅਤ ਆ, ਚੜਾਵੇ ਕਿਸ ਤਰ੍ਹਾਂ ਤੇ ਕਿੱਦਾਂ ਚੜਾਵੇ ਹੋਇਆ, ਕਿੰਨੀ ਤਰ੍ਹਾਂ ਦੇ ਚੜਾਵੇ ਹੋਏ, ਕਿਸ ਤਰ੍ਹਾਂ ਗੁਰੂ ਪਾਤਸ਼ਾਹ ਨੇ ਕਿਹਦੇ ਤੇ ਕਿੱਦਾਂ ਰਹਿਮਤਾਂ ਕੀਤੀਆਂ ਨੇ, ਆਹ ਜਿਹੜਾ ਤੁਸੀਂ ਚੜਾਵਾ ਮੂਹਰੇ ਸਾਡੇ ਰੱਖਦੇ ਹੋ ਨਾ, ਇਹ ਚੜਾਵੇ ਦਾ ਹੀ ਆਪਾਂ ਪ੍ਰਸੰਗ ਬੋਲੀ। ਕੋਸ਼ਿਸ਼ ਕੀਤੀ ਹੈ, ਨਵਾਂ ਪ੍ਰਸੰਗ ਲਿਖਿਆ ਗੁਰੂ ਪਾਤਸ਼ਾਹ ਜੀ ਨੇ, ਆਪਣੀ ਨਜ਼ਰੇ ਰਹਿਮਤ ਕਰਕੇ ਦਾਸਾਂ ਵੱਲੋਂ ਆਪਾਂ ਪ੍ਰਸੰਗ ਆਪ ਲਿਖਵਾਇਆ ਤੇ ਅੱਜ ਸਟੇਜ ਉੱਤੇ ਚੜ੍ਹਨ ਦਾ ਮੌਕਾ ਮਿਲਿਆ ਤੇ ਮੈਂ ਸਲਾਹ ਕਰ ਰਿਹਾ ਸੀ ਕਿ ਆਪਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਧਿਆਨ ਕਰਕੇ ਉਹਨਾਂ ਦਾ ਪ੍ਰਸੰਗ ਉਹਨਾਂ ਦੀ ਸਟੇਜ ਦੇ ਉੱਤੇ ਚੜ੍ਹ ਕੇ ਪ੍ਰਾਪਤ ਧਰਤੀ ਦੇ ਦੀਪ ਬੁਝਿਆ ਜਾਵੇ। ਤਾਂ ਗੁਰੂ ਪਾਤਸ਼ਾਹ ਜੀ ਆਪ ਵਰਤ ਜਾਂਦੇ ਆ, ਵਿਸ਼ਵਾਸ ਹੋਣਾ ਚਾਹੀਦਾ, ਜਿਹਨਾਂ ਦਾ ਨਾਮ ਲੈ ਕੇ ਚੜ੍ਹਦੇ ਆ ਉਹ ਵਰਤ ਜਾਂਦੇ ਆ, ਕਲਾ ਵਰਤਦੀ ਹੈ। ਆਹ ਜਿੱਥੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਢਾਡੀਆਂ ਨੂੰ ਮਾਣ ਦਿੱਤਾ, ਭਾਈ ਨੱਥੇ ਤੇ ਦੁੱਲੇ ਨੂੰ ਇੰਨਾ ਮਾਣ ਦਿੱਤਾ ਤੇ ਹਾਥੀ ਤੱਕ ਭੇਟ ਕਰ ਦਿੱਤਾ। ਜੇ ਨੱਥੇ ਦੁੱਲੇ ਇਹ ਗੱਲ ਕਹਿਤੀ ਤੇ ਗੁਰੂ ਪਾਤਸ਼ਾਹ ਜੀ ਹਾਥੀ ਦਾ ਖਰਚਾ ਨਹੀਂ ਚੱਕ ਸਕਦੇ ਵਾਪਸ ਕਰ ਗਏ। ਪਾਤਸ਼ਾਹ ਜੀ ਕਹਿੰਦੇ ਪਹਿਲੀ ਗੱਲ ਨਹੀਂ, ਜੇ ਹਾਥੀ ਦਾ ਖਰਚਾ ਨਹੀਂ ਚੱਕ ਸਕਦੇ ਤਾਂ ਹਾਥੀ ਦੀ ਖੁਰਾਕ ਵੀ ਅਸੀਂ ਦੇਵਾਂਗੇ, ਤਾਂ ਤੁਸੀਂ ਹਾਥੀ ਤੇ ਜਾ ਕੇ ਆਓ। ਅੱਜ ਦਾ ਜਿਹੜਾ ਇਹ ਪ੍ਰਸੰਗ ਹੈ, ਚੜਾਵੇ ਦਾ ਪ੍ਰਸੰਗ ਹੀ ਹੈ ਜਿਹੜਾ ਤੁਸੀਂ ਦੇ ਰਹੇ। ਤਾਂ ਜਿੱਥੇ ਛੇਵੇਂ ਪਾਤਸ਼ਾਹ ਜੀ ਨੇ ਭਾਈ ਨੱਥੇ ਦੇ ਦੁੱਲੇ ਨੂੰ ਬੜੀ ਮਾਨਤਾ ਦਿੱਤੀ ਹੈ, ਢਾਬੇ ਨੂੰ ਮਾਨ ਦਿੱਤਾ, ਤੇ ਪੰਚਮ ਪਾਤਸ਼ਾਹ ਜੀ ਨੇ ਇਹਨਾਂ ਨੂੰ ਮਾਨ ਦਿੱਤਾ। ਇੱਕ ਉਹਨਾਂ ਦੇ ਹਜ਼ੂਰੀ ਰੱਖਦੀ ਹੋਈ ਹੈ ਭਾਈ ਸੱਤਾ ਤੇ ਭਾਈ ਬਲਵੰਡ, ਭਾਈ ਸੱਤਾ ਤੇ ਭਾਈ ਬਲਵੰਡਾ, ਜਿਹਨਾਂ ਦੀ ਮੈਂ ਗੱਲ ਕਹਿਣ ਦਾ ਯਤਨ ਕਰ ਰਿਹਾ। ਪਹਿਲੇ ਮੈਂ ਖਿਮਾ ਮੰਗ ਲਵਾਂਗਾ ਕਿ ਪਹਿਲੀ ਵਾਰੀ ਆਪਾਂ ਸ਼ੇਰ ਦੇ ਪ੍ਰਸੰਗ ਚਾੜ ਰਹੇ ਹਾਂ, ਬਹੁਤ ਗਲਤੀਆਂ ਹੋ ਸਕਦੀਆਂ ਨੇ, ਚੌੜੇ ਵੀਡੀਓ ਨਾਲ ਬੜਾ ਕੁਝ ਗਿਆਨ ਹੋ ਸਕਦਾ, ਪਰ ਸਾਡੀਆਂ ਗਲਤੀਆਂ ਦਾ ਚਿਤਾਰ ਦੇ ਅਰਦਾਸ ਕਰਿਆ ਕਿ ਗੁਰੂ ਪਾਤਸ਼ਾਹ ਜੀ ਤੁਹਾਡੇ ਚਰਨਾਂ 'ਚ ਖਲੋ ਕੇ ਤੁਹਾਡੀ ਅਰਦਾਸ ਤੁਹਾਡੀ ਸਿਫਤ ਕਰ ਸਕੇ। ਇਹ ਸੱਤਾ ਦੇ ਬਲਵੰਡਾ ਜਿਹੜਾ ਹਮੇਸ਼ਾ ਆਉਂਦੇ ਨੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਵਿਰਾਜਮਾਨ ਹੁੰਦੇ ਨੇ, ਰੋਜ਼ ਆ ਕੇ ਕੀਰਤਨ ਕਰਿਆ ਕਰਦੇ ਨੇ ਤੇ ਬੜੇ ਰਾਗਾਂ ਦਾ ਧਨੀ ਨੇ, ਬੜਾ ਕੁਝ ਵਧੀਆ ਵਿਖਿਆਨ ਕਰਦੇ ਆ, ਬੜੀਆਂ ਸਿਰਾਂ ਬੜੀਆਂ ਤਾਨਾਂ ਦੇ ਮਾਹਰ ਨੇ। ਅੱਜ ਸੱਤੇ ਤੇ ਬਲਵੰਡੇ ਨੂੰ ਕੀਰਤਨ ਕਰਦੇ ਨੂੰ ਕਾਫੀ ਸਮਾਂ ਹੋ ਗਿਆ, ਲਗਾਤਾਰ ਬਾਜ਼ਰੀ ਲਗਾਉਂਦੇ ਆ, ਸੰਗਤਾਂ ਦਾ ਬੜਾ ਪਿਆਰ ਆ, ਸੰਗਤਾਂ ਇੱਥੋਂ ਤੱਕ ਪਿਆਰ ਕਰਦੀਆਂ ਨੇ, ਜਿੱਦਾਂ ਅੱਜ ਵੀ ਆਪਾਂ ਜਾਂਦੇ ਹਾਂ ਹਰਿਮੰਦਰ ਸਾਹਿਬ, ਜਦੋਂ ਤੋਂ ਹਜ਼ੂਰੀ ਰਾਖੀ ਜਿਹੜੇ ਕੋਈ ਕੀਰਤਨ ਕਰਕੇ ਨਿਕਲਦੇ ਆ ਨਾ, ਸਾਧ ਸੰਗਤ ਜੀ ਭਾਵੇਂ ਦੀਵੇ ਥੱਲੇ ਹਨੇਰਾ ਹੋ ਸਕਦਾ, ਪਰ ਹਜ਼ੂਰੀ ਰਾਖੀ ਜਿਹੜੇ ਕੀਰਤਨ ਕਰਕੇ ਨਿਕਲਦੇ ਆ ਤੇ ਕਈ ਸੰਗਤਾਂ ਉਹਨਾਂ ਦੀ ਚੰਦ ਧੂੜੀ ਮੱਥੇ ਲਾਉਂਦੇ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਗੁਰੂ ਪਾਤਸ਼ਾਹ ਜੀ ਦੇ ਚਲੋ ਘਰੋਂ ਵਰਸਾਏ ਹੋਏ ਇਹ ਰਾਖੀ ਨੇ, ਇਹ ਕੀਰਤਨ ਕਰਦੇ ਆ ਤੇ ਇਹਨਾਂ ਨੇ ਗੁਰੂ ਪਾਤਸ਼ਾਹ ਜੀ ਬਾਣੀ ਲਾਈ ਹੈ। ਅੱਜ ਭਾਈ ਸੱਤੇ ਦੇ ਬਲਵੰਡੇ ਦਾ ਵੀ ਉਹੀ ਹਾਲ ਹੈ ਕਿ ਬੜਾ ਕੁਝ ਉਹਨਾਂ ਦੇ ਰਹਿਮਤ ਹੋਈ ਆ, ਨਜ਼ਰੇ ਨਜ਼ਰ ਨਿਹਾਲ ਕਰਦੇ ਆ, ਕੀਰਤਨ ਸੁਣਾਉਂਦੇ ਆ, ਸੰਗਤਾਂ ਨੂੰ ਕੀਰਤਨ ਸੁਣਾ ਕੇ ਨਿਹਾਲ ਕਰਦੇ ਆ, ਧਿਆਨ ਕਰਦੇ ਆ। ਤੇ ਅੱਜ ਸੱਤੇ ਤੇ ਬਲਵੰਡੇ ਦੇ ਉੱਤੇ ਇਹ ਸਮਾਂ ਆ ਗਿਆ ਜਿਹੜਾ ਭਾਈ ਸੱਤਾ ਉਹਨੂੰ ਲੜਕੀ ਜਵਾਨ ਹੋਈ ਹੈ, ਲੜਕੀ ਜਿਸ ਵੇਲੇ ਜਵਾਨ ਹੋਈ ਹੈ ਦੋਨਾਂ ਭਰਾਵਾਂ ਨੇ ਇੱਕ ਸਲਾਹ ਕੀਤੀ ਹੈ, ਉਹ ਕਹਿੰਦੇ ਭਾਈ ਸੱਤਾ ਜੀ, ਭਾਈ ਬਲਵੰਡਾ ਜੀ, ਇਸ ਵੇਲੇ ਆਪਾਂ ਕੀ ਕਰਨਾ ਚਾਹੀਦਾ, ਆਪਣੀ ਲੜਕੀ ਜਵਾਨ ਹੋਈ ਹੈ, ਹੁਣ ਆਪਾਂ ਉਹਦੀ ਸ਼ਾਦੀ ਕਰਨੀ ਹੈ। ਲੋ ਜੀ, ਜਿਸ ਵੇਲੇ ਲੜਕਾ ਨੂੰ ਪਸੰਦ ਆਇਆ, ਸ਼ਾਦੀ ਵਗੈਰਾ ਕਰਦਾ ਖਿਆਲ ਮਨ ਦੇ ਵਿੱਚ ਆ ਰਿਹਾ, ਤਾਂ ਉਸ ਵੇਲੇ ਭਾਈ ਸੱਤੇ ਦੇ ਬਲਵੰਡੇ ਨੇ ਤੇ ਨਾਲ ਉਹਨਾਂ ਦੀਆਂ ਧਰ ਪਤਨੀਆਂ ਨੇ ਸਲਾਹ ਕੀਤੀ ਹੈ। ਉਹ ਕੀ ਕਹਿੰਦੀਆਂ ਨੇ? ਉਹ ਕਹਿੰਦੇ ਇਸ ਤਰ੍ਹਾਂ ਹੋ ਸਕਦਾ, ਜੇ ਇੱਕ ਦਿਨ ਦਾ ਆਪਾਂ ਨੂੰ ਗੁਰੂ ਪਾਤਸ਼ਾਹ ਜੀ ਚੜਾਵਾ ਦੇ ਦੇਣਾ, ਇੱਕ ਦਿਨ ਦੀ ਗੁਰੂ ਪਾਤਸ਼ਾਹ ਜੀ ਆਪਾਂ ਨੂੰ ਬੋਲਕ ਦੇ ਦੇਣ, ਤਾਂ ਮੈਨੂੰ ਲੱਗਦਾ ਵੀ ਜਿਹੜੇ ਆਪਣੇ ਸਾਰੇ ਕਾਰਜ ਵੀਰਾ ਰਾਸ ਹੋ ਸਕਦੇ ਆ, ਕਿਉਂਕਿ ਗੁਰੂ ਪਾਤਸ਼ਾਹ ਜੀ ਜੋ ਇਹਨਾਂ ਦੇ ਮੂਹਰੇ ਚੜਾਵਾ ਚੜ੍ਹਦਾ ਸੀ ਜਿੱਦਾਂ ਤੁਸੀਂ ਸਾਨੂੰ ਚੜ੍ਹਾਉਂਦੇ ਹੋ, ਉਹਨੂੰ ਚੜਾਵਾ ਚੜ੍ਹਦਾ ਸੀ, ਗੁਰੂ ਪਾਤਸ਼ਾਹ ਜੀ ਸਾਰਾ ਚੜਾਵਾ ਦਿੰਦੇ ਸੀ ਤੇ ਜੋ ਬੋਲਣ ਸੀ ਉਹ ਮੰਗਣ ਦੀ ਕੋਸ਼ਿਸ਼ ਕੀਤੀ, ਪਾਤਸ਼ਾਹ ਜਿਹੜਾ ਤੁਹਾਨੂੰ ਵੀ ਚੜਾਵਾ ਚੜ੍ਹਦਾ ਉਹ ਸਾਨੂੰ ਮਿਲ ਜਾਵੇ ਤਾਂ ਸਾਡੇ ਕਾਰਜ ਸਫਲੇ ਹੋ ਜਾਣਗੇ। ਅੱਜ ਉਹ ਦਿਨ ਆਇਆ ਕਿ ਕੀਰਤਨ ਕਰ ਰਹੇ ਹੈ,
ਕੀਰਤਨ ਕੀਤਾ, ਸੰਗਤਾਂ ਦੀਆਂ ਅੱਖਾਂ ਵਿੱਚ ਬਾਣੀ ਵਿਚਾਰ ਕਰਦੇ ਅੱਥਰੂ ਆ ਰਹੇ। ਬੜਾ ਕੁਝ ਕੀਰਤਨ ਕਰ ਰਿਹਾ, ਬੜਾ ਕੁਝ ਨਵੇਂ ਤੋਂ ਨਵੀਆਂ ਕਾਨਾਂ ਨਵੇਂ ਤੋਂ ਨਵੇਂ ਆਰਾਮ ਲਾ ਕੇ ਕੀਰਤਨ ਕਰ ਰਹੇ। ਸੰਗਤਾਂ ਵੀ ਬੜੀਆਂ ਬਰਾਦਰੀ ਧੀਆਂ ਹੋ ਕੇ ਨਾਲ ਕੀਰਤਨ ਕਰ ਰਹੀਆਂ ਨੇ। ਗੁਰੂ ਪਾਤਸ਼ਾਹ ਜੀ ਮੂਹਰੇ ਬੈਠੇ ਨੇ, ਬਰਾਦਰਾਂ ਨੇ ਪੰਜ ਪਾਤਸ਼ਾਹ ਪ੍ਰਤਪ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ। ਜਿਸ ਵੇਲੇ ਕੀਰਤਨ ਦੀ ਸਮਾਪਤੀ ਹੋਈ ਹੈ, ਕੀਰਤਨ ਦੀ ਸਮਾਪਤੀ ਉਪਰੰਤ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ, ਪਾਤਸ਼ਾਹ ਨਮਸਕਾਰ ਕਰਕੇ ਬੇਨਤੀ ਕੀਤੀ ਹੈ। ਕਹਿੰਦੇ ਪਾਤਸ਼ਾਹ ਜੀ ਇੱਕ ਛੋਟੀ ਜਿਹੀ ਬੇਨਤੀ ਸੀ। ਤਾਂ ਪਾਤਸ਼ਾਹ ਜੀ ਨੇ ਪੁੱਛਿਆ, ਕੋਈ ਗੱਲ ਨਹੀਂ, ਬੇਨਤੀ ਕਰੋ, ਤੁਸੀਂ ਸਾਡੇ ਗੁਰੂ ਘਰ ਦੇ ਮੁਖੀ ਰਾਗੀ ਹੋ, ਤੁਸੀਂ ਕੀਰਤਨ ਕਰਦੇ ਹੋ, ਤੁਹਾਡਾ ਬਹੁਤ ਵੱਡਾ ਯੋਗਦਾਨ ਹੈ, ਸੰਗਤਾਂ ਤੁਹਾਡੇ ਦਰਸ਼ਨ ਦੀਦਾਰ ਲਈ ਉਤਾਵਲੀਆਂ ਰਹਿੰਦੀਆਂ ਨੇ, ਕਦੋਂ ਭਾਈ ਸੱਤਾ ਦੇ ਭਾਈ ਬਲਵੰਡਾ ਜੀ ਆਉਣਗੇ, ਕਦੋਂ ਕੀਰਤਨ ਕਰਨਗੇ, ਤੁਹਾਨੂੰ ਉਡੀਕਦੀਆਂ ਨੇ। ਅਤੇ ਕੋਈ ਗੱਲ ਨਹੀਂ, ਕਰੋ ਬੇਨਤੀ। ਅੱਜ ਭਾਈ ਸੱਤੇ ਦੇ ਬਲਵੰਡੇ ਨੇ ਕਿਹੜੀ ਬੇਨਤੀ ਕੀਤੀ ਹੈ? ਕਹਿੰਦੇ ਪਾਤਸ਼ਾਹ ਜੀ ਸਾਡੀ ਜਿਹੜੀ ਪੁੱਤਰੀ ਆ ਜਵਾਨ ਹੋ ਚੁੱਕੀ ਹੈ, ਅਤੇ ਅਸੀਂ ਉਹਦੀ ਸ਼ਾਦੀ ਕਰਨੀ ਹੈ, ਜੇ ਬੇਨਤੀ ਹੈ ਤਾਂ ਇੱਕੋ ਇੱਕ ਬੇਨਤੀ ਹੈ ਗੁਰੂ ਪਾਤਸ਼ਾਹ ਜੀ ਕਿ ਸਾਨੂੰ ਇੱਕ ਦਿਨ ਦਾ ਜਿਹੜਾ ਚੜ੍ਹਾਵਾ ਨਾ, ਜੋ ਸੰਗਤਾਂ ਚੜ੍ਹਾਉਂਦੀਆਂ ਨੇ, ਉਹ ਇੱਕ ਦਿਨ ਦਾ ਚੜ੍ਹਾਵਾ ਸਾਨੂੰ ਦੇ ਦਿਓ। ਦੋ ਗੱਲਾਂ ਹੁੰਦੀਆਂ ਨੇ ਸਾਧ ਸੰਗਤ ਜੀ, ਇੱਕ ਤਾਂ ਗੁਰੂ ਪਾਤਸ਼ਾਹ ਜੀ ਨੂੰ ਆ ਕੇ ਮੰਗਣਾ ਕਿ ਪਾਤਸ਼ਾਹ ਜੀ ਤੁਹਾਡੀ ਨਜ਼ਰ ਰਹਿਮਤ ਸਾਡੇ ਉੱਤੇ ਰੱਖਿਓ, ਅਸੀਂ ਇਹ ਕਾਰਜ ਕਰ ਲਈਏ। ਆਪਾਂ ਵੀ ਇੱਦਾਂ ਹੀ ਮੰਗਦੇ ਹਾਂ ਨਾ ਕਿ ਪਾਤਸ਼ਾਹ ਜੀ ਇੱਥੋਂ ਤੱਕ ਪਹਿਲਾ ਕਾਰ ਜਿਹੜਾ ਛੱਡਿਆ ਹੁੰਦਾ, ਆਪਾਂ ਗੁਰੂ ਘਰ ਜਾ ਕੇ ਗੋਰਖ ਦੇ ਉੱਤੇ ਰੱਖ ਕੇ ਆਪਾਂ ਅਰਦਾਸਾ ਕਰਦੇ ਹਾਂ ਕਿ ਪਾਤਸ਼ਾਹ ਜੀ ਉਹ ਕਾਰ 'ਚ ਰੱਖ ਲਏ, ਤੁਸੀਂ ਆਪਣੇ ਆਪ ਹੀ ਸਪੂਰਦ ਕਰਵਾ ਦਿਓ। ਉਹ ਆਪਾਂ ਡੋਰ ਆ ਨਾ ਜਿਹੜੀ ਸੱਸ ਲਈ ਆਪਾਂ ਕਹਿੰਦੇ ਹਾਂ, ਕਦੇ ਵੀ ਵਿਆਹ ਸ਼ਾਦੀ ਦੇ ਵਿੱਚ ਆਪਾਂ ਕਹਿੰਦੇ ਹਾਂ ਨਾ, ਕਦੇ ਵੀ ਕੋਈ ਲੰਗਰ ਨਹੀਂ ਕਰਦਾ, ਅਤੇ ਆਪਾਂ ਕਹਿੰਦੇ ਹਾਂ ਜਦੋਂ ਗੁਰਦੁਆਰਾ ਸਾਹਿਬ ਜਾਂਦਾ ਕਦੇ ਵੀ ਲੰਗਰ ਨਹੀਂ ਕਰਦਾ, ਕਾਰ ਨਹੀਂ ਹੁੰਦਾ, ਉਹਦਾ ਆਸਰਾ ਗੁਰੂ ਪਾਤਸ਼ਾਹ ਦਾ ਲਿਆ ਹੁੰਦਾ। ਆਪਣੀ ਜਿਹੜੀ ਡੋਰ ਹੈ, ਜਿਹੜੀ ਗੁੱਡੀ ਦੀ ਡੋਰ ਆਪਾਂ ਗੁਰੂ ਪਾਤਸ਼ਾਹ ਦੇ ਹੱਥ ਵਿੱਚ ਦੇ ਦਿੰਦੇ ਹਾਂ, ਵੀ ਪਾਤਸ਼ਾਹ ਜੀ ਆਹ ਮੇਰੀ ਜਿਹੜੀ ਗੁੱਡੀ ਉਹ ਅਸਮਾਨ 'ਚ ਚੜ੍ਹਦੀ ਹੈ ਨਾ, ਇਹਨੂੰ ਡੋਰੀ ਤੁਸੀਂ ਫੜ ਕੇ ਰੱਖਿਓ, ਅਸੀਂ ਕੁਝ ਨਹੀਂ ਕਰ ਦਿਓਗੇ। ਪਰ ਅੱਜ ਸੱਤੇ ਦੇ ਬਲਵੰਡੇ ਨੇ ਅੱਜ ਇਹ ਗੱਲ ਨਹੀਂ ਕਹੀ ਕਿ ਪਾਤਸ਼ਾਹ ਜੀ ਡੋਰੀ ਤੁਹਾਡੇ ਹੱਥ ਹੈ, ਉਹ ਡੋਰ ਆਪਣੇ ਹੱਥ ਫੜ ਰਹੀ ਹੈ, ਬੇਨਤੀ ਕੀਤੀ ਹੈ ਕਿ ਡੋਰ ਮੇਰੇ ਹੱਥ ਬਣਾ ਦਿਓ। ਕਹਿੰਦੇ ਪਾਤਸ਼ਾਹ ਜੀ ਇੱਕ ਦਿਨ ਦਾ ਚੜ੍ਹਾਵਾ ਦੇ ਦਿਓ, ਜੇ ਤੁਸੀਂ ਸਾਡੇ ਕੀਰਤਨ ਤੋਂ ਆ ਸੁਣਿਆ ਹੋਇਆ ਭਾਈ ਸੱਤਾ ਅਤੇ ਭਾਈ ਬਲਵੰਡਾ ਕਿਸ ਤਰ੍ਹਾਂ ਗੁਰੂ ਪਾਤਸ਼ਾਹ ਚਰਨਾਂ 'ਚ ਖੜ ਕੇ ਇੱਕ ਦਿਨ ਦਾ ਚੜ੍ਹਾਵਾ ਦੀ ਮੰਗ ਕਰ ਰਹੀ ਹੈ, ਉਸੇ ਦਾ ਸੀਨ ਢਾਡੀ ਦੇ ਜਗਜੀਤ ਸਿੰਘ ਜੋਸ਼ ਖਾਲਸ ਜੀ ਦਾ ਲੁਧਿਆਣਾ ਗਾ ਕੇ ਇਸ ਤਰ੍ਹਾਂ ਲਿਆ ਕਰ। Thank you.
ਭਾਈ ਬਰਵੰਡੇ ਨੇ ਗੁਰੂ ਪਾਤਸ਼ਾਹ ਦੇ ਚਰਨਾਂ ਨੂੰ ਜਾ ਕੇ ਬੇਨਤੀ ਗੁਜ਼ਾਰੀ ਹੈ। ਕਹਿੰਦੇ ਪਾਤਸ਼ਾਹ ਜੀ ਜੇ ਤੁੱਠੇ ਹੋਣਾ ਸਾਡੇ ਕ੍ਰਿਸ਼ਨ ਤੋਂ ਖੁਸ਼ ਹੋ ਤਾਂ ਇੱਕ ਦਿਨ ਦਾ ਚੜਾਵਾ ਦੇ ਦਿਓ। ਗੁਰੂ ਪਾਤਸ਼ਾਹ ਜੀ ਬੜੇ ਹੈਰਾਨ ਹੋਏ ਨੇ, ਪਰ ਪਤਾ ਲੱਗ ਰਿਹਾ ਪਾਤਸ਼ਾਹ ਜੀ ਨੂੰ ਵੀ ਇਹ ਕਿਹੜੇ ਖੇਡ ਵਰਤ ਰਹੇ ਹੈ। ਪਤਾ ਲੱਗ ਰਿਹਾ ਗੁਰੂ ਪਾਤਸ਼ਾਹ ਜੀ ਦੇ ਸੱਤਾ ਤੋਂ ਬਰਵੰਡਾ, ਇਹ ਲੱਗ ਰਿਹਾ ਕਿ ਆਪਣੇ ਇਸ ਵੇਲੇ ਭਰੋਸੇ ਤੋਂ ਡੋਲ ਰਹੇ ਹੈ, ਇਹਨਾਂ ਨੂੰ ਭਰੋਸਾ ਨਹੀਂ ਰਿਹਾ। ਆਹ ਨਾਲ ਦੀ ਨਾਲ ਮੈਂ ਕੁਝ ਬੇਨਤੀਆਂ ਵੀ ਕਰ ਲਈਆਂ। ਬੇਅੰਤ ਪਿਆਰ ਸਤਿਕਾਰ ਸੰਦੀਪ ਕੌਰ ਜੀ ਬਸਰਾ ਤੇ ਪ੍ਰਿਤਪਾਲ ਸਿੰਘ ਜੀ ਬਸਰਾ, ਇਹ ਦੋਨਾਂ ਦੀ ਜਿਹੜੀ ਪੀ ਆਰ ਹੋਈ ਹੈ ਉਹਦੇ ਸ਼ੁਕਰਾਨੇ ਵਜੋਂ ਬੇਅੰਤ ਮਾਇਆ ਇਹਨਾਂ ਦੇ ਪਿਤਾ ਜੀ ਵੱਲੋਂ ਭੇਟ ਕੀਤੀ ਗਈ ਹੈ। ਗੁਰੂ ਪਾਤਸ਼ਾਹ ਜੀ ਹਮੇਸ਼ਾ ਕਾਢੀ ਕਲਾ ਰੱਖਣ, ਦੇਸ਼ ਵਿਦੇਸ਼ ਦੇ ਵਿੱਚ ਆਪ ਸਹਾਈ ਹੋਣ। ਨਾਲ ਦੀ ਨਾਲ ਜਗਦੇਵ ਸਿੰਘ ਜੀ ਲੰਬੜਦਾਰ ਕਨੇਡਾ ਵਾਲੇ, ਉਹਨਾਂ ਵੱਲੋਂ ਵੀ ਬੇਅੰਤ ਮਾਣ ਸਤਿਕਾਰ ਪਿਆਰ ਦੇ ਲਈ ਜਸ਼ਨ ਨਵਾਜਿਆ ਗਿਆ। ਧੰਨਵਾਦੀ ਆ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਰਾਜ ਚੌਪੜੀ ਤਰੱਕੀ ਬਖਸ਼ਣ ਆਇਆਂ ਦੀ ਹਾਜ਼ਰੀ ਪ੍ਰਦਾਨ ਕਰਨ ਹਰ ਦਾ ਫਤਿਹ। ਆਓ ਜਿਸ ਵੇਲੇ ਭਾਈ ਸੱਤਾ ਤੇ ਭਾਈ ਬਲਵੰਡਾ ਇਹਨਾਂ ਦਾ ਮਨ ਤੋੜ ਰਿਹਾ ਕੰਬਦੇ ਹੋਏ ਬਿੱਲਾਂ ਦੇ ਨਾਲ, ਗੁਰੂ ਪਾਤਸ਼ਾਹ ਚਾਹੁੰਦਾ ਜੀ ਦੀ ਅਰਦਾਸ ਬੇਨਤੀ ਕੀਤੀ ਹੈ ਕਿ ਪਾਤਸ਼ਾਹ ਜੀਓ ਇਸ ਵੇਲੇ ਤੁੱਕੇ ਹੋ ਤਾਂ ਸਾਨੂੰ ਇੱਕ ਦਿਨ ਦਾ ਚੜਾਵਾ ਦੇ ਦਿਓ। ਗੁਰੂ ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ ਭਾਈ, ਕਾਰਨ ਕੀ ਹੈ? ਤਾਂ ਜਿਸ ਵੇਲੇ ਕਾਰਨ ਦੱਸਿਆ ਕਹਿੰਦੇ ਸਾਡੀ ਬੇਟੀ ਹੈ ਜਿਹੜੀ ਉਹ ਜਵਾਨ ਹੋ ਗਈ ਹੈ, ਉਹਦੀ ਸ਼ਾਦੀ ਕਰਨੀ ਹੈ ਗੁਰੂ ਪਾਤਸ਼ਾਹ ਜੀ ਤੋਂ ਵੇਖ ਰਹੇ। ਤਾਂ ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ, ਸ਼ਾਦੀ ਵਾਲੇ ਧੂਮ ਧਾਮ ਹੋਵੇਗੀ, ਧੂਮ ਧਾਮ ਨਾਲ ਆਪਾਂ ਸ਼ਾਦੀ ਕਰਨੀ ਹੈ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ, ਕੋਈ ਚੀਜ਼ ਦੀ ਕਮੀ ਨਹੀਂ ਹੋਣੀ, ਕੋਈ ਚੀਜ਼ ਘੱਟ ਨਹੀਂ ਹੋਣੀ। ਮਾਤਾ ਜੀ ਵੱਲੋਂ ਅਰਦਾਸ ਹੈ ਕਿ ਅਮਨਦੀਪ ਸਿੰਘ ਜੀ ਜਿਹੜੇ ਗਏ ਹੋਏ ਬਾਹਰ, ਉਹਨਾਂ ਦੀ ਅਰਦਾਸ ਬੇਨਤੀ ਆਈ ਹੈ ਕਿ ਗੁਰੂ ਪਾਤਸ਼ਾਹ ਜੀ ਦੇ ਰੋਗਤਾ ਦਰਸ਼ਨ ਤੇ ਬੇਅੰਤ ਮਾਇਆ ਦੇ ਕੇ ਨਾਲ ਦੀ ਨਾਲ ਬੇਨਤੀ ਵੀ ਕਰ ਰਿਹਾ ਤੇ ਜਿਹੜੀ ਅਰਦਾਸ ਅਸੀਂ ਇੱਥੋਂ ਕਰਨੀ ਹੁੰਦੀ ਹੈ ਬੇਨਤੀ ਆ ਤੇ ਸੰਗਤ ਤੁਸੀਂ ਵੀ ਕਰ ਦਿਆ, ਕਿਉਂਕਿ ਸੰਗਤ ਦੀਆਂ ਅਰਦਾਸਾਂ ਹੀ ਗੁਰੂ ਪਾਤਸ਼ਾਹ ਦੇ ਪ੍ਰਮਾਣ ਕਰਨੀਆਂ ਨੇ। ਇੱਥੋਂ ਅਰਦਾਸ ਕਰਨ ਦਾ ਇਹੀ ਮਤਲਬ ਹੁੰਦਾ ਤੇ ਮਾਤਾ ਜੀ ਪਤਾ ਨਹੀਂ ਕਿੰਨੇ ਦੁਖੀ ਹੋਣਗੇ ਜਿਹੜੇ ਉਹ ਕਹਿ ਕੇ ਗਏ ਕਿ ਅਮਨਦੀਪ ਸਿੰਘ ਜੀ ਦੇਹ ਰੋਗਤਾ ਦੀ ਅਰਦਾਸ ਤੇ ਗੁਰੂ ਪਾਤਸ਼ਾਹ ਜੀ ਦੇਹ ਰੋਗਤਾ ਬਖਸ਼ਣ, ਜੋ ਵੀ ਉਹਨਾਂ ਦੇ ਮਨ ਦੀ ਕਾਮਨਾ ਗੁਰੂ ਪਾਤਸ਼ਾਹ ਜੀ ਪੂਰੀ ਕਰਨ। ਜਿਸ ਵੇਲੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਭਾਈ ਸੱਤੇ ਦੇ ਭਾਈ ਬਰਵੰਡੇ ਦੀ ਅਰਦਾਸ ਕੀਤੀ ਹੈ ਨਾ, ਪਾਤਸ਼ਾਹ ਜੀ ਨੂੰ ਇੱਕ ਚੀਜ਼ ਪਤਾ ਲੱਗ ਚੁੱਕੀ ਹੈ ਕਿ ਇਹਨਾਂ ਦਾ ਜਿਹੜਾ ਭਰੋਸਾ ਉਹ ਡੋਲ ਚੁੱਕਿਆ। ਇਹਨਾਂ ਨੇ ਇਸ ਵੇਲੇ ਇਸ ਮਾਨ ਤੇ ਚੜੀ ਹੀ ਗੁੱਡੀ ਦੀ ਡੋਰ ਆਪਣੇ ਹੱਥ ਚ ਕਰਨੀ ਚਾਹੁੰਦੇ ਕਿ ਗੁਰੂ ਪਾਤਸ਼ਾਹ ਜੀ ਇਸ ਆਪਣੇ ਹਿਸਾਬ ਨਾਲ ਚਲਾਉਣੀ ਹੈ। ਤੇ ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ, ਚੜਾਵੇ ਦੀ ਕਿਹੜੀ ਗੱਲ ਹੈ, ਤੁਹਾਨੂੰ ਚੜਾਵੇ ਤੋਂ ਵੱਧ ਕੇ ਇਹ ਕਰ ਸਕਦੇ ਹਾਂ ਕਿ ਤੁਸੀਂ ਸਾਡੇ ਦਰ ਘਰ ਦੇ ਹਜ਼ੂਰ ਜਾਂਦੇ ਹੋ, ਚੜਾਵੇ ਦੀ ਕਿਹੜੀ ਗੱਲ ਹੈ, ਕੋਈ ਘਾਟ ਨਹੀਂ ਆਉਂਦਿਆਂ, ਹਮੇਸ਼ਾ ਰਹਿਮਤ ਰਹੇਗੀ ਤੁਹਾਡੇ ਸਿਰ ਤੇ, ਹਮੇਸ਼ਾ ਰਹਿਮਤ ਭਰਿਆ ਹੱਥ ਤੁਹਾਡੇ ਸਿਰ ਤੇ ਰਹੇਗਾ, ਜਿਹੜਾ ਕਾਜ ਰੋਕਣਗੇ ਤੁਹਾਡੇ ਕਾਜ ਦੇ ਵਿੱਚ ਆਪ ਸਹਾਈ ਹੋ ਜਾਵਾਂਗੇ। ਦੇਖੋ ਕਿੱਡੀ ਵੱਡੀ ਗੁਰੂ ਪਾਤਸ਼ਾਹ ਨੇ ਗੱਲ ਕਹਿ ਦਿੱਤੀ, ਸਾਡੇ ਮਾਂ ਬਾਪ ਕਰਕੇ ਕਿੱਡੀ ਵੱਡੀ ਗੱਲ ਕਹਿ ਦਿੱਤੀ। ਅੱਜ ਦੇ ਸਮੇਂ ਦੇ ਵਿੱਚ ਨਾ ਸਾਧ ਸੰਗਤ ਜੀ ਕੋਈ ਸਾਡੇ ਅੱਗੇ ਕਹਿ ਦੇ ਕਿ ਤੁਸੀਂ ਬੇਫਿਕਰ ਹੋ ਜਾਵੋ, ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਹਾਨੂੰ ਸਾਡੇ ਸਿਰ 'ਤੇ ਡੋਲਣ ਦੀ ਕੋਈ ਲੋੜ ਨਹੀਂ ਹੈਗੀ।
ਜੇ ਸਾਨੂੰ ਕਿਤੇ ਗੁਰੂ ਪਾਤਸ਼ਾਹ ਏਡੀ ਵੱਡੀ ਗੱਲ ਕਹਿ ਦੇਣ ਸਾਹਮਣੇ ਪ੍ਰਤੱਖ ਹੋ ਕੇ ਤਾਂ ਸਾਹ ਸਮਝੋ ਸਾਨੂੰ ਕੀ ਹੱਕ ਹੈ, ਸਾਡੀਆਂ ਤਾਂ ਦੋੜੇ ਹੀ ਉਹਦੇ ਹੱਥ ਵਿੱਚ ਹੈ। ਪਰ ਸੱਤੇ ਅਤੇ ਬਲਵੰਡੇ ਨੂੰ ਵੀ ਗੱਲ ਸਮਝ ਨਹੀਂ ਆ, ਕਹਿੰਦੇ ਪਾਤਸ਼ਾਹ ਜੀ ਉਹ ਪੁੱਠੇ ਆ ਤਾਂ ਚੜ੍ਹਾਵਾ ਹੀ ਦੇ ਦਿਓ, ਅਸੀਂ ਆਪਣੀ ਮਨਮਰਜ਼ੀ ਨਾਲ ਜੋ ਖਰੀਦਣਾ ਖਰੀਦ ਸਕਦੇ ਹਾਂ। ਸਾਡੀ ਸਮੁੰਦਰੀ ਹੈ, ਅਸੀਂ ਜਿਹੜਾ ਵਿਆਹ ਪਾਠ ਕਰਨਾ ਬੜਾ ਚਾਹ ਚੀ ਕਰਦਾ, ਬੜੇ ਚਾਵਾਂ ਲਾਡਾਂ ਨਾਲ ਪਾਲੀ ਹੋਈ ਹੈ, ਜੋ ਉਹਦੇ ਦਿਲ ਦੀਆਂ ਰੀਝਾਂ ਉਹ ਸਾਰੀਆਂ ਪੂਰੀਆਂ ਕਰਦੀਆਂ ਨੇ। ਆਓ ਬਸ ਸੁਣਿਓ ਜ਼ਰਾ ਕਿ ਸੱਤੇ ਬਲੰਡੇ ਨੂੰ ਇੱਕ ਵਾਰ ਦੋ ਵਾਰ ਤੀਜੀ ਵਾਰ ਵੀ ਗੁਰੂ ਪਾਤਸ਼ਾਹ ਨੇ ਸਮਝਾਇਆ ਕਿ ਇਹ ਜਿਹੜਾ ਐਸ਼ਮ ਕਾਜ ਇਹਨਾਂ ਤੋਂ ਮਾਫੀ ਹੋ ਰਿਹਾ। ਗੁਰੂ ਪਾਤਸ਼ਾਹ ਨੇ ਸਮਝਾਇਆ ਕਿ ਉਸ ਤਰ੍ਹਾਂ ਦੀ ਗਲਤੀ ਨਾ ਕਰ ਲੈਣਾ, ਪਰ ਪਾਤਸ਼ਾਹ ਜੀ ਜਾਣੀ ਜਾ ਰਹੇ ਅਤੇ ਅੱਜ ਵਾਪਸ ਮਿਲਣ ਵਾਲੇ ਨਹੀਂ। ਇਹਨਾਂ ਨੇ ਜੋ ਕਿਹਾ ਇਹਨਾਂ ਨੂੰ ਇੱਕ ਦਿਨ ਦਾ ਚੜ੍ਹਾਵਾ ਚਾਹੀਦਾ। ਫਿਰ ਵੀ ਗੁਰੂ ਪਾਤਸ਼ਾਹ ਜੀ ਅੱਜ ਤੀਸਰੀ ਵਾਰੀ ਆਪਣੇ ਬਿਲਕੁਲ ਲਾਇਕ ਬੱਚਿਆਂ ਨਾਲ ਸਮਝਾ ਰਹੇ ਆ ਕਿ ਜਿਹੜੀ ਸੰਗਤ ਹੈ ਨਾ ਗੁਰੂ ਪਾਤਸ਼ਾਹ ਦੇ ਧੀਆਂ ਪੁੱਤਰ ਨੇ, ਅੱਜ ਪਾਤਸ਼ਾਹ ਜੀ ਪਿਆਰ ਦੇ ਨਾਲ ਆਪਣੇ ਸਿੱਖ ਸਮਝ ਕੇ ਇੱਕ ਗੱਲ ਸਮਝਾ ਰਹੇ ਆ ਕਿ ਭਾਈ ਸੱਤਾ ਜੀ ਭਾਈ ਬਲਵੰਡਾ ਜੀ ਉਹ ਫਿਕਰ ਨਾ ਕਰੋ, ਜਾਵੇ ਵਿਆਹ ਦੀਆਂ ਤਿਆਰੀਆਂ ਕਰੋ, ਪਾਠ ਸਾਰੇ ਮੁਕਦੇ ਚੱਲ ਜਾਣਗੇ, ਧੂਮਧਾਮ ਨਾਲ ਸ਼ਾਦੀ ਹੋਊਗੀ। ਆਓ ਗੁਰੂ ਪਾਤਸ਼ਾਹ ਜੀ ਕਿਸ ਤਰ੍ਹਾਂ ਸਮਝਾ ਰਹੇ ਆ ਤੇ ਭਾਈ ਸੱਤਾ ਤੇ ਬਲਵੰਡਾ ਜਿਹੜਾ ਅਗਲਾ ਉਹਨਾਂ ਦਾ ਸਟੈਪ ਹੈ, ਜਿਹੜੀ ਅਗਲੀ ਲੀਲਾ ਵਾਪਰੀ ਹੈ, ਉਹ ਗੁਰੂ ਪਾਤਸ਼ਾਹ ਦੇ ਨਾਲ ਕਿਸ ਤਰ੍ਹਾਂ ਇੱਕ ਪ੍ਰਾਸ ਹੋਣੇ ਆ ਤੇ ਗੁਰੂ ਪਾਤਸ਼ਾਹ ਜੀ ਕਿਸ ਤਰ੍ਹਾਂ ਉਹਨੂੰ ਵਿਆਹ ਕਾਰਜ ਆਰੰਭਣ ਦੇ ਲਈ ਇੱਕ ਹੁਕਮ ਦੇ ਰਹੇ ਆ, ਉਸ ਵੇਲੇ ਦੀਆਂ ਲੈਣਾ ਢਾਡੀ ਅਥਾ ਜਗਜੀਤ ਸਿੰਘ ਜੋਸ਼ ਗਾ ਕੇ ਇਸ ਤਰ੍ਹਾਂ
ਗੁਰੂ ਪਾਤਸ਼ਾਹ ਜੀ ਕਹਿੰਦੇ ਉਹਨੂੰ ਕਿਸੇ ਚੀਜ਼ ਦਾ ਫਿਕਰ ਨਾ, ਜਿਹਦੀ ਸਤਿਗੁਰ ਦੇ ਹੱਥ ਡੋਰ ਹੈ, ਤੁਸੀਂ ਬਾਣੀ ਕਰੋ ਖਾਸ ਨੇ ਜੋ ਬਾਗੀ ਬੋਲੇ ਨੇ। ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਸੱਤਾ ਜੀ, ਭਾਈ ਬਲਵੰਡਾ ਜੀ, ਤੁਸੀਂ ਪਿਆਰ ਦੇ ਨਾਲ ਬਾਣੀ ਗਾਓ, ਬਾਣੀ ਪੜ੍ਹੋ, ਅਤੇ ਬਾਣੀ ਪੜ੍ਹੋਗੇ ਨਾ ਤਾਂ ਇੱਥੇ ਚੜ੍ਹਾਵਿਆਂ ਦੀ ਗੱਲ ਛੱਡੋ। ਗੁਰੂ ਪਾਤਸ਼ਾਹ ਜੀ ਜਿਹੜੀਆਂ ਬਖਸ਼ਿਸ਼ਾਂ ਹੋਣਗੀਆਂ ਉਹ ਚੜ੍ਹਾਵਿਆਂ ਤੋਂ ਕਿਤੇ ਗਾਹਾਂ ਹੋਣਗੀਆਂ। ਮਾਇਆ ਦੇ ਨਾਲ ਕਾਰਜ ਪੂਰੇ ਨਹੀਂ ਹੋਣੇ, ਕਾਰਜ ਪੂਰੇ ਹੋਣੇ ਨੇ ਗੁਰੂ ਪਾਤਸ਼ਾਹ ਜੀ ਰਮਤ ਨਗਰ ਦੇ ਨਾਲ ਹੋਣੇ। ਪਰ ਅੱਜ ਭਾਈ ਸੱਤਾ ਦੇ ਬਲਵੰਡਾ ਜਿਹਨਾਂ ਨੇ ਮਰਦ ਵਿੱਚ ਖਿਆਲ ਨਹੀਂ ਕਰ ਲਿਆ, ਉਹ ਕਹਿੰਦੇ ਬਾਰ ਬਾਰ ਕਹਿ ਰਿਹਾ ਕਿ ਨਹੀਂ ਗੁਰੂ ਪਾਤਸ਼ਾਹ ਜੀ ਉਹ ਗੱਲ ਇਹ ਨਹੀਂ ਹੈਗੀ। ਗੁਰੂ ਪਾਤਸ਼ਾਹ ਕਹਿੰਦੇ ਰਸਦ ਲੈ ਲਓ, ਕਿਉਂ ਚਾਹੀਦਾ? ਕੁਝ ਮਿੱਠਾ ਚਾਹੀਦਾ, ਚਾਵਲ ਚਾਹੀਦੇ ਹੈ, ਆਟਾ ਚਾਹੀਦਾ, ਕੋਈ ਦਾਲ ਚਾਹੀਦੀ ਹੈ, ਜੋ ਚਾਹੀਦਾ ਹੋਊਗਾ ਗੁਰੂ ਘਰ ਤੋਂ ਸਭ ਕੁਝ ਮਿਲੂਗਾ। ਕੱਪੜਾ ਕੀੜਾ ਤੱਕ ਚਾਹੀਦਾ ਸਾਡੇ ਕੋਲ ਸਭ ਮਿਲੂਗਾ। ਕਿਸੇ ਚੀਜ਼ ਦੀ ਘਾਟ ਨਹੀਂ ਪੈਣੀ, ਬਹੁਤ ਵਧੀਆ ਵਿਆਹ ਦਾ ਕਾਰਜ ਸਿਰੇ ਚੜੂਗਾ। ਪਰ ਫਿਰ ਵੀ ਇੱਕੋ ਜਿਹੇ ਬੜੀ ਬੈਠੇ ਆ, ਕਹਿੰਦੇ ਪਾਤਸ਼ਾਹ ਜੀ ਉਹ ਜਦ ਦੁੱਖੇ ਹੋ ਨਾ ਤਾਂ ਬਸ ਕਿਤੇ ਦਾ ਚੜਾਵਾ ਹੀ ਦੇ। ਅੱਜ ਗੁਰੂ ਪਾਤਸ਼ਾਹ ਨੇ ਤੀਸਰੀ ਵਾਰ ਤੋਂ ਬਾਅਦ ਚੌਥੀ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਆਪਣੇ ਜਿਹੜੇ ਲਾਇਕ ਸਪੁੱਤਰ ਹੁੰਦੇ ਆ ਨਾ, ਇੱਕ ਵਾਰੀ ਮਾਂ ਬਾਪ ਕਹਿੰਦਾ, ਦੋ ਵਾਰੀ ਕਹਿੰਦਾ, ਤਿੰਨ ਵਾਰੀ ਕਹਿੰਦਾ, ਅੰਤ ਫਿਰ ਹੋ ਜਾਂਦਾ ਤੇ ਮਾਂ ਬਾਪ ਕਹਿਣਾ ਛੱਡ ਦਿੰਦੇ ਤੇ ਬੇਟਾ ਰਹਿ ਜਾਏ। ਹੁਣ ਤੈਨੂੰ ਆਪਣਾ ਭਲਾ ਤੇ ਬੁਰਾ ਤੈਨੂੰ ਆਪਣੇ ਆਪ ਹੀ ਪਤਾ ਲੱਗੂਗਾ। ਅੱਜ ਗੁਰੂ ਪਾਤਸ਼ਾਹ ਨੇ ਤੀਸਰੀ ਵਾਰ ਤੋਂ ਸਮਝਾਉਣਾ ਬੜਾ ਹੱਥ ਦਿੱਤਾ। ਕਹਿੰਦੇ ਠੀਕ ਹੈ, ਜਿਵੇਂ ਤੁਹਾਡੀ ਬੇਨਤੀ ਹੈ ਸਾਨੂੰ ਤੁਹਾਡੀ ਬੇਨਤੀ ਪ੍ਰਵਾਨ ਹੈ, ਇੱਕ ਦਿਨ ਦਾ ਚੜਾਵਾ ਤੁਹਾਨੂੰ ਦਿੱਤਾ ਜਾਊਗਾ। ਤੇ ਦੋਨੇ ਗੱਲਾਂ ਸੱਤਾ ਤੇ ਬਲਵੰਡਾ ਦੇ ਉੱਤੇ ਛੱਡ ਦਿੱਤੀਆਂ। ਉਹ ਕਿਹੜੀਆਂ ਗੱਲਾਂ? ਉਹ ਗੱਲਾਂ ਕਿਹੜੀਆਂ? ਕਹਿੰਦੇ ਜਿਹੜੇ ਦਿਨ ਦਾ ਚੜਾਵਾ ਤੁਹਾਨੂੰ ਚਾਹੀਦਾ ਉਸ ਦਿਨ ਦਾ ਚੜਾਵਾ ਅਸੀਂ ਤੁਹਾਨੂੰ ਦੇ ਰਹੇ ਹਾਂ। ਤੁਸੀਂ ਦਿਨ ਵੀ ਆਪ ਦੱਸ ਦਿਓ ਕਿ ਕਿਹੜੇ ਦਿਨ ਤੁਸੀਂ ਕੀਰਤਨ ਕਰਨਾ ਤੇ ਕਿਹੜੇ ਦਿਨ ਤੁਹਾਨੂੰ ਚੜਾਵਾ ਚਾਹੀਦਾ, ਉਸ ਦਿਨ ਦਾ ਸਾਰਾ ਚੜਾਵਾ ਚੱਕ ਕੇ ਤੁਹਾਡੀ ਝੋਲੀ ਵਿੱਚ ਪਾ ਦਿਓ। ਤੇ ਦੂਸਰੀ ਗੱਲ, ਕਿਤੇ ਮਨ ਦੇ ਵਿੱਚ ਇਹ ਨਾ ਰਹਿ ਜਾਵੇ ਤੇ ਸਾਨੂੰ ਸਵੇਰ ਦੇ ਟਾਈਮ ਦਾ ਸਮਾਂ ਲਵੇ ਜਾਂ ਸ਼ਾਮ ਨੂੰ ਸਮਾਂ ਲੈਣਾ, ਜਿਹੜਾ ਤੁਹਾਡੇ ਮਨ 'ਚ ਹੋਵੇ, ਜਿਵੇਂ ਤੁਸੀਂ ਹਾਜ਼ਰੀ ਭਰਨੀ ਚਾਹੋ, ਘੰਟਾ, ਦੋ ਘੰਟੇ, ਤਿੰਨ ਘੰਟੇ, ਚਾਰ ਘੰਟੇ, ਜਿੰਨਾ ਤੁਸੀਂ ਕੀਰਤਨ ਕਰਨਾ ਚਾਹੋ ਤੁਸੀਂ ਓਨਾ ਕਰ ਸਕਦੇ ਹੋ, ਸਾਡੇ ਵੱਲੋਂ ਕੋਈ ਰੋਕ ਨਹੀਂ ਹੋਊਗੀ। ਦੋਨੇ ਗੱਲਾਂ ਭਾਈ ਸੱਤੇ ਦੇ ਭਾਈ ਬਲਵੰਡੇ ਨੇ ਕਹਿ ਦਿੱਤੀਆਂ। ਭਾਈ ਸੱਤੇ ਦੇ ਭਾਈ ਬਲਵੰਡੇ ਨੇ ਜਿਹੜਾ ਸਰਾਂ ਦਾ ਦਿਹਾੜ ਸੀ ਆ ਰਿਹਾ, ਉਸ ਦਾ ਭਾਈ ਸੱਤੇ ਦੇ ਬਲਵੰਡੇ ਨੇ ਇਹ ਗੱਲ ਸੋਚੀ, ਕਹਿੰਦੇ ਪਾਤਸ਼ਾਹ ਜੀ ਉਹ ਜਿਹੜਾ ਆਉਂਦਾ ਸੰਗਰਾਂਦ ਦਾ ਮਹੀਨਾ ਆ ਗਿਆ ਨਾ, ਚੜ੍ਹਦੇ ਮਹੀਨੇ ਸਾਨੂੰ ਜਿਹੜੀ ਸੰਗਰਾਂਦ ਹੋਣੀ ਆ, ਉਸ ਦਿਨ ਸਾਨੂੰ ਜਿਹੜਾ ਚੜ੍ਹਾਵਾ ਹੋਊਗਾ ਉਹ ਸਾਨੂੰ ਤੁਸੀਂ ਦੇ ਦਿਓ ਅਤੇ ਸਾਡੀ ਬੇਨਤੀ ਤੁਸੀਂ ਪ੍ਰਵਾਨ ਕਰੀਏ। ਤਾਂ ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ, ਤਕਰੀਬਨ ਪੰਜ ਸੱਤ ਦੇ ਪਿੰਡ ਦੇ ਵਿੱਚ ਤੁਹਾਨੂੰ ਜਿਹੜਾ ਸੰਗਰਾਂਦ ਦੇ ਉੱਤੇ ਸਮਾਂ ਜਿਹੜਾ ਮਿਲਣਾ ਉਹ ਚੜ੍ਹਾਵਾ ਤੁਹਾਨੂੰ ਦੇ ਦਿੱਤਾ ਜਾਵੇ। ਮਨ ਦੀ ਸੋਚ ਇਹ ਹੈ ਕਿ ਚੌਦਾਂ ਮਹੀਨਾ ਸੰਗਰਾਂਦ ਵਾਲੇ ਦਿਨ ਸੰਗ ਦਾ ਇਕੱਠ ਬਹੁਤ ਪਿਆ ਅਤੇ ਸੰਗ ਪੈਗੀ, ਬਹੁਤ ਚੜ੍ਹਾਵਾ ਇਕੱਠਾ ਹੋ ਜਾਣਾ। ਤਾਂ ਇਹਨਾਂ ਨੇ ਕੀ ਕੀਤਾ, ਇਹਨਾਂ ਦੋਨਾਂ ਵੀਰਾਂ ਨੇ ਘਰੇ ਜਾ ਕੇ ਬੜੀ ਖੁਸ਼ੀ ਖੁਸ਼ੀ ਹੋਈ ਹੈ, ਆਪਣੀਆਂ ਧਰਮ ਪਤਨੀਆਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਗੁਰੂ ਪਾਤਸ਼ਾਹ ਜੀ ਨੂੰ ਅਸੀਂ ਬੇਨਤੀ ਕੀਤੀ ਸੀ, ਪਾਤਸ਼ਾਹ ਨੇ ਬੇਨਤੀ ਪ੍ਰਵਾਨ ਕੀਤੀ ਹੈ। ਉਹ ਕਹਿੰਦੇ ਠੀਕ ਹੈ, ਕੋਈ ਗੱਲ ਨਹੀਂ, ਤੁਹਾਨੂੰ ਇੱਕ ਦਿਨ ਦਾ ਚੜ੍ਹਾਵਾ ਦੇ ਦਿਆਂਗੇ। ਉਹ ਕਹਿੰਦੇ ਭਾਵਨ ਨੇ ਇੱਕ ਖੁਸ਼ੀ ਦੀ ਇਹ ਵੀ ਗੱਲ ਹੈ ਕਿ ਜਿਹੜਾ ਦਿਨ ਅਸੀਂ ਮੰਗਿਆ ਗੁਰੂ ਪਾਤਸ਼ਾਹ ਨੇ ਉਸ ਦਿਨ ਦਾ ਚੜ੍ਹਾਵਾ ਦੇਣਾ, ਅਤੇ ਸੰਗਰਾਂਦ ਵਾਲੇ ਦਿਨ ਆਪਾਂ ਸਾਰਿਆਂ ਨੇ ਗੁਰੂ ਘਰ ਜਾਣਾ ਅਤੇ ਕੀਰਤਨ ਕਰਕੇ ਜਿਹੜਾ ਚੜ੍ਹਾਵਾ ਇਕੱਠਾ ਹੋਣਾ ਉਹਦੇ ਨਾਲ ਆਪਣੀ ਲੜਕੀ ਦੀ ਸ਼ਾਂਤੀ ਬਹੁਤ ਵਧੀਆ ਹੋ ਜਾਂਦੀ। ਤਾਂ ਦੇਖੋ ਗੁਰੂ ਪਾਤਸ਼ਾਹ ਜੀ ਕਿਹੜੀਆਂ ਚੀਜ਼ਾਂ ਵਰਤਾਂਗੇ, ਕਿਉਂਕਿ ਗੁਰੂ ਪਾਤਸ਼ਾਹ ਜੀ
ਹਮੇਸ਼ਾ ਆਪਾਂ ਨੂੰ ਗਲਤੀਆਂ ਕਰਨ ਤੋਂ ਰੋਕਦੇ ਆ। ਗੱਲ ਇਹ ਵੀ ਕਿ ਦਸਾਂ ਪਾਤਸ਼ਾਹ ਤੱਕ ਰੋਕਦੇ ਰਹੇ ਆ, ਦਸਾਂ ਪਾਤਸ਼ਾਹ ਦੀ ਯੋਗ ਧਾਤਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਕਹਿੰਦੇ ਆ ਨਾ ਕਿ ਗੁਰੂ ਪਾਤਸ਼ਾਹ ਜੀ ਸਾਡੇ ਨਾਲ ਗੱਲ ਨਹੀਂ ਕਰ ਸਕਦੇ। ਕਦੇ ਤੁਹਾਡੇ ਮਨ ਦੇ ਵਿੱਚ ਕੋਈ ਖਿਆਲ ਹੋਵੇ, ਕੋਈ ਤੁਹਾਡੇ ਮਨ ਦੇ ਵਿੱਚ ਦੁਬਧਾ ਹੋਵੇ, ਤਾਂ ਹਮੇਸ਼ਾ ਮੈਂ ਕਹਿਣਾ ਹੁੰਦਾ ਹਰੇਕ ਸਵੇਰ ਤੇ ਵੀ ਜਦੋਂ ਤੁਹਾਡੇ ਮਨ ਦੇ ਵਿੱਚ ਸਵਾਲ ਪੈਦਾ ਹੋਵੇ ਨਾ, ਤਾਂ ਸ਼ਾਮ ਕਰਕੇ ਸਵੇਰੇ ਜਾ ਕੇ ਗੁਰੂ ਘਰ ਜਾ ਕੇ ਹੁਕਮਨਾਮਾ ਲੈ ਲਿਆ ਕਰੋ ਤੇ ਗੁਰੂ ਪਾਤਸ਼ਾਹ ਤੁਹਾਨੂੰ ਹੁਕਮ ਕਰਦੇ ਆ, ਤੁਹਾਡੇ ਨਾਲ ਗੱਲਬਾਤ ਕਰਦੇ ਆ, ਤੁਹਾਨੂੰ ਸਮਝਾਉਂਦੇ ਆ, ਤੇ ਜਿਹੜਾ ਹੁਕਮ ਹੋਊਗਾ ਨਾ ਉਹ ਜਦੋਂ ਤੁਸੀਂ ਮੰਨੋਗੇ ਉਹ ਤੁਹਾਡੇ ਸਵਾਲਾਂ ਦੇ ਸਾਰੇ ਜਵਾਬ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਦਿੰਦੇ। ਗੁਰੂ ਪਾਤਸ਼ਾਹ ਜੀ ਰੋਕਦੇ ਨੇ, ਇੱਦਾਂ ਹੀ ਸੱਤੇ ਤੇ ਬਲਵੰਡੇ ਨੂੰ ਵੀ ਤਿੰਨ ਵਾਰੀ ਵੱਗ ਗਿਆ ਕਿ ਨਹੀਂ ਸਾਡੀ ਰਹਿਮ ਤੇ ਨਜ਼ਰ ਦੀ ਲੋੜ ਹੈ, ਸਭ ਤੋਂ ਮਿਲੇਗਾ ਪਰ ਉਹ ਰਹਿਮ ਤੇ ਨਜ਼ਰ ਨਹੀਂ ਸੀ ਚਾਹੀਦੀ, ਉਹਨਾਂ ਨੂੰ ਝਾਵਾ ਚਾਹੀਦਾ ਸੀ। ਜੇ ਦੇਖਿਆ ਜਾਵੇਗਾ ਮੈਂ ਨਾਲ ਦੀ ਨਾਲ ਪ੍ਰਕਰਨ ਦੇ ਵਿੱਚ ਇੱਕ ਗੱਲ ਹੋਰ ਕਹਿ ਜਾਵਾਂ ਕਿ ਜਿਸ ਵੇਲੇ ਭਾਈ ਜੋਗਾ ਨਾ ਭਾਈ ਜੋਗਾ ਹੋਇਆ ਗਿਆ, ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਵਿੱਚ ਦੀ ਲਾਵਾਂ ਛੱਡ ਕੇ ਤੁਰ ਆਇਆ। ਚਲੋ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਲਾਵਾਂ ਛੱਡ ਕੇ ਵੀ ਤੁਰਿਆ, ਲਾਵਾਂ ਪੂਰੀਆਂ ਹੋਈਆਂ ਤੇ ਤੁਰ ਪਿਆ। ਜੋ ਵੀ ਹੋਇਆ ਜਦੋਂ ਲਾਵਾਂ ਛੱਡ ਕੇ ਤੁਰਿਆ ਨਾ, ਤਾਂ ਰਾਹ ਦੇ ਵਿੱਚ ਦੇਸਾਂ ਦੇ ਪੁੱਠ ਵੱਲ ਮੂੰਹ ਕਰਦਾ, ਰਾਤ ਪੈ ਗਈ ਉੱਪਰ ਦੀਵਾ ਕਰਦਾ, ਤੌਲੀਆਂ ਕਰਨ ਦੀ ਕੋਸ਼ਿਸ਼ ਕਰਦਾ, ਪਰ ਜੇ ਉੱਪਰ ਢੰਗ ਲਿਆ ਬਾਪੂ ਜਿਹੜਾ ਡਾਗਲੀ ਮੂਹਰੇ ਖੜਾ, ਕੱਲ੍ਹ ਦੀ ਤਾਂ ਪਾਤਸ਼ਾਹ ਜਿਹਨਾਂ ਨੂੰ ਵਾਜਿਆ ਕਿਹਾ ਕਿੱਧਰ ਚੱਲਿਆ, ਉੱਥੇ ਮੋੜਿਆ ਅਟਕਾ ਕੇ, ਫਿਰ ਘੁੰਮ ਫਿਰ ਕੇ ਤੁਸੀਂ ਰਾਤ ਨੂੰ ਫਿਰ ਆ ਗਿਆ, ਫਿਰ ਗੁਰੂ ਪਾਤਸ਼ਾਹ ਨੇ ਵਾਜਿਆ ਤੇ ਗੁਰੂ ਪਾਤਸ਼ਾਹ ਨੇ ਤਿੰਨ ਵਾਰੀ ਮੋੜਿਆ ਭਾਈ ਜੋਗੇ ਨੂੰ। ਤੇ ਜਿਹੜਾ ਲਾਵਾਂ ਛੱਡ ਕੇ ਆਇਆ ਸੀ ਨਾ, ਜਿਹਨੇ ਮਨ ਦੇ ਵਿੱਚ ਰਾਹ ਮਾਰ ਸੀ ਤੇ ਮੈਂ ਅੱਜ ਆਪਣਾ ਵਿਆਹ ਛੱਡ ਕੇ ਗੁਰੂ ਪਾਤਸ਼ਾਹ ਦਾ ਹੱਥ ਵਜਾਉਣ ਦੀ ਮੈਂ ਪਹੁੰਚ ਗਿਆ, ਗੁਰੂ ਪਾਤਸ਼ਾਹ ਨੇ ਸਾਫ ਹੀ ਕਹਿ ਦਿੱਤਾ। ਉਹ ਕਹਿੰਦੇ ਪਹੁੰਚਿਆ ਤੂੰ ਤਾਂ ਆ ਜਦੋਂ ਮੈਂ ਉੱਥੇ ਦੇਸ ਵਾਲੇ ਕੋਠੇ ਦੀਆਂ ਪੌੜੀਆਂ ਚੜ੍ਹ ਕੇ ਰੋਕੇ, ਅੱਖਾਂ ਭਜਾਇਆ ਤੇ ਗੁਰੂ ਪਾਤਸ਼ਾਹ ਤੁਸੀਂ ਸਾਡਾ ਮਾਤਾ ਪ੍ਰਾਣ ਸਾਨੂੰ ਗੁਰੂ ਪਾਤਸ਼ਾਹ ਸਾਨੂੰ ਮਾਤਾ ਪਿਤਾ ਵਾਂਗ ਰੱਖਦੇ ਹੋ, ਪਰ ਅੱਜ ਢਾਈ ਸੱਤੇ ਦੇ ਬਲਵੰਡੇ ਦੇ ਗੱਲ ਕਰੇ ਨਹੀਂ ਪਈ, ਢਾਈ ਸੱਤੇ ਦੇ ਬਲਵੰਡੇ ਨੇ ਘਰੇ ਜਾ ਕੇ ਰਾਜ ਕਰਨਾ ਸ਼ੁਰੂ ਕੀਤਾ। ਇਤਿਹਾਸ ਕਰਦਾ ਨਵੀਂ ਤਾਂ ਨਵੀਂ ਤਰੀਕੇ ਦੇ ਨਾਲ ਨਵੇਂ ਤੋਂ ਨਵੇਂ ਰਾਜਾਂ ਦੇ ਵਿੱਚ ਬਾਣੀ ਦਾ ਉਚਾਰਨ ਕਰਨਾ ਸ਼ੁਰੂ ਕੀਤਾ। ਕਹਿਣਾ ਉਹ ਕਹਿੰਦਾ ਵੀਰਾ ਨਵੀਆਂ ਤੋਂ ਨਵੀਆਂ ਤਾਨਾ ਲਾ, ਨਵੇਂ ਤੋਂ ਨਵੇਂ ਰਾਮ ਸਿੰਘ, ਤੈਨੂੰ ਪਤਾ ਆਪਣੇ ਦਿਲ ਬੜੇ ਥੋੜੇ ਹੈ ਕਿ ਆਪਾਂ ਸਰਦਾਰ ਵਾਲੇ ਕੀਰਤਨ ਕਰਨਾ ਤੇ ਕੀਰਤਨ ਵੀ ਆਪਾਂ ਵੱਧ ਸਮਾਂ ਕਰਨਾ ਕਿ ਸੰਗਤ ਟੇਕੇ ਬੈਠ ਲਏ ਤੇ ਇੰਨੀ ਕੁ ਰੂਹ ਦਾ ਅਸੀਂ ਕੀਰਤਨ ਕਰਨਾ, ਬਾਣੀ ਵਿਚਾਰ ਕਰਨੀ ਆ, ਬਾਣੀ ਗੈਰ ਕਰਨੀ ਆ ਕਿ ਸੰਗਤ ਟੇਕੇ ਬੈਠ ਲਏ ਤੇ ਆਪਣੇ ਕੋਲ ਚੜਾਵਾ ਪੱਤਰ ਹੋਈ, ਆਪਾਂ ਸੰਗਤ ਦਾ ਮਨ ਮਿਲ ਗਿਆ ਤਾਂ ਆਪਣਾ ਚੜਾਵਾ ਬਹੁਤ ਇਕੱਠਾ ਹੋ ਜਾਣਾ। ਤਾਂ ਇਹ ਗੱਲ ਭੁੱਲੇ ਜਿਹਦਾ ਮਨ ਮੋੜਾ ਸੀ ਉਹਦੇ ਬਾਰੇ ਤਾਂ ਸੋਚਿਆ ਹੀ ਸਾਹਸਪਤੀਓ। ਕਈ ਵਾਰੀ ਨਾ ਆਪਾਂ ਇਹ ਸੋਚਦੇ ਹਾਂ ਕਿ ਗੁਰੂ ਪਾਤਸ਼ਾਹ ਨੇ ਸਾਨੂੰ ਬਹੁਤ ਚੀਜ਼ਾਂ ਜਿਹੜੀਆਂ ਅਸੀਂ ਅਰਦਾਸ ਕਰਦੇ ਹਾਂ ਸਾਨੂੰ ਕਈ ਵਾਰੀ ਮਿਲਦੀਆਂ ਨਹੀਂ ਹੈਗੀਆਂ, ਤੇ ਸਾਡੇ ਮਨ 'ਚ ਖਿਆਲ ਹੁੰਦਾ ਕਿ ਗੁਰੂ ਪਾਤਸ਼ਾਹ ਨੇ ਸਾਨੂੰ ਆਹ ਚੀਜ਼ ਹਜੇ ਤੱਕ ਸਾਨੂੰ ਪ੍ਰਾਪਤੀ ਨਹੀਂ ਇਹ ਦੱਸਦੀ, ਪਰ ਸੱਚ ਗੱਲ ਕਈ ਵਾਰੀ ਗੁਰੂ ਪਾਤਸ਼ਾਹ ਨੇ ਜਿਹੜੀ ਬਦਲ ਹੁੰਦੀ ਹੈ ਨਾ, ਜਿੱਥੇ ਤੱਕ ਤੁਸੀਂ ਸੋਚਦੇ ਹੋ ਨਾ ਕੋਈ ਉੱਪਰ ਸੋਚਿਆ ਹੋਣਾ, ਉਹ ਸਾਡਾ ਗੁਰੂ ਪਾਤਸ਼ਾਹ ਦੇ ਤੁਹਾਨੂੰ ਉਹਦੇ ਨਾਲੋਂ ਬਿਹਤਰ ਸੋਚਿਆ ਹੋਊਗਾ। ਪਰ ਜਿਹੜਾ ਇਨਸਾਨ ਹੈ ਅੱਜ ਇਹ ਗੱਲ ਤੇ ਚੜਾਵੇ ਦੀ ਨਹੀਂ ਕਰ ਰਹੇ ਹਾਂ, ਇਹ ਮਾਇਆ ਦੀ ਗੱਲ ਕਰ ਰਹੇ ਤਾਂ ਪਸੰਦ ਹੈ ਮਾਇਆ ਦੇ ਰੂਪ ਵਿੱਚ ਮਾਇਆ ਦਾ ਕਰ ਰਿਹਾ। ਅੱਜ ਜਿਸ ਵੇਲੇ ਭਾਈ ਸੱਤਾਂ ਦੇ ਗੁਰਮੁਖਾਂ ਰਿਆਜ਼ ਕਰਦੇ ਆ, ਰੋਜ਼ ਬੜਾ ਵਧੀਆ ਕੀਰਤਨ ਕਰਦੇ ਆ, ਘਰ ਦੇ ਵਿੱਚ ਜਪ ਦੀ ਰਿਆਜ਼ ਕਰਦੇ ਆ, ਪਰ ਅੱਜ
ਇਤਿਹਾਸ ਕਰ ਲੈਂਦਾ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਪਹਿਲਾਂ ਇਕੱਠ ਦੀ ਬਹੁਤ ਹੋਈ। ਉਹ ਕਿਹੜੀ ਤਰ੍ਹਾਂ ਵਾਪਰੀ ਹੈ ਕਿ ਬਾਰਿਸ਼ ਪੈਣੀ ਸ਼ੁਰੂ ਹੋਈ ਹੈ, ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ, ਬਾਰਿਸ਼ ਇੰਨੀ ਜ਼ਿਆਦਾ ਕਿ ਰਾਤ ਤੋਂ ਸ਼ੁਰੂ ਹੋਈ ਹੈ। ਫਿਰ ਅਗਲੇ ਦਿਨ ਭਾਈ ਸੱਤਾ ਤੋਂ ਭਾਈ ਬੰਦਾ ਦਾ ਜਦੋਂ ਕੀਰਤਨ ਕਰਨ ਲੱਗੇ ਹੈ ਤਾਂ ਕੁਛ ਟਿਕਾਣੀਆਂ ਪਾਉਣੀਆਂ ਸੰਤਾਂ ਦਾਸ ਪਾ ਕੇ ਕੁਛ ਸੰਗਤ ਆਈ ਹੈ, ਸੰਗਤ ਦਾ ਤੱਕ ਬੜਾ ਘਾਟੇ ਤੋਂ ਵੀ ਬਾਰਿਸ਼ ਹੋ ਰਹੀ ਹੈ। ਧਾਕਰ ਸਾਹਿਬ ਜੀ ਨੂੰ ਅਰਜਨ ਦੇ ਪਾਤਸ਼ਾਹ ਜੀ ਦੇ ਵਿਰਾਜਮਾਨ ਨੇ ਕੀਰਤਨ ਹੋ ਰਿਹਾ, ਸਭ ਕੁਝ ਦੇਖ ਰਹੇ ਆ ਪਾਤਸ਼ਾਹ ਜੀ, ਪਤਾ ਲੱਗਦਾ ਕਿ ਪਾਤਸ਼ਾਹ ਜਿਹੜਾ ਪੇਪਰ ਪਾਇਆ ਸੀ ਉਹਦੇ ਵਿੱਚ ਪਾਸ ਨਹੀਂ ਹੋ ਰਹੇ, ਲਾਭ ਮਾਰ ਚੁੱਕਿਆ। ਜਿਸ ਵੇਲੇ ਘਰ ਦੇ ਵਿੱਚ ਨਿਗਾਹ ਨਾ ਤੇ ਮਾਇਆ ਦੇ ਵਿੱਚ ਨਿਗਾਹ ਤੇ ਮਾਇਆ ਦੀ ਘੱਟ ਹੋ ਰਹੀ ਹੈ, ਸੰਗਤ ਆਈ ਨਹੀਂ ਤੇ ਸਾਧ ਸੰਗਤ ਜੀ ਜਿਹੜੇ ਰਾਗ ਘਰੋਂ ਮਿਹਨਤ ਕਰਕੇ ਆਈ ਸੀ ਕਿ ਅਸੀਂ ਆਹ ਰਾਗ ਲੈਣੇ ਆ, ਆਹ ਸੁਰਾਂ ਲਾਉਣੀਆਂ, ਤਾਲ ਲਾਉਣੇ, ਆਹ ਰਾਗ ਲਾਉਣੇ, ਸਭ ਕੁਛ ਭੁੱਲ ਚੁੱਕੇ ਆ, ਕੁਝ ਵੀ ਰਾਗ ਨਹੀਂ ਆ ਰਿਹਾ, ਸਮਝ ਨਹੀਂ ਰਿਹਾ, ਦੋਨਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਅਸੀਂ ਕੀਰਤਨ ਕਰੀਏ ਤੇ ਕਿਸ ਤਰ੍ਹਾਂ ਕਰੀਏ, ਕਿਉਂਕਿ ਧਿਆਨ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਟੁੱਟ ਕੇ ਮਾਇਆ ਵਿੱਚ ਹੋ ਗਿਆ। ਜਿਵੇਂ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਨਾਲ ਧਿਆਨ ਸੀ, ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਰੇਟ ਆਸਰਾ ਲੈ ਕੇ ਬੇਬਾਣੀ ਦਾ ਗਾਇਨ ਕਰਦੇ ਰਹੇ, ਉਨੀ ਦੇਰ ਜਿਹੜੀਆਂ ਸੰਗਤਾਂ ਸੀ ਉਹ ਚਰਨਾਂ ਦੇ ਹੇਠਾਂ ਹੱਥ ਛੋੜੀਆਂ ਰਹੀਆਂ। ਪਰ ਅੱਜ ਜਦੋਂ ਧਿਆਨ ਗੁਰੂ ਦੇ ਚਰਨਾਂ ਨਾਲ ਟੁੱਟ ਗਿਆ ਤੇ ਮਾਇਆ ਵਿੱਚ ਹੋ ਗਿਆ ਤੇ ਸੱਚ ਜਾਣੇ ਉਹੀ ਜਿਹੜੀਆਂ ਰੋਜ਼ ਕੀਰਤਨ ਕਰਦੇ, ਜਿਹੜੇ ਰੋਜ਼ ਦੇ ਬਾਣੀ ਪੜ੍ਹਨ ਵਾਲੇ, ਰੋਜ਼ ਦਾ ਗਾਇਨ ਕਰਨ ਵਾਲੇ, ਸ਼ਬਦ ਗਿਆਨ ਕਰਨ ਵਾਲੇ, ਉਹਨਾਂ ਨੂੰ ਅੱਜ ਕੋਈ ਸ਼ਬਦ ਨਹੀਂ ਸਮਝ ਰਹੇ। ਤੁਸੀਂ ਕੀ ਗੱਲ ਕਰ, ਬੜੇ ਔਖੇ ਸੌਖੇ ਹੋ ਗਏ, ਮੂੰਹਾਂ ਚ ਹੋਣੇ ਹੋ ਕੇ ਬੜਾ ਔਖਾ ਹੋ ਕੇ ਟਾਈਮ ਪਾਸ ਕੀਤਾ ਤੇ ਅੱਜ ਕੀਰਤਨ ਦੀ ਸਮਾਪਤੀ ਕਰਕੇ ਨਿਮੇ ਧੋਣੇ ਹੋ ਕੇ ਘਰ ਨੂੰ ਜਾਣ ਲੱਗੇ। ਗੁਰੂ ਪਾਤਸ਼ਾਹ ਜੀ ਨੇ ਸਿੱਖ ਨੂੰ ਕਿਹਾ, ਬੇਨਤੀ ਕੀਤੀ, ਭਾਈ ਸਿੱਖਾ ਤੈਨੂੰ ਕੋਈ ਹੁਕਮ ਹੈ ਚਾਕੇ ਚੜਾਵਾ ਸਾਰਾ ਤੇ ਇਹਨਾਂ ਦੀ ਸੱਤੇ ਦੇ ਬਲਵੰਡੇ ਦੀ ਧੋਣ ਵਿੱਚ ਪਾ ਦੇ। ਸੱਤਾ ਦੇ ਬਲਵੰਡਾ ਜਿਹਨਾਂ ਨੂੰ ਅੱਜ ਤੱਕ ਕਦੇ ਗੁਰੂ ਪਾਤਸ਼ਾਹ ਨੂੰ ਚੜਾਵਾ ਨਹੀਂ ਸੀ ਦਿੱਤਾ, ਰਹਿਣ ਪਈ ਸੀ ਸੰਗਤਾਂ ਹਮੇਸ਼ਾ ਤਲੀਆਂ ਦੇ ਥੱਲੇ ਆਪਣੀਆਂ ਹਥੇਲੀਆਂ ਵਿਛਾਉਂਦੀਆਂ ਰਹੀਆਂ। ਤਾਂ ਉਸ ਸੱਤੇ ਦੇ ਬਲਵੰਡਾ ਨੇ ਜਿਸ ਵੇਲੇ ਚੜਾਵੇ ਦੀ ਮੰਗ ਕੀਤੀ ਹੈ, ਗੁਰੂ ਪਾਤਸ਼ਾਹ ਨੇ ਸਾਰਾ ਚੜਾਵਾ ਚੱਕ ਕੇ ਉਹਦੀ ਝੋਲੀ ਵਿੱਚ ਪਾ ਦਿੱਤਾ। ਅੱਜ ਉਦਾਸ ਹੋ ਕੇ ਵਾਪਸ ਆਪਣੇ ਘਰ ਨੂੰ ਪਾਤੇ ਹੈ ਤੇ ਰਹੇ ਆਪਣੇ ਦੋਨਾਂ ਗੁਰਾਂ ਦੇ ਮੰਡ ਵਿੱਚ ਤੇ ਕਸ਼ਮਕਸ਼ ਚੱਲ ਰਹੀ ਹੈ। ਸਲਾਹ ਕੀਤੀ ਹੈ, ਕਹਿੰਦੇ ਗੁਰਾ ਤੇ ਕਿਹੜਾ ਭਾਣ ਰੱਖ ਗਿਆ, ਆਪਾਂ ਨੂੰ ਚੜਾਵਾ ਨਹੀਂ ਆਇਆ, ਸੰਗਤ ਨੂੰ ਆਈ ਤਾਂ ਉਹ ਤੋਂ ਹੀ ਤੇ ਸੱਤੇ ਦੇ ਬਲਵੰਡੇ ਨੂੰ ਕਿਹਾ। ਉਹ ਕਹਿੰਦਾ ਸੀ ਨਾ ਮੈਨੂੰ ਤਾਂ ਇਹ ਲੱਗਦਾ ਵੀ ਇਸ ਵੇਲੇ ਗੁਰੂ ਪਾਤਸ਼ਾਹ ਜੀ ਨੇ ਸੱਤ ਗੁਰਾਂ ਦੇ ਵਿਰੁੱਧ ਸੰਗਤ ਰੋਕੀ ਹੈ। ਉਹਨਾਂ ਨੇ ਕਿਹਾ ਕਿ ਆਪਾਂ ਸੱਤੇ ਦੇ ਬਲਵੰਡੇ ਨੂੰ ਚੜਾਵਾ ਲੈਣਾ ਤੇ ਫਿਰ ਮੱਥਾ ਹੀ ਕੋਈ ਟੇਕਣ ਵਾਲਾ ਜਾਏਗਾ। ਫਿਰ ਗੁਰੂ ਪਾਤਸ਼ਾਹ ਨੇ ਸੰਗਤ ਰੋਕੀ, ਦੇਖੋ ਜਦੋਂ ਭਾਈ ਦਾ ਪਹਿਰਾ ਹੋਇਆ ਨੱਕ ਦੇ ਕਰਦੇ ਲੱਗੇ ਆ ਤੇ ਭਾਈ ਸੱਤੇ ਤੇ ਭਾਈ ਬਲਵੰਡੇ ਦੇ ਆਪਸ ਵਿੱਚ ਕਿਹੜੀ ਰਾਤ ਕਰਾਪ ਸ਼ੁਰੂ ਹੁੰਦੀ ਹੈ। ਘਰ ਸਾਥੀ ਜਾਣਨ ਵਾਲੇ ਸਭ ਕੁਝ ਪਤਾ ਹੈ ਸਾਨੂੰ, ਸਭ ਕੀ ਮੈਨੂੰ ਮਨ ਚ ਸੋਚ ਰਿਹਾ, ਕਿਹੜੇ ਮਨ ਚ ਵਿਚਾਰ ਚੱਲ ਰਿਹਾ, ਕਿਹੜੇ ਬਲਵੰਡੇ ਉੱਠ ਰਹੇ ਹੈ। ਅੱਜ ਵਿਚਾਰ ਕੀਤੀ ਹੈ, ਕਹਿੰਦੇ ਵੀਰਾ ਆਪਾਂ ਕੀਰਤਨ ਕਰਨ ਨਹੀਂ ਜਾਣਾ, ਦੇਖੋ ਕਿੱਡੀ ਵੱਡੀ ਗੱਲ ਹੋਈ। ਕਹਿੰਦੇ ਆਪਾਂ ਗੁਰੂ ਘਰ ਕੀਰਤਨ ਕਰਨ ਨਹੀਂ ਜਾਣਾ, ਦੇਖਦੇ ਆ ਗੁਰੂ ਪਾਤਸ਼ਾਹ ਦਾਤੇ ਕਿਹੜਾ ਵਿਚਾਰ ਕਰਦਾ, ਕਿਹੜਾ ਕੀਰਤਨ ਕਰਦਾ। ਤੇ ਸਾਧ ਸੰਗਤ ਜੀ ਅੱਜ ਜਿਸ ਵੇਲੇ ਭਾਈ ਸੰਤਾਂ ਦਾ ਬਲਵੰਡਾ ਅਗਲਾ ਜਾਂ ਜਿਹੜਾ ਆ ਜਾਣੇ ਜਿਹੜਾ ਸੰਗਤ ਬੈਠੀ ਹੈ, ਸੰਗਤ ਦਾ ਕੱਟ ਵਾਹਵਾ ਹੋਇਆ ਕਿਉਂਕਿ ਬਾਰਿਸ਼ ਹਟੀ ਹੈ ਤੇ ਸੰਗਤ ਬੈਠੀ ਹੈ, ਗੁਰੂ ਬੈਠੀ ਹੈ, ਪਰ ਸੱਤੇ ਦੇ ਬਲਵੰਡੇ ਦੀ ਪ੍ਰਤੀਕ ਹੋ ਰਹੀ ਹੈ। ਭਾਈ ਸੰਤਾਂ ਦਾ ਬਲਵੰਡਾ ਜਿਸ ਵੇਲੇ ਕੀਰਤਨ ਕਰਨ ਲਈ ਪਹੁੰਚੋ ਤਾਂ ਉਸ ਵੇਲੇ ਗੁਰੂ ਪਾਤਸ਼ਾਹ ਨੂੰ ਭਾਈ ਗੁਰਦਾਸ ਜੀ ਹੁਕਮ ਲਾਇਆ,
ਤੇਰੇ ਭਾਈ ਪ੍ਰਧਾਨ ਜੀ ਜਰਾ ਜਾ ਕੇ ਦੇਖੋ ਤੇ ਇਸ ਵੇਲੇ ਢਾਈ ਸੱਤਾ ਦੇ ਭਾਈ ਬਲਵੰਡਾ ਜੀ ਕੀਰਤਨ ਕਰਨ ਲਈ ਤੁਰ ਗਿਆ ਜੀ। ਭਾਈ ਪ੍ਰਧਾਨ ਜੀ ਜਿਸ ਵੇਲੇ ਪਹੁੰਚੇ ਆ ਜਾ ਕੇ ਘਰ ਦਾ ਬੂਹਾ ਫਟਾਇਆ, ਬੂਹਾ ਫਟਾ ਕੇ ਆਵਾਜ਼ ਮਾਰੀ ਹੈ ਕਹਿੰਦੇ ਭਾਈ ਸੱਤਾ ਜੀ ਭਾਈ ਬਲਵੰਡਾ ਜੀ ਚਲੋ ਮੇਰੇ ਨਾਲ ਤੁਹਾਨੂੰ ਗੁਰੂ ਪਾਤਸ਼ਾਹ ਜੀ ਯਾਦ ਕਰਦੇ। ਤਾਂ ਕੋਈ ਆਵਾਜ਼ਾਂ ਨਹੀਂ ਆਇਆ। ਦੂਸਰੀ ਵਾਰ ਆਵਾਜ਼ ਆਈ ਹੈ ਤਾਂ ਅੰਦਰੋਂ ਅਸੀਂ ਗੋਲ ਕਰੇ ਬੋਲਣੇ ਸ਼ੁਰੂ ਕੀਤੇ ਹੈ। ਉਹ ਕਹਿੰਦੇ ਹੁਣ ਗੁਰੂ ਜੀ ਨੂੰ ਸਾਡੀ ਯਾਦ ਆ ਗਈ, ਕੱਲ੍ਹ ਗੁਰੂ ਜੀ ਨੇ ਸਾਡੀ ਸੰਗਤ ਰੋਕੀ ਹੈ ਅਤੇ ਸਾਡਾ ਚੜ੍ਹਾਵਾ ਰੁਕਿਆ ਅਤੇ ਅਸੀਂ ਬੇਟੀ ਦੀ ਸ਼ਾਦੀ ਕਰਨੀ ਸੀ ਉਹ ਕਿਸ ਤਰ੍ਹਾਂ ਕਰਨੀ ਸੀ, ਉਹਨਾਂ ਨੇ ਸੰਗਤ ਜਾਣ ਕੱਢ ਕੇ ਰੋਕੀ ਹੈ। ਤਾਂ ਫਿਰ ਭਾਈ ਪ੍ਰਕਾਸ਼ ਜੀ ਨੇ ਕਿਹਾ ਉਹ ਕਹਿੰਦੇ ਕੋਈ ਗੱਲ ਨਹੀਂ, ਜਿਹੜਾ ਵੀ ਵਾਦ ਵਿਵਾਦ ਆ ਨਾ ਆਪਾਂ ਗੁਰੂ ਪਾਤਸ਼ਾਹ ਦੇ ਸਿੱਖ ਉਹਨੇ ਗੱਲ ਘੱਟ ਤੁਸੀਂ ਕੀਰਤਨ ਲਓ ਸੰਗਤ ਤੁਹਾਨੂੰ ਉਡੀਕ ਕਰ ਰਹੀ ਸੀ, ਗੁਰੂ ਪਾਤਸ਼ਾਹ ਤੁਹਾਨੂੰ ਉਡੀਕ ਕਰ ਰਹੇ ਆਓ ਗੁਰੂ ਪਾਤਸ਼ਾਹ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰੋ। ਜੋ ਵੀ ਗੱਲਾਂ ਨੇ ਜੋ ਵੀ ਤੁਹਾਡੇ ਤੋਂ ਗਲਤੀਆਂ ਹੋਈਆਂ ਨੇ ਗੁਰੂ ਪਾਤਸ਼ਾਹ ਦੇ ਪਾਸ ਦੇ। ਤਾਂ ਤੀਸਰੀ ਵਾਰੀ ਕਿਹਾ, ਤੀਸਰੀ ਵਾਰੀ ਭਾਈ ਸੱਤੇ ਦੇ ਵੱਡੇ ਨੇ ਉਹ ਜਦ ਦੋਸਤ ਬੋਲ ਭਾਈ ਪ੍ਰਕਾਸ਼ ਜੀ ਬੋਲੇ ਆ ਤੇ ਬੂਹਾ ਖੋਲ ਕੇ ਅੱਖਾਂ ਪਾ ਕੇ ਗੁਰੂ ਪਾਤਸ਼ਾਹ ਜੀ ਕਿਸ ਤਰ੍ਹਾਂ ਵਿਰੋਧ ਕਰ ਰਹੇ ਆ ਉਸ ਵੇਲੇ ਮੈਂ ਚੰਦ ਲੈਣਾ ਭਾਈ ਸੱਤੇ ਦੇ ਬੰਦੇ ਨੇ ਪਿਹੇ ਉਪਾਸ ਸਤਿ ਸ਼੍ਰੀ ਅਕਾਲ।
ਕਹਿੰਦਾ ਸਤਿਗੁਰ ਨਾਲ ਚੜਾਵਾ ਦਿੱਤਾ ਸੀ ਹਾਲੋ ਜੀ ਜੋਸ਼ ਕਹਿ ਸਾਨੂੰ ਨਹੀਂ ਜਾਣੇ ਨਾ ਹੰਕਾਰ ਕਰੋ ਜੀ ਜੇ ਗੁਰੂ ਪਾਤਸ਼ਾਹ ਜੀ ਕਹਿੰਦੇ ਕਲਾ ਬਖਸ਼ੀ ਨਾ ਤਾਂ ਹੰਕਾਰ ਕਰਨ ਦੀ ਲੋੜ ਨਹੀਂ ਉਹ ਕਲਾ ਵੀ ਗੁਰੂ ਪਾਤਸ਼ਾਹ ਜੀ ਦਿੱਤੀ ਹੋਈ ਸੀ ਜਿਹੜੇ ਦੇ ਸਕਦੇ ਆ ਫਿਰ ਲੈ ਵੀ ਸਕਦੇ ਆ ਰਹਿਣਾ ਸਮੇਂ ਦੇ ਵਿੱਚ ਮੈਂ ਤਕਰੀਬਨ ਦੋ ਵਰਗੀਆਂ ਕਹਾ ਕੇ ਸਮਾਪਤੀ ਕਰ ਦੇਣੀ ਹੈ ਕਿਉਂਕਿ ਸਭਾ ਦੋ ਵਜੇ ਕਰਨਾ ਚਾਹੀਦਾ ਹੈ ਦੋ ਚਾਰ ਮਿੰਟ ਤੱਕ ਹੋ ਸਕਦੇ ਆ ਇਹ ਭਾਈ ਸੱਤਾ ਤੇ ਭਾਈ ਬਲਵੰਡਾ ਆਪਣੀ ਮਿਹਨਤ ਦੀ ਕਮੀ ਕਰਦੇ ਆ ਤੇ ਭਾਈ ਗੁਰਦਾਸ ਜੀ ਨੂੰ ਮੂੰਹ ਤੇ ਜਵਾਬ ਦੇ ਦਿੱਤਾ ਜਸਰ ਭਾਈ ਗੁਰਦਾਸ ਜੀ ਨੇ ਜਾ ਕੇ ਦੱਸਿਆ ਕਹਿੰਦੇ ਗੁਰੂ ਪਾਤਸ਼ਾਹ ਜੀ ਭਾਈ ਸੱਤਾ ਤੇ ਭਾਈ ਬਲਵੰਡਾ ਜੀ ਉਹਨਾਂ ਦੇ ਮਨ ਦੇ ਵਿੱਚ ਥੋੜ੍ਹੀ ਜਿਹੀ ਦੁਬਧਾ ਬਣ ਗਈ ਹੈ ਉਹ ਕਹਿੰਦੇ ਆ ਉਹਨਾਂ ਦੇ ਮਨ ਦੀ ਦੁਬਧਾ ਤੇ ਤੁਸੀਂ ਜਿਹੜੀ ਸੰਗਤ ਹੈ ਨਾ ਉਹ ਜਾਣ ਕੇ ਰੋਕ ਲਈ ਹੈ ਤੇ ਇਸੇ ਕਰਕੇ ਸਾਨੂੰ ਚੜਾਵਾ ਇਕੱਠਾ ਨਹੀਂ ਹੋਇਆ ਤੇ ਫਿਰ ਵੀ ਭਾਈ ਗੁਰਦਾਸ ਜੀ ਨੇ ਜਾ ਕੇ ਗੁਰੂ ਪਾਤਸ਼ਾਹ ਜੀ ਨੂੰ ਕਹਿ ਗਿਆ ਨਹੀਂ ਤੁਹਾਡੇ ਸਿੱਖ ਨੇ ਦਸਵਾਂ ਹੋ ਜਾਂਦੀਆਂ ਨੇ ਤੁਹਾਡੇ ਬੱਚੇ ਨੇ ਤੁਸੀਂ ਦਰਸ਼ਨ ਆ ਰਹੇ ਹੋ ਉਹਨਾਂ ਨੂੰ ਹੋ ਸਕਦਾ ਉਹਨਾਂ ਨੂੰ ਤਕਲੀਫ ਹੈ ਕਿ ਉਹਨਾਂ ਨੇ ਆਪਣੀ ਬੇਟੀ ਦੀ ਸ਼ਾਦੀ ਕਰ ਦਿੱਤੀ ਗੁਰੂ ਪਾਤਸ਼ਾਹ ਜੀ ਨੇ ਕੋਈ ਗੱਲ ਨਹੀਂ ਤੁਹਾਨੂੰ ਜਵਾਬ ਦੇ ਦਿੱਤਾ ਆ ਸੰਗਤ ਬੈਠੀ ਉਡੀਕ ਕਰ ਰਹੀ ਹੈ ਤੇ ਸਾਧ ਸੰਗਤ ਜੀ ਮੈਂ ਇੱਕ ਬੇਨਤੀ ਕਰਦਾ ਹੁੰਦਾ ਆਪਣੇ ਉਹਦੇ ਟਾਈਮ ਦਾ ਨਾ ਟਾਈਮ ਢਾਡੀ ਜਿਹੜੇ ਦਾ ਟਾਈਮ ਰੱਖਿਆ ਜਾਂਦਾ ਵੀ ਉਹਨੇ ਕੋਈ ਮੇਰੇ ਤਕਾਹ ਢਾਡੀ ਜਿੱਦਾ ਸਾਡੇ ਦੇ ਬਾਅਦ ਵੀ ਢਾਡੀ ਉੱਥੇ ਨੇ ਸੇਵਾ ਕਰਨੀ ਹੈ ਉਹਨਾਂ ਦੇ ਬਾਅਦ ਵੀ ਲੈ ਸਾਡੇ ਦੇ ਪਹਿਲੇ ਕੀਰਤਨ ਵੀ ਹੋਇਆ ਜੇ ਕੋਈ ਜਥਾ ਅਚਨ ਚਨ ਦੂਜੇ ਕੋਈ ਕੈਂਸਲ ਹੋ ਜਾਵੇ ਤਾਂ ਮੈਨੂੰ ਪਤਾ ਕਿ ਪ੍ਰਬੰਧਕ ਮੈਂ ਤੁਹਾਨੂੰ ਹੱਥਾਂ ਪੈਰਾਂ ਨਹੀਂ ਕਰ ਜਾਂਦੀ ਹੈ ਕਿਉਂਕਿ ਬੜਾ ਔਖਾ ਹੁੰਦਾ ਐਸੇ ਟਾਈਮ ਇਸ ਨੂੰ ਨਾਲ ਦੀ ਨਾਲ ਸਾਂਭਣਾ ਕਿ ਕਿਹੜਾ ਜਥਾ ਬੁਲਾਇਆ ਜਾਵੇ ਜਾਂ ਫਿਰ ਕਿਹੜੇ ਜਥੇ ਨੂੰ ਟਾਈਮ ਫਿਰ ਵਧਾ ਕੇ ਦਿੱਤਾ ਜਾਵੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਅੱਜ ਸੰਗਤ ਦਾ ਬਹੁਤ ਧਾਰਮਿਕ ਇਕੱਠ ਹੋਇਆ ਤੇ ਬੜਾ ਇਕੱਠ ਹੋਇਆ ਜਿਹੜੀ ਸੰਗਤ ਇੱਕ ਦਿਨ ਪਹਿਲਾਂ ਬਾਰਿਸ਼ ਪੈਂਦੀ ਚਾਹ ਨਹੀਂ ਸੀ ਸਕੀ ਉਹ ਸੰਗਤ ਵੀ ਅੱਜ ਬਾਰਿਸ਼ ਛੱਡ ਕੇ ਪਹੁੰਚੀ ਹੋਈ ਹੈ ਗੁਰੂ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਨਿਮਰਤਾ ਦੀ ਮੂਰਤ ਧਾਰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜਿਹੜੇ ਸ਼ਾਂਤੀ ਦੇ ਪਹੁੰਚਦੇ ਨਿਮਰਤਾ ਦੀ ਮੂਰਤ ਦੇਖੋ ਕਿੰਨੀ ਵੱਡੀ ਹੈ ਨਿਮਰਤਾ ਕਿ ਆਪਣੇ ਸਿਧਾਸਨ ਤੇ ਉੱਠੇ ਨੇ ਉਹਨੇ ਪੈਰੀ ਕਹਿੰਦੇ ਉਹਨਾਂ ਨੇ ਭਾਈ ਸੱਤੇ ਦੇ ਭਾਈ ਬਲਵੰਡੇ ਦੇ ਘਰ ਨੂੰ ਪ੍ਰਸਥਾਨ ਕਰ ਦਿੱਤਾ ਕਹਿੰਦੇ ਪੂਜਾ ਦੀ ਘਰ ਤੋਂ ਰਾਜੀ ਨਹੀਂ ਹੋਏ ਸਾਹਿਬ ਜਾਣੇ ਇਤਿਹਾਸ ਦਾ ਲਿਖਦਾ ਉਹ ਕਹਿੰਦੇ ਗੁਰੂ ਪਾਤਸ਼ਾਹ ਜੀ ਆਪ ਚੱਲ ਕੇ ਗਏ ਹੈ ਜਿਸ ਵੇਲੇ ਜਾ ਕੇ ਬੂਹਾ ਵਰਤਾਇਆ ਕਹਿੰਦੇ ਭਾਈ ਸੱਤਾ ਜੀ ਭਾਈ ਬਲਵੰਡਾ ਜੀ ਆਪ ਚੱਲੀਏ ਅਸੀਂ ਤੁਹਾਨੂੰ ਲੈਣ ਆਏ ਹਾਂ ਹੋ ਸਕਦਾ ਕਿੱਡਾ ਵੱਡਾ ਗੁਰੂ ਹੋਵੇ ਸਾਡਾ ਕਿੱਡਾ ਵੱਡਾ ਸਾਡੇ ਰਹਿਮ ਹੋਏ ਨੇ ਜਿਹੜੇ ਆਪਣੇ ਸੇਵਕਾਂ ਨੂੰ ਭਾਵ ਤੱਕ ਲੈਣ ਆਏ ਔਰ ਦੇਖੋ ਜਿਹੜਾ ਹੰਕਾਰ ਹੈ ਉਹ ਹੰਕਾਰ ਕੀ ਕਰਾਉਂਦਾ ਬੂਹਾ ਨਹੀਂ ਖੋਲਿਆ ਆਪਣਾ ਬੂਹਾ ਨਹੀਂ ਖੋਲਿਆ ਕਹਿੰਦੇ ਗੁਰੂ ਪਾਤਸ਼ਾਹ ਜੀ ਉਹ ਕੱਲ੍ਹ ਤੁਸੀਂ ਸੰਗਤ ਨੂੰ ਰੋਕਿਆ ਸਾਨੂੰ ਚੜਾਵਾ ਇਕੱਠਾ ਨਹੀਂ ਹੋਇਆ ਬਹੁਤ ਬੋਲ ਬੋਲ ਰਹੇ ਹੈ ਗੁਰੂ ਪਾਤਸ਼ਾਹ ਸ਼ਾਂਤ ਚੱਲ ਹੋਏ ਖੜੇ ਹੈ ਬੂਹਾ ਖੋਲ ਕੇ ਗੱਲ ਕਰਨ ਲੱਗੇ ਹੈ ਕਿਉਂਕਿ ਜਿੰਨਾ ਗੁਰੂ ਪਾਤਸ਼ਾਹ ਜੀ ਚੁੱਪ ਨੇ ਤਾਂ ਇਹ ਉਹਨਾਂ ਹੀ ਭੱਜਦੇ ਜਾ ਕੇ ਗੁਰੂ ਪਾਤਸ਼ਾਹ ਜੀ ਦੇਖ ਰਹੇ ਹੈ ਕਿ ਹੈ ਤਾਂ ਸਾਡੇ ਸਿੱਖ ਨੇ ਦੇਖਦੇ ਆ ਕਹਿੰਦੇ ਮੀਲਾ ਵਾਪਰੀਆਂ ਕਿੰਨਾ ਭੱਜ ਸਕਦੇ ਹੈ ਅੱਜ ਬੋਲ ਬੋਲ ਬੋਲਣੇ ਸ਼ੁਰੂ ਕੀਤੇ ਆ ਪੰਚ ਪਾਤਸ਼ਾਹ ਨੂੰ ਬੋਲ 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 ਰਹੇ ਆ ਗੁਰੂ ਪਾਤਸ਼ਾਹ ਜੀ ਸ਼ਾਂਤ ਚੁੱਪ ਹੋਏ ਖੜੇ ਆਖਰ ਜਿਹੜਾ ਹੰਕਾਰ ਦਾ ਭਾਂਡਾ ਉਹ ਉੱਥੇ ਤੱਕ ਭੱਜ ਗਿਆ ਉਹ ਕਹਿੰਦੇ ਕਿ ਗੁਰੂ ਨਾਨਕ ਦੇ ਨਾਲ ਭਾਈ ਮਰਦਾਨਾ ਨਾ ਹੁੰਦਾ ਤਾਂ ਗੁਰੂ ਨਾਨਕ ਦੀ ਗੱਦੀ ਦਾ ਪ੍ਰਚਾਰ ਨਹੀਂ ਸੀ ਹੋ ਸਕਦਾ ਏਡਾ ਵੱਡਾ ਮੈਂ ਕਹਿ ਦਿੱਤਾ ਕਹਿੰਦੇ ਜੇ ਕਿਤੇ ਗੁਰੂ ਨਾਨਕ ਦਾ ਨਾ ਹੁੰਦਾ ਤਾਂ ਤੁਹਾਡੇ ਗੁਰੂ ਨਾਨਕ ਦੀ ਗੱਦੀ ਦਾ ਪ੍ਰਚਾਰ ਨਹੀਂ ਸੀ ਹੋ ਸਕਦਾ
ਤਾਂ ਜਸਵੇ ਗੱਲ ਕੀਤੀ ਹੈ ਗੁਰੂ ਨਾਨਕ ਦੀ ਗੱਦੀ ਦੀ ਜਸਵੇ ਮੁੰਡਾ ਕੀਤੀ ਹੈ ਗੁਰੂ ਪਾਤਸ਼ਾਹ ਜਿਹੜੇ ਬਿਲਕੁਲ ਸ਼ਾਂਤ ਜਿੱਤ ਖੜੇ ਹੈ ਅੱਜ ਗੁਰੂ ਪਾਤਸ਼ਾਹ ਨੇ ਪਹਿਲੀ ਵਾਰ ਉਹਦੇ ਵਿੱਚ ਜਵਾਬ ਦਿੱਤਾ ਕਹਿੰਦਾ ਫਿੱਟ ਗਏ ਫਿੱਟ ਗਏ ਲਾਂਗ ਕਿਉਂ ਤੁਸੀਂ ਗੁਰੂ ਨਾਨਕ ਦੇ ਘਰ ਦੀ ਜਿੱਥੇ ਤੁਸੀਂ ਵਡਿਆਈ ਕਰਦੇ ਰਹੇ ਹੋ ਅੱਜ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕਰਨ ਪ੍ਰਾਪਤ ਗੁਰੂ ਦੀ ਬਾਣੀ ਗਾਈ ਸਭ ਤੋਂ ਪ੍ਰਾਪਤ ਹੋਇਆ ਪਰ ਨਾਗ ਬਹੁਤ ਔਖੇ ਨੇ ਸਭ ਨੂੰ ਪਤਾ ਸਾਡੇ ਵੀਰ ਭੈਣ ਸਾਡੀ ਜਸਲੀਨ ਕੌਰ ਖਾਲਸਾ ਦੇ ਅੰਦਰ ਆਈ ਉਹਨਾਂ ਨੂੰ ਜਲ ਪਿਆਰ ਸਤਿਕਾਰ ਭੇਜਿਆ ਗਿਆ ਸਾਰੇ ਜੱਥਾ ਨੂੰ ਪਤਾ ਕਿ ਮਾਰਗ ਕਿੱਦਾਂ ਰੱਖੇ ਤੇ ਜਿਹੜੇ ਮਾਰਗ ਪਿਆਰ ਜਾਂਦੇ ਨੇ ਨਾ ਉਹ ਅਹਿਸਾਨ ਫਰਾਮੋਸ਼ ਹੋ ਜਾਂਦੇ ਆ ਭਾਵੇਂ ਲੱਖਾਂ ਰੁਪਏ ਵਿੱਚ ਨਾ ਬਣ ਸਕਦਾ ਪੈਸਾ ਤੁਹਾਨੂੰ ਰੱਦ ਹੋਊਗਾ ਸਾਡੇ ਨਾਲ ਜ਼ਿਆਦਾ ਕਦਾਈਆਂ ਹੋ ਗਈਆਂ ਤਾਂ ਜੋ ਵੀ ਪੈਸੇ ਦੀ ਬਖਸ਼ਿਸ਼ ਹੈ ਰਹਿੰਦਾ ਪੈ ਉਹਨੂੰ ਦਾਤੇ ਆਪਣੀ ਹੀ ਪ੍ਰਾਪਤ ਹੋ ਗਈਆਂ ਜਦੋਂ ਮਰਜ਼ੀ ਮੋੜਾ ਪਾ ਲਈਏ ਬੋਲਣਾ ਪੈਣਾ ਜਦੋਂ ਮਰਜ਼ੀ ਬੋਲੋ ਜਿੰਨਾ ਮਰਜ਼ੀ ਕਾਸ਼ਤ ਹੋ ਗਏ ਅੰਤ ਨੂੰ ਚੋਟਾ ਚੁਕਣ ਦੇ ਲਈ ਆਪਾਂ ਨੂੰ ਜ਼ਮੀਨ ਤੇ ਆਉਣਾ ਹੀ ਪੈਣਾ ਅੱਜ ਜਦੋਂ ਹੰਕਾਰ ਇੰਨਾ ਵਧਿਆ ਗੁਰੂ ਨਾਨਕ ਨੇ ਦਾਤੀ ਨਿੰਦਿਆ ਕੀਤੀ ਹੈ ਪਾਸ਼ਾ ਜੀ ਇੱਕ ਵਚਨ ਦਿੱਤਾ ਹਰ ਪਹਿਲਾਂ ਫਿੱਟ ਗਏ ਹੋ ਰਾਤ ਨੂੰ ਫਿੱਟ ਗਏ ਹੋ ਜਿਹੜੇ ਗੁਰੂ ਨਾਨਕ ਦੇ ਦਾਤੀ ਤੁਸੀਂ ਨਿੰਦਿਆ ਕੀਤੀ ਹੈ ਨਾ ਅੱਜ ਤੋਂ ਬਾਅਦ ਫਿੱਟ ਗਏ ਹੋ ਕੋਈ ਕੀਰਤਨ ਨਾ ਕਰ ਰਹੇ ਹੋ ਗੁਰੂ ਪਾਤਸ਼ਾਹ ਜੀ ਉਹਨੇ ਕਹਿ ਜਿਸ ਵੇਲੇ ਵਾਪਸ ਸੰਗਤ ਦੇ ਵਿੱਚ ਗਏ ਹੋ ਭਾਈ ਪ੍ਰਕਾਸ਼ ਜੀ ਨੇ ਪੁੱਛਿਆ ਕਹਿੰਦਾ ਗੁਰੂ ਸਾਹਿਬ ਜੀ ਕੀ ਹੋਇਆ ਸਰਤਾ ਜੀ ਤਰਵੰਡਾ ਜੀ ਆਈ ਉਹ ਗੁਰੂ ਪਾਤਸ਼ਾਹ ਜੀ ਕਿਸ ਤਰ੍ਹਾਂ ਸੰਗਤ ਨੂੰ ਸਮਝਾਉਂਦੇ ਆ ਕਹਿੰਦੇ ਅੱਜ ਤੋਂ ਬਾਅਦ ਸੱਤੇ ਤੇ ਗੁਰਦੇ ਨੂੰ ਕਿਸੇ ਨੇ ਮੱਥੇ ਹੀ ਲਾਉਣਾ ਸਾਡੇ ਨੂੰ ਧਰਕਾ ਨਹੀਂ ਹੋਏਗਾ ਤੇ ਨਾਲ ਹੀ ਨਾਲ ਵਚਨ ਕਰ ਦਿੱਤਾ ਬਹੁਤ ਵੱਡੀ ਇੱਕ ਸ਼ਰਤ ਰੱਖ ਦਿੱਤੀ ਸ਼ਰਤ ਸੁਣਿਆ ਕੀ ਹੈ ਕਹਿੰਦੇ ਗੁਰੂ ਜ਼ਿਆਦਾ ਹੋਏ ਤਾਂ ਉਹਨਾਂ ਹੋਵੇ ਨਾ ਗੁਰੂ ਜ਼ਿਆਦਾ ਤਰਸ ਹੋਵੇ ਸੱਤੇ ਦੇ ਬਰਵੰਡੇ ਤੇ ਤੇ ਜਿਹਨੇ ਭਗਤ ਸ਼ਾਮਿਲ ਹੋ ਸਾਡੀ ਇੱਕ ਸ਼ਰਤ ਆ ਤੇ ਕਿਹੜੀ ਹੈ ਜਿਹਨੇ ਭਗਤ ਸ਼ਾਮਿਲ ਹੋਣਾ ਉਹ ਫੋਟੇ ਦੇ ਉੱਤੇ ਚੜ ਕੇ ਆਪਣਾ ਮੂੰਹ ਕਾਲਾ ਕਰਕੇ ਗਲਦੇ ਵਿੱਚ ਟੁੱਟੇ ਹੋਏ ਸ਼ਿਕਰਾਂ ਦਾ ਹਾਰ ਪਾ ਕੇ ਆਉਂਦੇ ਤੇ ਫਿਰ ਆਲੇ ਨਾਲ ਸੱਤੇ ਦੇ ਬਰਵੰਡੇ ਨੂੰ ਮਗਰ ਭੇਓ ਮਗਰ ਆਲੇ ਇਕੱਠ ਕਰਕੇ ਫਿਰ ਅਸੀਂ ਭਾਈ ਸੱਤੇ ਦੇ ਬਰਵੰਡੇ ਨੂੰ ਬਾਦਸ਼ਾਹ ਦੇ ਬਾਰੇ ਸੁਣ ਸਕਦੇ ਹਾਂ ਪਰ ਇੱਡੀ ਵੱਡੀ ਕੁਰਬਾਨੀ ਸਾਧ ਸੰਗਤ ਜੀ ਕਿਸੇ ਵੀ ਕਰਦੇ ਕਹਿਣ ਨੂੰ ਕਾਲਾ ਕਰੀ ਅੱਜ ਸੰਗਤ ਦੇ ਵਿੱਚ ਗੁਰੂ ਪਾਤਸ਼ਾਹ ਜਿਸ ਤਰ੍ਹਾਂ ਭਾਈ ਸੱਤੇ ਦੇ ਭਾਈ ਬਰਵੰਡੇ ਬਾਰੇ ਸੰਗਤ ਨੂੰ ਤਕਲੀਫ ਕਰ ਰਹੇ ਆ ਉਸ ਵੇਲੇ ਜਿਹੜੇ ਚਾਹੁੰਦੇ ਹੈ ਨਾ ਸੱਤੇ ਬਰਵੰਡੇ ਦੇ ਹੱਥ ਟਿਕਾ ਆਪਣਾ ਸਤਿਗੁਰੂ ਆ ਕੇ ਬੇਟਾ ਛੰਦੇ ਬਹੁਤ ਪਿਆਰੀ ਬਣ ਗਈ ਢਾਡੀ ਜਗ੍ਹਾ ਜਗੀਰ ਸਿੰਘ ਜੋ ਖਾਲਸਾ ਦੀ ਗੱਲ ਵਧਾਉਣ ਵਾਲੇ ਜਾ ਕੇ ਇੱਦਾਂ ਕਰਦਾ
ਸੱਤਾ ਦੇ ਬੰਦੇ ਦੋਵਾਂ ਫਿੱਟ ਜਾਣਾ ਸਤਿਗੁਰੂ ਆ ਗਏ। ਅੱਜ ਗੁਰੂ ਪਾਤਸ਼ਾਹ ਨੇ ਸੰਗਤ ਦੇ ਵਿੱਚ ਬੈਠ ਕੇ ਇਹ ਵਚਨ ਉਚਾਰ ਦਿੱਤੇ, ਕਹਿੰਦੇ ਜਿਹੜਾ ਉਹਨਾਂ ਦੀ ਢੁੱਡ ਪਛਾਉਣ ਆ ਗਈ ਨਾ, ਤਾਂ ਫਿਰ ਕੁਝ ਸੋਚ ਕੇ ਆਉਂਦੇ ਹਾਂ। ਇਹਨਾਂ ਨੇ ਗੁਰੂ ਨਾਨਕ ਦੇ ਦਾਦੀ ਨਿਗਾ ਕੀਤੀ ਹੈ, ਸਾਨੂੰ ਬਹੁਤ ਬੋਲਦੇ ਤਾਂ ਅਸੀਂ ਜਾਂਦੇ ਹਾਂ, ਸਾਨੂੰ ਕੋਈ ਦਿਲਾ ਨਹੀਂ, ਪਰ ਇਹਨਾਂ ਨੇ ਗੁਰੂ ਨਾਨਕ ਦੇ ਦਾਦੀ ਨਿਗਾ ਕੀਤੀ। ਉੱਥੇ ਤੱਕ ਕਹਿ ਦਿੱਤਾ, ਕਹਿੰਦੇ ਜੇ ਤੁਹਾਡੇ ਗੁਰੂ ਨਾਨਕ ਦੇ ਨਾਲ ਭਾਈ ਮਰਦਾਨਾ ਨਾ ਹੁੰਦਾ ਤਾਂ ਗੁਰੂ ਨਾਨਕ ਦੀ ਗੱਦੀ ਦਾ ਪ੍ਰਚਾਰ ਨਹੀਂ ਸੀ ਹੋ ਸਕਦਾ। ਕਹਿੰਦੇ ਹੁਣ ਦੇਖਦੇ ਹਾਂ ਅਸੀਂ ਕੀਰਤਨ ਕਰਨਾ ਛੱਡਿਆ, ਤੇ ਹੁਣ ਦੇਖਦੇ ਹਾਂ ਕਿ ਗੁਰੂ ਨਾਨਕ ਦੀ ਗੱਦੀ ਦਾ ਕਿਹੜਾ ਪ੍ਰਚਾਰ ਕਰਦੇ ਸਤੀ ਨੂੰ ਤੋੜਦਾ, ਕਿਉਂਕਿ ਸਾਧ ਸੰਗਤ ਦੇ ਬਹੁਤ ਵੱਡੇ ਕਾਰਨ ਸੀ। ਭਾਈ ਸੰਗਤ ਦੇ ਬੁਲਾਉਂਦੇ ਨੇ ਕਿ ਇੱਕ ਮੰਦਰ ਚ ਬੜੀ ਵੱਡੀ ਗੱਲ ਚੱਲ ਰਹੀ ਸੀ, ਉਹ ਕਿਹੜੀ ਗੱਲ ਸੀ? ਉਹੀ ਗੱਲ ਸੀ ਕਿ ਜਿਹੜਾ ਬਾਬਾ ਪ੍ਰਿਥੀ ਚੰਦ ਸੀ ਉਹਨਾਂ ਨੇ ਆਪਣੀ ਜਿਹੜੀ ਬਾਣੀ ਅਲੱਗ ਆਪਣੀ ਪ੍ਰਕਾਸ਼ ਕਰਨ ਬੈਠਾ ਸੀ, ਉਹ ਆਪਣੀ ਬਾਣੀ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਬਾਣੀ ਨਾਲ ਉਚਾਰਾਂ, ਉਹਦਾ ਪੁੱਤਰ ਮੇਹਰਬਾਨ ਉਹ ਵੀ ਬਾਣੀ ਉਚਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਨਾਂ ਨੂੰ ਇਹ ਸੀ ਕਿ ਗੁਰੂ ਨਾਨਕ ਦੀ ਜਿਹੜੀ ਗੱਦੀ ਹੈ ਸਾਡਾ ਪ੍ਰਚਾਰ ਨਹੀਂ ਚੱਲ ਰਹੀ ਹੈ, ਜੇ ਅਸੀਂ ਪ੍ਰਚਾਰ ਕਰ ਰਹੇ ਹਾਂ ਤਾਂ ਚੱਲ ਰਹੀ ਹੈ। ਪਰ ਸੱਚੀ ਗੱਲ ਹੈ ਐਵੇਂ ਨਹੀਂ ਕਿਹਾ, ਕਹਿੰਦੇ ਜੀ ਗੁਰੂ ਨਾਨਕ ਦਾ ਖੜਾ ਤੇ ਇੱਕ ਵਿਆਹ ਤੋਂ ਦੂਜਾ ਖੜਾ, ਇੱਥੇ ਗੁਰੂ ਪਾਤਸ਼ਾਹ ਦੇ ਡਾਕਟਰ ਕਦੇ ਕੋਈ ਘਾਟ ਨਹੀਂ ਪਈ। ਅੱਜ ਜਿਸ ਵੇਲੇ ਗੁਰੂ ਪਾਤਸ਼ਾਹ ਨੇ ਸਾਰਿਆਂ ਨੂੰ ਕਹਿ ਦਿੱਤਾ, ਕਹਿੰਦੇ ਜੀ ਆਉਣਾ ਫਿਰ ਤਕੜਾ ਹੋ ਗਿਆ, ਉਹ ਢਿੱਲ ਪਰੇਸ਼ਾਨ ਨਹੀਂ, ਪੋਤੇ ਤੋਂ ਚੜ੍ਹ ਕੇ ਆਵੇ, ਮੂੰਹ ਦੇ ਨਾਲ ਮਰ ਕੇ ਆਵੇ, ਤੇ ਆਪਣੇ ਗਰਦਨ ਵਿੱਚ ਟੁੱਟੇ ਹੋਏ ਸ਼ਸਤਰਾਂ ਦਾ ਹਾਰ ਪਾ ਕੇ ਆਵੇ, ਜਿਹਨੇ ਸੱਤੇ ਦਰਵਾਜ਼ੇ ਨੂੰ ਲੈ ਕੇ ਆਉਣਾ ਇੱਧਰ ਭਾਵੇਂ ਹੋਇਆ ਗੁਰੂ ਨਾਨਕ ਦੇ ਦਰਬਾਰ। ਜਿਸ ਵੇਲੇ ਵਚਨ ਕਰ ਦਿੱਤਾ ਅਸਾਂ ਸਿੰਘ ਜੀ ਜਾਣੇ ਸਾਰਾ, ਜਿਹਨਾਂ ਦੀ ਪੈਸਾ ਮੁੱਖ ਹੈ ਉਹਨਾਂ ਦੀ ਪੈਸਾ ਮੁੱਖ ਹੋ ਸਕਦਾ, ਪਰ ਜਿਹਨਾਂ ਦੀ ਗੁਰੂ ਪਾਤਸ਼ਾਹ ਦੀਆਂ ਰਹਿਮਤਾਂ ਮੁੱਖ ਨੇ, ਬਖਸ਼ਿਸ਼ਾਂ ਮੁੱਖ ਨੇ, ਤੇ ਬਖਸ਼ਿਸ਼ਾਂ ਤੇ ਰਹਿਮਤਾਂ ਕਿੱਦਾਂ ਮੁੱਖ ਹੋ ਜਾਂਦੀਆਂ ਕੀ ਤੁਸੀਂ ਜਾਣਦੇ? ਅੱਜ ਜਿਹੜੀ ਸੰਗਤ ਹੈ ਭਾਈ ਸੱਤੇ ਤੇ ਦਲਵੰਡੇ ਦੇ ਚਰਨਾਂ ਦੇ ਹੇਠਾਂ ਤੰਗਾਂ ਰੱਖਦੀ ਸੀ, ਭਾਵਨਾ ਛੱਡਦੀ ਸੀ, ਇੰਤਜ਼ਾਰ ਕਰਦੀ ਸੀ ਕਿ ਸੱਤਾ ਤੇ ਦਲਵੰਡਾ ਜੀ ਆ ਕੇ ਕੀਰਤਨ ਕਰਨਗੇ ਤੇ ਬੜੇ ਰਾਹਵੇਂ ਮਾਹਾਂਗੇ, ਤੇ ਅੱਜ ਉਹੀ ਸੰਗਤ ਹੈ ਉਹਨਾਂ ਨੂੰ ਆਪਣੇ ਮੱਥੇ ਲਾਉਣ ਤੋਂ ਗਰੇਜ਼ ਕਰ, ਉਹੀ ਗਲੀਆਂ ਨੇ, ਉਹੀ ਸਭ ਕੁਝ ਹੈ, ਉੱਥੇ ਉਹੀ ਸੰਗਤ ਹੈ ਜਿਹਨੂੰ ਲੰਘਦੀ ਕਰਦੀ ਹਮੇਸ਼ਾ ਨਮਸਕਾਰ ਧੋਖੇ ਕਰਦੀ ਸੀ, ਪਰ ਅੱਜ ਉਹੀ ਸੰਗਤ ਇਹਨਾਂ ਨੂੰ ਦੇਖ ਕੇ ਮੁੱਖ ਕਮਾ ਲੈਂਦੀ ਹੈ। ਉਹ ਕਹਿੰਦੇ ਗੁਰੂ ਨਾਨਕ ਦੇ ਘਰ ਦੇ ਅੰਦਰ ਧਾਰੇ ਹੋਏ ਨੇ, ਤੇ ਗੁਰੂ ਨਾਨਕ ਦੇ ਘਰ ਦੇ ਫਟਕਾਰੇ ਹੋਏ ਨੇ, ਇਹਨਾਂ ਦੇ ਮੱਥੇ ਨੂੰ ਲੱਗਿਆ ਗੁਰੂ ਪਾਤਸ਼ਾਹ ਜੀ ਨੇ ਕਿਹਾ ਇਹਨਾਂ ਦੇ ਮੱਥੇ ਹੀ ਲੱਗਣਾ। ਹੱਸੋ ਜ਼ਰਾ, ਅੱਜ ਦੀ ਨੌਜਵਾਨ ਪੀੜ੍ਹੀ ਤਾਂ ਹੋਰ ਦੇ ਦਿੰਦੀ ਹੈ ਕਿ ਬਖਸ਼ਿਸ਼ਾਂ ਕੀ ਹੁੰਦੀਆਂ ਨੇ, ਰਹਿਮਤਾਂ ਕੀ ਹੁੰਦੀਆਂ ਨੇ। ਰਹਿਮਤ ਉਹ ਹੈ ਸਾਧ ਸੰਗਤ ਜੀ ਜਿਹਨਾਂ ਨੇ ਇਤਿਹਾਸ ਪੜ੍ਹਿਆ, ਗੁੰਗਿਆਂ ਨੂੰ ਜ਼ਬਾਨਾਂ ਮਿਲ ਜਾਂਦੀਆਂ ਨੇ, ਬੋਲਿਆਂ ਨੂੰ ਸੁਣਨ ਲੱਗ ਜਾਂਦਾ, ਤੇ ਜਿਹੜੇ ਨੇਤਰ ਹੁੰਦੇ ਉਹਨਾਂ ਨੂੰ ਨੇਤਰ ਮਿਲ ਜਾਂਦੇ। ਇੱਥੇ ਆ ਕੇ ਜਿਹੜੀ ਸ਼ਨੀਵਾਰ ਨੂੰ ਤੁਸੀਂ ਰਾਤ ਰੱਖਦੇ ਹੋ ਨਾ ਸਾਧ ਸੰਗਤ ਜੀ, ਤੇ ਕੋਈ ਐਵੇਂ ਨਹੀਂ ਰੱਖਦੇ, ਜੇ ਕੋਈ ਕਲਾ ਵਰਤਦੀ ਹੈ, ਕੋਈ ਭਰੋਸਾ ਹੈ, ਦੁੱਖ ਦਰਦ ਦੂਰ ਹੁੰਦੇ ਨੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜਿਹਨਾਂ ਨੇ ਇੱਥੇ ਆ ਕੇ ਵਚਨ ਕੀਤੇ ਸੀ ਕਿ ਭਾਈ ਇੱਥੇ ਜਿਹੜਾ ਆ ਕੇ ਰੁਕਿਆ ਕਰੇਗਾ ਦੁੱਖ ਦਰਦ ਦੂਰ ਹੋਣਗੇ, ਤਾਂ ਦੁੱਖ ਦਰਦ ਦੂਰ ਹੁੰਦੇ ਆ, ਐਵੇਂ ਨਹੀਂ ਹੁੰਦੇ, ਬਹੁਤ ਵੱਡੀ ਗੱਲ ਹੈ। ਆਓ ਜਿਹੜਾ ਦੂਸਰਾ ਵਚਨ ਸੀ ਉਹ ਕਦੇ ਪੂਰਾ ਹੋ ਗਿਆ,
ਧਰਕਾਰੇ ਦੇ ਨੂੰ ਫਟਕਾ ਰਹੇ ਨੇ, ਸੰਗਤ ਫਟਕਾਰਾ ਪਾ ਰਹੀ ਹੈ, ਧਰਕਾਰ ਨੂੰ ਜਦੋਂ ਮੱਥੇ ਵੀ ਲਾ ਲਿਆ। ਇੱਕੋ ਹੀ ਕੰਮ ਆਉਂਦਾ ਸੀ, ਕਿਹੜਾ ਸੀ? ਗੁਰੂ ਨਾਨਕ ਦੇ ਘਰ ਤੁਹਾਡੇ ਕੀਰਤ ਨਹੀਂ ਸੀ, ਹੋਰ ਕੋਈ ਕੰਮ ਨਹੀਂ ਆਉਂਦਾ, ਕੋਈ ਹਕੀਕਤ ਨਹੀਂ ਕਰ ਸਕਦੇ। ਅੱਜ ਸਾਰਾ ਖਰਚਾ ਪਾਣੀ ਬੰਦ ਹੋ ਗਿਆ, ਜਿੱਥੇ ਗੁਰੂ ਪਾਤਸ਼ਾਹ ਨੂੰ ਰਾਸ਼ਨ ਤੱਕ ਦੇ ਵੀ ਭੇਜਦੇ ਹੋਏ ਤੇ ਕਦੇ ਘਰ ਦੇ ਵਿੱਚ ਖਜ਼ਾਨੇ 'ਚ ਕਦੇ ਤੋੜ ਨਹੀਂ ਆਉਂਦੀ। ਤੇ ਸਾਹ ਸਕਦੀ ਅੱਜ ਸਭ ਕੁਝ ਬੰਦ ਹੋ ਗਿਆ। ਜਿਹੜਾ ਦੂਸਰਾ ਵਚਨ ਸੀ ਕਿ ਤੁਸੀਂ ਫਿੱਟੇ ਰਹੇ ਹੋ, ਫਿੱਟੇ ਰਹੇ ਹੋ, ਇਹ ਵਚਨ ਹੁਣ ਪੂਰਾ ਹੋ ਗਿਆ। ਅੱਜ ਤਕਰੀਬਨ ਦੋ ਦਿਨਾਂ ਦੇ ਵਿੱਚ, ਤਿੰਨ ਦਿਨਾਂ ਦੇ ਵਿੱਚ ਹੀ ਭਾਈ ਸੱਤੇ ਦੇ ਦਿਲਾਂ ਨੂੰ ਅਹਿਸਾਸ ਹੋਣ ਲੱਗ ਪਿਆ ਕਿ ਸਾਡੇ ਛੋਟੀਆਂ ਛੋਟੀਆਂ ਫੈਂਸੀਆਂ ਹੋ ਗਈਆਂ। ਉਹ ਫੈਂਸੀਆਂ ਵੱਡੇ ਦੇ ਤੋੜੇ ਬਣ ਕੇ ਜਾ ਰਹੇ, ਤੋੜਿਆਂ ਦੇ ਜ਼ਖਮ ਬਣ ਚੁੱਕੇ ਹੈ ਤੇ ਜ਼ਖਮ ਦੇ ਵਿੱਚੋਂ ਪਸ ਰਿਸ ਲੱਗ ਗਏ। ਦੇਖੋ ਸਾਰੇ ਸਰੀਰ ਤੇ, ਸਿਰ ਦੇ ਵਿੱਚ ਜ਼ਖਮ ਹੈ, ਪੈਰ ਦੀ ਚੁੱਚ ਤੇ ਲੈ ਕੇ ਸਿਰ ਤੱਕ ਸਾਰੇ ਜ਼ਖਮ ਦੇ ਨਾਲ ਭਰ ਚੁੱਕੇ ਹੈ। ਤੇ ਜਿਸ ਵੇਲੇ ਇਹ ਸ਼ੁਰੂ ਹੋਇਆ ਤਕਰੀਬਨ ਡੇਢ ਮਹੀਨਾ ਦੇਖਿਆ, ਦੋ ਮਹੀਨੇ ਦੇਖਿਆ, ਅੱਜ ਉਹੀ ਭਾਈ ਸੱਤਾ ਕੋਈ ਗੜਬੰਡਾ ਜਿਵੇਂ ਸੰਗਤ ਮਿਆਂ ਨੇ ਆਪਣੇ ਨਮਸਕਾਰ ਕਰਦੀ ਸੀ, ਅੱਜ ਉਲਟਾ ਸੰਗਤ ਨੂੰ ਮਿਆਂ ਨੇ ਆਪਣੇ ਨਮਸਕਾਰ ਕਰ ਰਹੀ ਹੈ। ਕਹਿੰਦੇ ਗੁਰੂ ਪਿਆਰ ਕੋਈ ਹੋਵੇ ਗੁਰੂ ਦਾ ਸਿੱਖ ਜਿਹੜਾ ਸਾਡੀ ਧੁੰਦ ਪਛਾਣ ਦੇ, ਗੁਰੂ ਪਾਤਸ਼ਾਹ ਦੇ ਦਰਦੇ ਲੈ ਜਾਓ, ਕੋਈ ਹੋਵੇ ਐਸਾ ਗੁਰੂ ਪਾਤਸ਼ਾਹ ਦਾ ਸਿੱਖ ਜਿਹੜਾ ਗੁਰੂ ਅਰਜਨ ਦੇ ਪਾਤਸ਼ਾਹ ਦੇ ਸਾਨੂੰ ਮੱਥੇ ਲਾਉਂਦੇ। ਅਸੀਂ ਮੱਥੇ ਲੱਗਣ ਜੋ ਨਹੀਂ ਹੋਏ, ਕਿਉਂਕਿ ਜਿੱਥੇ ਅਸੀਂ ਸੰਗਤ ਦੇ ਧਰਕਾਰੇ ਗਏ ਉੱਥੇ ਗੁਰੂ ਪਾਤਸ਼ਾਹ ਦੇ ਮੱਥੇ ਕਿੱਥੇ ਲੱਗ ਜਾਂਦੇ? ਸ਼ਬਦਾਂ ਰੱਖੀਆਂ ਨੇ ਤਾਂ ਸੰਗਤ ਦੇਖ ਕੇ ਮੁੱਖ ਨਿਭਾ ਲੈਂਦੀ ਹੈ। ਉਹ ਕਹਿੰਦੇ ਤੁਸੀਂ ਕਮਰੇ ਹੋਏ, ਸਾਡੇ ਕੋਲੋਂ ਨਹੀਂ ਇਹ ਸੇਵਾ ਹੋਣੀ, ਅਸੀਂ ਆਪਣਾ ਗੁਰੂ ਕਾਰ ਤੁਹਾਡੀ ਕਰਕੇ ਕਰਾ ਸਕਦੇ। ਹਾਏ ਸਮੇਂ ਦੇ ਵਿੱਚ ਰਹਿੰਦੇ ਹੋਏ ਮੈਂ ਇੱਕੋ ਇੱਕ ਮੰਗ ਕੀ ਕਹਿ ਦੋ, ਸਮੇਂ ਦੀ ਸਮਾਪਤੀ ਮੈਂ ਸਭਾ ਦੇ ਵਿੱਚ ਕਰ ਦੇਣੀ ਹੈ, ਕਿਉਂਕਿ ਮੇਰੇ ਤੋਂ ਬਾਅਦ ਸਤਿਕਾਰ ਜੋ ਢਾਡੀ ਉੱਠਾ ਬਲੰਡਾ ਸਾਹਿਬ ਜਿਹੜੇ ਆਪ ਉਹਨਾਂ ਦਾ ਜਥਾ ਸਾਡੇ ਤੋਂ ਬਾਅਦ ਉਹਨਾਂ ਦੀ ਹਾਜ਼ਰੀ ਭਰਦੇ ਬੜੇ ਸੂਝਵਾਨ ਸਤਿਕਾਰ ਜੋ ਪ੍ਰਚਾਰਕ ਨੇ, ਕਿਉਂਕਿ ਜਿਹੜਾ ਵੀ ਗੁਰੂ ਪਾਤਸ਼ਾਹ ਦੇ ਦਾਦੇ ਆ ਕੇ ਉਹਨਾਂ ਦੀ ਵਡਿਆਈ ਕਰਦਾ, ਭਾਵੇਂ ਮੇਰੇ ਵਰਗਾ ਗਿਆਨੀ ਜਿਹਨੂੰ ਕੋਈ ਗਿਆਨ ਨਾ ਹੋਵੇ, ਜਿਹੜਾ ਪ੍ਰਸ਼ਨ ਮਾਤਰ ਗਿਆਨ ਰੱਖੇ, ਥੋੜ੍ਹੀ ਵੀ ਗਿਆਨ ਦੀ ਕਣੀ ਰੱਖੇ, ਸੰਗਤ ਦੇ ਵਿੱਚ ਕੋਸ਼ਿਸ਼ ਕਰ ਰਹੇ ਤਾਂ ਅਸੀਂ ਪ੍ਰਚਾਰ ਕਰੀਏ। ਤੇ ਸਾਰੀ ਸਰਕਾਰ ਜਿਹੜੇ ਮੇਰੇ ਤੋਂ ਸੀਨੀਅਰ ਪ੍ਰਚਾਰਕ ਨੇ, ਜਿਹੜੇ ਢਾਡੀ ਕਲਾ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ, ਜਿਹਨਾਂ ਉਹਦੇ ਇਤਿਹਾਸਿਕ ਖੋਜ ਆ ਪੱਖ ਹੈ, ਸਾਰੇ ਸਰਕਾਰ ਜਿਹੜੇ ਸਾਰਿਆਂ ਨੂੰ ਬਾਦਾ ਮਾਣ ਸਤਿਕਾਰ ਦਿਆ ਕਰੇ। ਕਿਉਂਕਿ ਮਾਣ ਸਤਿਕਾਰ ਦੀ ਗੱਲ ਮੈਂ ਤੁਹਾਨੂੰ ਪਤਾ, ਮੈਂ ਸਾਡਾ ਮਾਣ ਸਤਿਕਾਰ ਨਹੀਂ ਹੁੰਦਾ, ਇਹ ਜੋ ਤੁਸੀਂ ਮਾਇਆ ਗੁਰੂ ਦਾ ਪਿੱਛੋਂ ਸਤਿਕਾਰ ਨਹੀਂ, ਇਹ ਗੁਰੂ ਪਾਤਸ਼ਾਹ ਦੇ ਬਖਸ਼ੇ ਹੋਏ ਬਾਣੀ ਦਾ ਸਤਿਕਾਰ ਹੈ, ਗੁਰੂ ਪਾਤਸ਼ਾਹ ਦੇ ਬਖਸ਼ੇ ਹੋਏ ਸ਼ਾਸਤਰਾਂ ਦਾ ਸਤਿਕਾਰ ਹੈ, ਉਹਨਾਂ ਦੇ ਇਤਿਹਾਸ ਦਾ ਸਤਿਕਾਰ ਹੈ, ਇਹ ਜ਼ਮਾਨਿਆਂ ਦਾ ਸਤਿਕਾਰ ਹੈ। ਨਹੀਂ ਤਾਂ ਸਾਡੇ ਵਰਗੇ ਜੇ ਕਿਤੇ ਭੀੜ ਦੇ ਵਿੱਚ ਤੁਰੇ ਫਿਰਦੇ ਹੋਣ ਨਾ, ਤਾਂ ਮੈਨੂੰ ਲੱਗਦਾ ਕੋਈ ਬੰਦਾ ਚੋਰੀ ਫਤਿਹ ਲਾ ਕੇ ਰਾਜ਼ੀ ਹੁੰਦਾ ਜਾ। ਤੇ ਤੁਸੀਂ ਉਹਦਾ ਸਤਿਕਾਰ ਦਿੰਦੇ ਹੋ, ਇਹ ਮਾਇਆ ਦਿੰਦੇ ਹੋ, ਇਹ ਤਾਂ ਦਿੰਦੇ ਹੋ ਕਿ ਇਸ ਕਮਰੇ ਦੀ ਜੀਵਾਂ ਤੁਸੀਂ ਗੁਰੂ ਪਾਤਸ਼ਾਹ ਦਾ ਜਸ ਤੁਹਾਨੂੰ ਸਾਰਣ ਕਰਨ ਤੇ ਕਿਤਾਬ ਦੇ ਢੰਗ ਦਾ ਕੀ ਹੋਇਆ ਸੀ। ਤੇ ਬੇਨਤੀ ਇਹ ਵੀ ਹੈ ਕਿ ਹਮੇਸ਼ਾ ਗੁਰੂ ਪਾਤਸ਼ਾਹ ਚਰਨਾਂ ਵਿੱਚ ਸਾਡੀ ਵੀ ਅਰਦਾਸ ਕਰਿਆ ਕਰੋ ਕਿ ਗੁਰੂ ਪਾਤਸ਼ਾਹ ਨੂੰ ਜਦੋਂ ਵੀ ਸੁੱਖ ਸੰਭਾਲੀ ਹੈ ਤੁਹਾਡੇ ਦਰ ਦਾ ਕੋਈ ਢਾਡੀ ਹੋਏ ਆ, ਤੇ ਜਦ ਤੱਕ ਰਹਿੰਦੇ ਸਾਹ ਚੱਲਦੇ ਤੁਹਾਡੇ ਦਰ ਦਾ ਕੋਈ ਢਾਡੀ ਨਹੀਂ ਹੁੰਦੀ, ਗੁਜ਼ਰਦੇ ਕਿਸੇ ਹੋਰ ਪਾਸੇ ਨੂੰ ਲੱਗਣਾ, ਮੇਰੇ ਗੁਰੂ ਪਾਤਸ਼ਾਹ ਨੂੰ ਬਚਾ ਕੇ ਰੱਖਣ ਅਰਦਾਸ ਕਰਿਆ ਕਰੋ। ਆਓ ਅੱਜ ਜਦੋਂ ਦੇਖਦੇ ਫਿਰਦੇ ਆ, ਰੋਂਦੇ ਫਿਰਦੇ ਆ, ਟਪਾਉਂਦੇ ਫਿਰਦੇ ਆ, ਤਾਂ ਇੱਕ ਜਿਹੜਾ ਸਿੱਖ ਹੈ ਉਹ ਸਿੱਖ ਤੱਕ ਕਦੋਂ ਪਹੁੰਚੇਗਾ? ਕਿਹੜਾ ਭਾਈ ਲੱਗਾ ਗੁਰੂ ਪਿਆਰ ਵਾਲਾ, ਬੜਾ ਗੁਰੂ ਪਾਤਸ਼ਾਹ ਦੀ ਸੇਵਾ ਕਰਨ ਵਾਲਾ ਅਨੰਦ ਸੇਵਕ ਹੈ, ਜਿਹੜਾ ਗੁਰੂ ਪਾਤਸ਼ਾਹ ਦੇ ਦਰ ਤੇ ਹਮੇਸ਼ਾ ਸੇਵਾ ਕਰਦਾ, ਬਰਤਨਾਂ ਦੀ ਸੇਵਾ ਕਰਦਾ,
ਨਾਲ ਪ੍ਰਸ਼ਾਦਿਆਂ ਦੀ ਮੰਦਰ ਦੀ ਸੇਵਾ ਕਰਵਾਉਂਦਾ। ਉਹ ਭਾਈ ਨੰਦਾ ਤੱਕ ਮੈਂ ਇੱਕ ਖਬਰਾਂ ਪਹੁੰਚੀਆਂ ਨੇ ਕਿ ਭਾਈ ਸੱਤੇ ਤੇ ਬਲਵੰਡਾ ਦੀ ਕੋਈ ਧੋਣ ਦਰਸਾ ਰਿਹਾ ਤੇ ਸੱਤਾ ਤੇ ਬਲਵੰਡਾ ਅੱਜ ਕਾਰਜਨਾ ਕਰ ਰਹੇ। ਆ ਦੇਖੋ ਜ਼ਰਾ ਕਿੱਡੀ ਵੱਡੀ ਕੁਰਬਾਨੀ। ਮੈਂ ਕਹਿੰਦਾ ਹੁੰਦਾ ਅੱਜ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਬੜੀ ਸੂਝਵਾਨ ਹੋ ਚੁੱਕੀ ਹੈ। ਇਲੈਕਸ਼ਨ ਦਾ ਟਾਈਮ ਆ ਰਿਹਾ, ਮੈਂ ਹਮੇਸ਼ਾ ਇੱਕ ਵਾਰ ਕਹਿੰਦਾ ਹੁੰਦਾ ਤੇ ਕਦੇ ਪਹਿਲਾਂ ਵੀ ਮੌਕਾ ਵੋਟਾਂ ਦਾ ਪਾਈ ਜਾਂਦੀ ਹੈ। ਮੈਂ ਕਿਸੇ ਪਾਰਟੀ ਦੀ ਹਮਾਇਤ ਨਹੀਂ ਕਰੂੰਗਾ ਜਿਹਨੂੰ ਮਰਜ਼ੀ ਪਾ ਸਕਦੇ, ਪਰ ਆਪਣੀ ਅਰਥ ਆਪਣੀ ਆਪ ਨੂੰ ਆਪਣੀ ਜ਼ਮੀਰ ਨੂੰ ਮਾਰ ਕੇ ਉੱਤੇ ਵੋਟ ਨਾ ਪਾਓ। ਆਪਣੀ ਜ਼ਮੀਰ ਨੂੰ ਜਾਗ ਵੀ ਰੱਖਿਓ। ਕਿਸੇ ਦੇ ਭਾਵ ਕੋਈ 100% ਅਮੀਰ ਹੋਵੇ ਨਾ ਤੁਹਾਡੇ ਪੰਜਾਬ ਦਾ ਜਿਹਦੇ ਕਿਸੇ ਨੇ ਧਰਮ ਕਰਨਾ ਉਹਨੂੰ ਵੋਟ ਪਾ ਲਿਓ, ਜੀ ਸਰਦੇ ਪਾ ਲਿਓ। ਜਿਹਨੇ ਤੁਹਾਡੇ ਪੰਜਾਬ ਦਾ ਅੰਦਰ ਕੱਖ ਨਹੀਂ ਸਵਾਲਿਆ ਪਿਛਲੇ 50 ਸਾਲਾਂ ਤੋਂ ਲਾ ਲਿਆ ਤੇ ਨਾਲ ਲਾਏ ਹੋਏ ਤੁਹਾਡਾ ਪੰਜਾਬ ਨੂੰ ਇੱਕ ਛੋਟਾ ਜਿਹਾ ਪੰਜਾਬ ਬਣਾ ਕੇ ਦੇਸ਼ ਦਾ ਪੱਤਾ ਹੋਵੇ ਵੰਡ ਤੋਂ ਬਾਅਦ ਕੱਖ ਨਹੀਂ ਪੰਜਾਬ ਦਾ ਨਹੀਂ ਸਵਾਲਿਆ ਨਾ ਹੋਵੇ ਤਾਂ ਉਹਨਾਂ ਨੂੰ ਵੋਟਾਂ ਪਾਉਣ ਦਾ ਕੀ ਫਾਇਦਾ। ਦੂਸਰਿਆਂ ਲਈ ਕਰਨਾ ਬਹੁਤ ਔਖਾ, ਦੂਸਰਿਆਂ ਦੀ ਹਿੱਤ ਨਹੀਂ ਬਹੁਤ ਔਖੀ ਹੁੰਦੀ ਹੈ। ਪਰ ਆਏ ਜਿੱਥੇ ਆਪਾਂ ਭਾਵਾਂ ਦੀ ਗੱਲ ਕਰਦੇ ਹਾਂ ਉੱਥੇ ਜਿੱਥੇ ਆਪਾਂ ਭਾਈ ਨੱਦਾ ਨੂੰ ਕਹੀਏ, ਭਾਈ ਨੱਦਾ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸੇਵਕ ਸੀਗਾ ਉਹਨੂੰ ਆਪਾਂ ਭਗਤ ਵੀ ਕਹਿ ਸਕਦੇ ਹਾਂ ਕਿ ਬਹੁਤ ਵੱਡਾ ਭਗਤ ਸੀ ਤੇ ਉੱਥੇ ਮੈਂ ਇੱਕ ਗੱਲ ਇਹ ਵੀ ਕਹੂੰਗਾ ਕਿ ਬਹੁਤ ਵੱਡਾ ਸੂਰਮਾ ਵੀ ਸੀਗਾ। ਸੂਰਮਾ ਕਿਸਤਰਾ ਸੀ, ਯੋਧਾ ਕਿਸਤਰਾ ਸੀ, ਸਾਧ ਸੰਗਤ ਜੀ ਕਿਸੇ ਵੀ ਧਰਮ ਦੇ ਸ਼ੌਂਕ ਲਈ ਕਿੱਡੀ ਵੱਡੀ ਕੁਰਬਾਨੀ ਕਰਦੇ ਤੇ ਯੋਧਾ ਹਿੱਸੇ ਹੁੰਦੀਆਂ ਨੇ ਜਿਹੜੀਆਂ ਕੁਰਬਾਨੀਆਂ ਹੁੰਦੀਆਂ ਉਹ ਕਿਹੜੀ ਕੁਰਬਾਨੀ। ਜਿਸ ਵੇਲੇ ਭਾਈ ਸੱਤਾ ਦੇ ਵੱਡਾ ਇਹਦੇ ਕੋਲ ਪਹੁੰਚਿਆ ਯੋਧ ਹੋਇਆ ਤਾਂ ਇਸਨੇ ਕੀ ਕੀਤਾ, ਇਹ ਕਹਿੰਦਾ ਕਹਿੰਦਾ ਵੀ ਭਾਈ ਸੱਤਾ ਦੇ ਭਾਈ ਤੋਂ ਵੱਡਾ ਜੀ ਅਰਦਾਸ ਬੇਨਤੀ ਕਰੋ ਜਿਹਨਾਂ ਨੇ ਲੀਲਾ ਵਰਤਾਈਆਂ ਨੇ ਉਹਨੂੰ ਘਰ ਦਾ ਭੁੱਲਾ ਬਖਸ਼ਾ ਦੇ, ਉਹਨਾਂ ਨੇ ਆਪਣੇ ਆਪ ਨੂੰ ਸਿੱਧ ਮੱਤ ਦੇ ਲਈ ਹੈ। ਅੱਜ ਭਾਈ ਨੱਦਾ ਜਿਹਨੇ ਇੱਕ ਫੋਟਾ ਮੰਗਵਾਇਆ ਖੋਟਾ ਬਣਾ ਕੇ ਉਹਦੇ ਉੱਪਰ ਬੈਠਾ ਆਪਦੇ ਮੂੰਹ ਦੇ ਉੱਤੇ ਕਾਲਖ ਮਣੀ ਜਾਂਦਾ। ਸੱਸ ਬਣੀ ਹੁੰਦੀ ਹੈ ਕੁਰਬਾਨੀ, ਕਿਸੇ ਦਾ ਨਹੀਂ ਕਰਦਾ ਨਹੀਂ। ਅੱਜ ਆਪਾਂ ਅਰਦਾਸ ਵਿੱਚ ਮੰਗਦੇ ਹਾਂ ਗੁਰੂ ਪਾਤਸ਼ਾਹ ਸਾਨੂੰ ਦੁੱਧ ਦਿਓ, ਕੁੱਟ ਦਿਓ, ਬਾਹਰ ਦੇ ਬੀਜ ਦਿਓ, ਵਿਦੇਸ਼ ਯਾਤਰਾ ਬਖਸ਼ੋ। ਕਦੇ ਕਿਹਾ ਵੀ ਸਾਧ ਸੰਗਤ ਜੀ ਸਾਡੇ ਬੱਚੇ ਬਾਹਰ ਚਲੇ ਗਏ ਸਾਡੇ ਗਵਾਂਢੀਆਂ ਨੂੰ ਚਲੇ ਜਾਣ। ਕਦੇ ਕਿਹਾ ਕਿ ਪਾਤਸ਼ਾਹ ਜੀ ਸਾਡੇ ਤਾਂ ਤੁਸੀਂ ਗੱਡੀ ਦੀ ਦਾਤ ਬਖਸ਼ੀ ਹੈ ਤੇ ਸਾਡੇ ਗਵਾਂਢੀਆਂ ਨੂੰ ਵੀ ਗੱਡੀ ਦੇ ਦਿਓ। ਕਦੇ ਕਿਹਾ ਕਦੇ ਵੀ ਕਰਦੇ ਕਿਸੇ ਨੂੰ ਰੁਪਿਆ ਦਾ ਆਖਾ, ਪਰ ਅੱਜ ਭਾਈ ਬੰਦਾ ਐਸਾ ਪ੍ਰਵਾਨ ਸੁਣਨਾ ਜਿਹੜਾ ਖੋਤੇ ਦੇ ਰੱਖਾ ਖੋਤੇ ਦੇ ਬੈਠ ਕੇ ਮੂੰਹ ਦੇ ਪਾਲ ਚ ਮਲੀ ਹੈ ਟੁੱਟੇ ਸਿੱਟਾਂ ਦੇ ਇੱਕ ਹਾਰ ਤਿਆਰ ਕਰਵਾ ਕੇ ਆਪਣੇ ਗਲੇ ਵਿੱਚ ਪਾਇਆ ਤੇ ਨਾਲ ਦੀ ਨਾਲ ਇੱਕ ਢੋਲਾ ਕਰਦਾ ਤੇ ਢੋਲ ਅਜਿਹਾ ਲਾ ਲਿਆ ਲਾਹੌਰ ਅੰਮ੍ਰਿਤਸਰ ਦੇਖੋ ਕਿੱਡੀ ਦੂਰੀ ਹੈ ਕਿੱਡਾ ਫਾਸਲਾ। ਲਾਹੌਰ ਤੋਂ ਸ਼ੁਰੂ ਹੋਇਆ ਮੱਠ ਭਾਈ ਸੱਤਾ ਤੇ ਭਾਈ ਬਲਵੰਡਾ ਤੇ ਨਾਲ ਸੰਗ ਬਜੋੜ ਦੀ ਯਾਦ ਕਰ ਜਦੋਂ ਅੱਜ ਹੈ ਨਾ ਅੱਜ ਕਿਤੇ ਢੋਲ ਵਜਾ ਜਾਂਦਾ ਹੋਵੇ ਤੇ ਸੰਗ ਦਾ ਮੱਠ ਹੋਵੇ ਜਾਂ ਤਾਂ ਕਹਿੰਦੇ ਨਗਰ ਦੂਰ ਤੋਂ ਹੋਵੇ ਕਿਤੇ ਆਪਣੇ 6-7 ਜ਼ਿਲ੍ਹੇ ਵਿੱਚ ਨਗਰ ਦੂਰ ਤੋਂ ਜਾ ਹੋਵੇ ਤੇ ਸੰਗਤ ਨਾਲ ਨਾਲ ਚਾਲੇ ਪਾ ਦਿੰਦੀ ਹੈ ਤੇ ਨਗਰ ਦੂਰ ਤੋਂ ਅਸੀਂ ਨਾਲ ਨਾਲ ਦਰਸ਼ਨ ਕਰਦੇ ਹਾਂ। ਅੱਜ ਇਹ ਵੀ ਇੱਕ ਐਸਾ ਮਹਾਨ ਲੋਕ ਤੱਕ ਹੋਇਆ ਜਿਹੜਾ ਇਤਿਹਾਸ ਦੇ ਵਿੱਚ ਮਿਸਾਲ ਕਾਇਮ ਕਰਦੇ ਆ। ਭਾਈ ਕਹਿੰਦੇ ਸੀ ਕੁਰਬਾਨੀ ਨੂੰ ਕਦੇ ਦਿਲੋਂ ਨਹੀਂ ਭੁਲਾ ਸਕਦਾ ਫਿਰ ਐਸੀ ਉਹਨਾਂ ਨੇ ਸੱਤੇ ਤੇ ਵੱਡੇ ਵੀ ਕੀਤੀ ਜਿਸ ਵੇਲੇ ਤੁਰਿਆ ਨਾ ਖੋਤੇ ਦੇ ਬੈਠ ਕੇ ਢੋਲ ਵੱਜਣਾ ਜਾ ਰਿਹਾ ਤੇ ਨਾਲ ਦੀ ਨਾਲ ਸੰਗਤ ਇਕੱਠੀ ਹੁੰਦੀ ਜਾ ਰਹੀ
ਸੰਗਤ ਜੁੜਦੀ ਜਾ ਰਹੀ ਆ, ਉਹ ਨਾਲ ਦੇ ਨਾਲ ਕਹਿ ਰਹੇ ਆ ਤੇ ਕਹਿੰਦੇ ਕੌਣ ਨੇ ਇਹ, ਕਿਉਂਕਿ ਘਰ ਦੇ ਵਿੱਚੋਂ ਪਹਿਲਾਂ ਨਿਕਲੇ ਨੀ, ਡਰ ਲੱਗਦਾ ਸੀ ਸੱਤੇ ਦੇ ਦਰਵੰਡੇ ਨੂੰ ਵੀ ਹੁਣ ਸੰਗਤ ਮੰਦੇ ਜਾ ਰਹੀ, ਉਹ ਕਹਿੰਦੇ ਏਦਾਂ ਏਦਾਂ ਫਿਰ ਚੱਲਿਆ, ਕੌਣ ਨੇ ਇਹ, ਉਹ ਕਹਿੰਦੇ ਸੱਤਾ ਦੇ ਦਰਵੰਡਾ ਨੇ ਜਿਹੜੇ ਗੁਰੂ ਸਾਹਿਬ ਦੇ ਉੱਪਰ ਘਾਏ ਹੋਏ ਨੇ, ਅੱਜ ਢਾਈ ਵੱਡਾ ਚੱਲਿਆ ਖੋਟੇ ਦੇ ਸਵਾਰ ਹੋ ਕੇ ਇਹਨਾਂ ਗੁਰੂ ਪਾਤਸ਼ਾਹ ਦਾਤੇ ਨੇ। ਆ ਸੁਣਿਓ ਕਿ ਜਦੋਂ ਪਹੁੰਚਿਆ ਨਾ ਪਾਤਸ਼ਾਹ ਦੇ ਦਾਤੇ, ਗੁਰੂ ਪਾਤਸ਼ਾਹ ਨੇ ਦੇਖਿਆ ਤਾਂ ਗੁਰੂ ਪਾਤਸ਼ਾਹ ਵੀ ਆਪਣੀ ਮਰਜ਼ੀ ਤੋਂ ਉੱਠੇ, ਉੱਠ ਕੇ ਕਹਿੰਦੇ ਉਹ ਭਾਈ ਕਿਹੜਾ ਹੈ ਜਿਹੜਾ ਖੋਟੇ 'ਤੇ ਚੜ੍ਹ ਕੇ ਆਇਆ। ਜਿਸ ਵੇਲੇ ਦੇਖਿਆ ਕਹਿੰਦਾ ਪਾਤਸ਼ਾਹ ਜੀ ਥੱਲੇ ਨਹੀਂ ਉੱਤਰਿਆ, ਕਹਿੰਦਾ ਜੀ ਤੁਹਾਡੇ ਦਾ ਤੁਹਾਡਾ ਸੇਵਕ ਭਾਈ ਵੱਡਾ। ਜਿਸ ਵੇਲੇ ਪਾਤਸ਼ਾਹ ਜੀ ਨੇ ਸੁਣਿਆ ਭਾਈ ਵੱਡਾ, ਗੁਰੂ ਪਾਤਸ਼ਾਹ ਜੀ ਉੱਥੇ ਖੋਟੇ ਦਾ ਬਾਲਾ ਘੁੱਟ ਕੇ ਦਲਵੱਕੜੀ ਨੂੰ ਦਲਵੱਕੜੀ 'ਚ ਲੈ ਕੇ, ਇਤਿਹਾਸ ਦਾ ਇੱਕ ਅਨਮੋਲ ਵਾਕਾ ਸਤਸੰਗ ਜੀ ਕਿ ਗੁਰੂ ਪਾਤਸ਼ਾਹ ਜੀ ਨੇ ਜਲ ਮਾ ਕੇ ਆਪ ਜਲ ਦੇ ਨਾਲ ਉਸ ਭਾਈ ਨੱਤੇ ਦਾ ਜਿਹੜਾ ਮੂੰਹ ਸੀ ਨਾ ਉਹ ਘੁਮਾਇਆ, ਘੁਆ ਕੇ ਮੂੰਹ ਉਹਨੂੰ ਕੱਚ ਲਗਾ ਰੱਖ ਗਿਆ। ਪਾਤਸ਼ਾਹ ਜੀ ਕਹਿੰਦੇ ਬੰਦੇ ਭਾਈ ਕੱਢਿਆ, ਬੜੀ ਵੱਡੀ ਕੁਰਬਾਨੀ ਕਰ ਛੱਡੇ, ਬਹੁਤ ਹੀ ਵੱਡਾ ਦੇਰ ਦੋ ਚੱਲਿਆ ਇਤਿਹਾਸ ਪੰਨਿਆਂ ਨੂੰ। ਜਾਂ ਮਗਰ ਕੌਣ? ਕਹਿੰਦੇ ਜੀ ਉਹੀ ਨੇ ਜਿਹਨਾਂ ਨੂੰ ਤੁਸੀਂ ਬੇਨਤੀ ਕੀਤੀ ਸੀ, ਜਿਹਨਾਂ ਨੂੰ ਤੁਸੀਂ ਹੁਕਮ ਲਾਇਆ ਸੀ ਤੇ ਸੰਗਤ ਜੀ ਇਹਨਾਂ ਨੂੰ ਮੱਥੇ ਹੀ ਲਾਉਣਾ ਤੇ ਖੋਟੇ ਤੇ ਚੜ੍ਹ ਕੇ ਆਇਆ। ਕਹਿੰਦੇ ਪਾਤਸ਼ਾਹ ਜੀ ਸਾਰੀਆਂ ਤੁਹਾਡੀਆਂ ਸ਼ਰਤਾਂ ਮੈਂ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਆ, ਫਿਰ ਵੀ ਇਹ ਕੋਸ਼ਿਸ਼ ਕੀਤੀ ਆ ਤੇ ਪਾਤਸ਼ਾਹ ਜੀ ਜੇ ਤੁਸੀਂ ਤਾਂ ਇਹਨਾਂ ਗਰੀਬਾਂ ਨੂੰ ਮੱਥੇ ਲਾ ਲਓ, ਮੈਨੂੰ ਕੁਝ ਨਹੀਂ ਚਾਹੁੰਦਾ, ਆਪਣੇ ਲਈ ਕੁਝ ਮੰਗਣ ਨਹੀਂ ਆਇਆ, ਇਹਨਾਂ ਸੱਤਾਂ ਦੇ ਬਲਵੰਡੇ ਨੂੰ ਇਹਨਾਂ ਨੂੰ ਮੱਥੇ ਲਾਓ। ਗੁਰੂ ਪਾਤਸ਼ਾਹ ਜੀ ਧਰਕਾ ਦੇਣਾ ਤਾਂ ਸੱਚ ਜਾਣਿਓ, ਜਿਹੜੇ ਗੁਰੂ ਪਾਤਸ਼ਾਹ ਨੇ ਵਚਨ ਕਹੇ ਸੀ ਧਰਕਾਰੇ ਗਏ ਨੇ, ਪਟਕਾਰੇ ਗਏ ਨੇ ਇਹਨਾਂ ਨੂੰ ਖਿੱਟ ਜਾਣਾ, ਉਹ ਗੁਰੂ ਪਾਤਸ਼ਾਹ ਕਹਿੰਦੇ ਨੇ ਲੋਕਾਂ ਦੇ ਘਰ ਵਿਚਾਰੇ ਨੇ, ਉਹ ਭਾਈ ਸੱਤਾਂ ਦੇ ਬਲਵੰਡਾ ਜਿਹਨਾਂ ਨੂੰ ਉਹਨਾਂ ਦੀਆਂ ਘਰਾਂ 'ਚ ਰੋਟੀ ਬਣਾਉਣ ਲੱਗਿਆਂ ਵੀ ਗਰੇਜ਼ ਕਰਦੀਆਂ ਸੀ, ਬਈ ਕਿਤੇ ਇਹ ਜਿਹੜੀ ਖਾਰਸ਼ ਆ ਇਹ ਜਿਹੜੇ ਖੋੜੇ ਫੈਸਲਿਆਂ ਨੇ ਇਹ ਕਿਤੇ ਸਾਡੇ ਸ਼ਰੀਰ ਨੂੰ ਨਾ ਹੋਵੇ। ਅੱਜ ਗੁਰੂ ਪਾਤਸ਼ਾਹ ਨੇ ਘੋੜਾ ਉੱਤਰ ਨਹੀਂ ਮੰਨੀ, ਜਿੱਥੇ ਭਾਈ ਨੱਦੇ ਨੂੰ ਨਾਲ ਨਾਲ ਆਇਆ ਮੇਰੇ ਪਾਤਸ਼ਾਹ ਨੇ ਭਾਈ ਸੱਤੇ ਦੇ ਬਲਵੰਡੇ ਨੂੰ ਧੱਕੇ ਦੇ ਰੱਖੀ। ਉਹ ਕਹਿੰਦੇ ਕੋਈ ਗੱਲ ਨਹੀਂ, ਇਹ ਮੇਰੇ ਪੁੱਤਾਂ ਨੇ, ਇਹ ਸਾਡੇ ਹੁਕਮੀ ਰਾਤੀ ਨੇ ਜਿਹਨਾਂ ਦੇ ਕਾਲੂ ਦਾ ਪਹਿਰਾ ਹੋਇਆ ਵੱਧ ਗਿਆ, ਕੋਈ ਨਾ ਕੋਈ ਪੇਪਰ ਪਾਇਆ ਸੀ ਤਾਂ ਇਹਨਾਂ ਨੂੰ ਅੱਜ ਸਮਝ ਆ ਗਈ ਹੈ, ਇਹ ਆਪਣੀਆਂ ਭੁੱਲਾਂ ਬਖਸ਼ਾਉਣ ਲਈ ਆਏ ਆ। ਭਾਈ ਵੱਡਾ ਜੀ ਜਿਹੜਾ ਤੁਹਾਡਾ ਧਿਆਨ ਦੇ ਪੰਜਾਬ ਦੇ ਹਮੇਸ਼ਾ ਸਹਿਰੀ ਅੱਖਾਂ ਵਿੱਚ ਨਾਮ ਦਿੱਤਾ ਜਾਵੇ ਤੇ ਆ ਸੁਣੇਗਾ ਕਿ ਕਿਸ ਤਰ੍ਹਾਂ ਭਾਈ ਵੱਡਾ ਖੜ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰ ਰਿਹਾ ਕਿ ਪਾਤਸ਼ਾਹ ਜੀ ਉਹਨਾਂ ਦਾ ਰੋਲ ਦੂਰ ਕਰ ਦਿਓ।
ਪਾਤਸ਼ਾਹ ਨੇ ਜਿਸ ਵੇਲੇ ਸਾਨੂੰ ਹੋ ਗਏ ਨਾ ਭਾਈ ਉਹਨਾਂ ਨੇ ਬੇਨਤੀ ਕਰਾਈ ਹੈ, ਕਹਿੰਦੇ ਪਾਤਸ਼ਾਹ ਜੀ ਇਹਨਾਂ ਨੂੰ ਬਖਸ਼ੋ। ਅੱਜ ਗੁਰੂ ਪਾਤਸ਼ਾਹ ਜੀ ਅੰਮ੍ਰਿਤਾ ਦੇ ਘਰ ਵਿੱਚ ਆਏ ਨੇ, ਕਹਿੰਦੇ ਪਹਿਲਾਂ ਨੂੰ ਜਿਹੜੇ ਮੁੱਖ ਦੇ ਨਾਲ ਭਾਈ ਰੱਖਦਾ ਸੀ ਨਾ, ਇਹਨਾਂ ਨੇ ਗੁਰੂ ਨਾਨਕ ਦੇ ਦਾਦੀ ਨੂੰ ਨਿੰਦਿਆ ਕੀਤੀ ਸੀ, ਤਾਂ ਉਸੇ ਮੁੱਖ ਦੇ ਨਾਲ ਜੇ ਇਹ ਗੁਰੂ ਨਾਨਕ ਦੇ ਘਰ ਦੀ ਸਿਫਤ ਕਰਨ ਤਾਂ ਇਹਨਾਂ ਦਾ ਜਿਹੜਾ ਕੋਲ ਰਹੇ ਹੋਵੇਗਾ ਨਾ, ਉਹ ਦਿਲ ਪ੍ਰਦਾਨ ਠੀਕ ਹੁੰਦਾ ਜਾਏਗਾ। ਤਾਂ ਸੱਚ ਜਾਣਿਓ ਗੁਰੂ ਪਾਤਸ਼ਾਹ ਜੀ ਦੀ ਐਸੀ ਸਿਫਤ ਕੀਤੀ, ਐਸੀ ਸਿਫਤ ਕੀਤੀ ਕਿ ਭਾਈ ਬਲਵੰਡਾ ਜੀ ਦੀ ਜਿਹੜੀ ਬਾਣੀ ਹੈ ਨਾ, ਸਤਿਗੁਰੂ ਪਾਤਸ਼ਾਹ ਨੇ ਧਾਕਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅੰਕਿਤ ਕਰ ਦਿੱਤਾ। ਦੇਖੋ ਜਿਹੜੇ ਮਾਇਆ ਦੇ ਪਿੱਛੇ ਭੱਜਦੇ ਸੀ ਕਿੱਡਾ ਵੱਡਾ ਸਤਿਕਾਰ ਦੇ ਦਿੱਤਾ। ਜੇ ਅੱਜ ਆਪਾਂ ਕਹੀਏ ਨਾ ਜਿੱਥੇ ਭਾਈ ਸੱਤੇ ਦੇ ਬਲਵੰਡੇ ਨੂੰ ਧਰਧਾ ਰਿਹਾ ਸੀ ਤੇ ਸਤਿਕਾਰ ਇਹ ਗਿਆ ਵੀ ਇਹ ਐਸੇ ਮਹਾਂਪੁਰਸ਼ ਮਿਲੇ ਵੀ ਉਹਨਾਂ ਦੀ ਜਿਹੜੀ ਬਾਣੀ ਆ ਧਾਕਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅੰਕਿਤ ਕੀਤੀ। ਆਓ ਭਾਈ ਸੰਦੀਪ ਸਿੰਘ ਜੀ ਜਿਹਨਾਂ ਦੇ ਮਾਤਾ ਜੀ ਅਰਦਾਸ ਕਰਵਾ ਕੇ ਗਏ ਆ ਕਿ ਉਹਨਾਂ ਦੇ ਬੇਟੇ ਨੂੰ ਕੰਮ ਕਰਨ ਵਿੱਚ ਵਾਧਾ ਹੋਵੇ, ਤਰੱਕੀ ਬਖਸ਼ੋ, ਕੰਮਦਾਰ ਮਿਲ ਜਾਣ, ਉਹਨਾਂ ਨੂੰ ਵੀ ਗੁਰੂ ਪਾਤਸ਼ਾਹ ਦੀ ਅਰਦਾਸ ਪ੍ਰਵਾਨ ਕਰਨ। ਇਹ ਸੀ ਉਹ ਪ੍ਰਸੰਗ ਜਿਹੜੇ ਗੁਰੂ ਪਾਤਸ਼ਾਹ ਜਦ ਤੋਂ ਕਿਸ ਤਰ੍ਹਾਂ ਧਰਧਾਰੇ ਹੋਏ ਤੇ ਕਿਸ ਤਰ੍ਹਾਂ ਸਤਿਕਾਰੇ ਹੋਏ, ਬਹੁਤ ਔਖੇ ਪਾਤਸ਼ਾਹ ਗੁਰੂ ਪਾਤਸ਼ਾਹ ਪਾ ਦਿੰਦੇ ਆ। ਇਹ ਨਹੀਂ ਹੁੰਦਾ ਕਿ ਆਪਣਾ ਥੋੜ੍ਹਾ ਬਹੁਤਾ ਵੀ ਆਪਣੇ ਦੇ ਕਿਤੇ ਗੱਲ ਇਸ ਤਰ੍ਹਾਂ ਵੀ ਆ ਜਾਵੇ ਨਾ ਤੇ ਆਪਾਂ ਗੁਰੂ ਪਾਤਸ਼ਾਹ ਜਦ ਦੀ ਨਿੰਦਿਆ ਕਰਨ ਲਈ ਮਿਸਲਾਉਣੇ ਆ, ਕੋਈ ਇਸ ਤਰ੍ਹਾਂ ਹੀ ਘਟਨਾ ਵਾਪਰ ਜਾਵੇ। ਆਪਾਂ ਕਹਿੰਦੇ ਗੁਰੂ ਪਾਤਸ਼ਾਹ ਕੀ ਅਸੀਂ ਤੁਹਾਡੇ ਦਾ ਧਾਰ ਮਾਰਾ ਕੀਤਾ ਸੀ ਤੇ ਆਪਾਂ ਮਾਰਾ ਅੰਦਰ ਕੁਝ ਨਹੀਂ ਕਰ ਸਕਦੇ ਤੇ ਗੁਰੂ ਪਾਤਸ਼ਾਹ ਜੀ ਸਾਡਾ ਮਾਰਾ ਨਹੀਂ ਕਰਦੇ, ਜੋ ਕਰਦੇ ਆ ਉਹ ਚੰਗੇ ਵੀ ਕਰਦੇ ਆ। ਆਓ ਇਹਨਾਂ ਨੂੰ ਕਹਿੰਦੇ ਉਹਨਾਂ ਦੇ ਜਾਂਚ ਕਰਦੇ ਕਿ ਮਨ ਦੀ ਇੱਕ ਵਾਰੀ ਇਹੀ ਸੀ ਨਵਾਂ ਪ੍ਰਸੰਗ ਲਿਖਿਆ ਸੀ ਤੇ ਮਨ ਦੇ ਇੱਕ ਗੱਲ ਨੇ ਸੀ ਖਿਆਲ ਸੀ ਜਿਹੜਾ ਨਵਾਂ ਪ੍ਰਸੰਗ ਲਿਖਿਆ ਤੇ ਪਹਿਲੀ ਵਾਰ ਜਿਹੜਾ ਪ੍ਰਸੰਗ ਲੈ ਕੇ ਉਹ ਗੁਰੂ ਅਰਜਨ ਦੇ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਾਰੀ ਉਹ ਕਹੀ ਲੱਗ ਲੱਗ ਗਿਆ। ਗੁਰੂ ਪਾਤਸ਼ਾਹ ਨੇ ਆਪਣੀ ਬੁਲਿਆ ਪ੍ਰਾਪਤ ਕਰਵਾਈ ਹੈ ਉਹਨਾਂ ਗ੍ਰੰਥਾਂ ਦੀ ਤੁਮਾਂ ਧਾਰਾਂ ਦੀ ਸੰਗਤ ਜਿਨ੍ਹਾਂ ਨੇ ਗ੍ਰੰਥ ਪਿਆਸ ਕਰ ਦੇ ਦਰਵਾਜ਼ਿਆ ਧਾਰਾਂ ਦੀ ਪ੍ਰਬੰਧਕ ਮਿਲਤੀ ਦੇ ਜਿਨ੍ਹਾਂ ਨੇ ਸਮਾਂ ਲੈ ਕੇ ਦਰਵਾਜ਼ਿਆ ਧਾਰਾਂ ਦੀ ਸਾਡੇ ਵੀਰ ਹਰਨੇਕ ਸਿੰਘ ਜੀ ਬਲਦਾ ਜਿਹੜੇ ਸਾਡੇ ਬਾਹਰ ਉਹਨਾਂ ਨੇ ਹਾਜ਼ਰੀ ਭਾਗੀਆਂ ਉਹਨਾਂ ਦੀਆਂ ਧਾਰਾਂ ਦੀਆਂ ਧੰਨਵਾਦ ਦੀ ਧਾਕਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਨ੍ਹਾਂ ਨੇ ਚਮੜੇ ਦੀ ਜੀਵਾ ਆਪਣਾ ਜਿਹਾ ਸਾਫ਼ ਕਰਵਾਇਆ ਉਹਨਾਂ ਨੂੰ ਰਚਕਾਂ ਦੀ ਖਿਮਾ ਬਲਾਜ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ